अस्सलाम वालेकुम। सीएसएस पीएमएस एस्पायरेंट्स, उम्मीद है सारे ठीक ठाक होंगे। आज का टॉपिक लोकगीत। लोकगीत ऐसा टॉपिक है जिहड़ा सीएसएस पीएमएस ते पीएमएस दे मजमून सैक्शन विच क्वेश्चन पूछा जाता है। लोकगीत किस कदर अहम टॉपिक है, इहदा अंदाजा तुसीं इत्थों ला सकदे हो कि सीएसएस दा पुराना सिलेबस 2015 तक उहदे विच ते फुल फ्लैज 20 नंबर दा पोर्शन शामिल सी ते लाजमन क्वेश्चन पेपर विच 20 नंबर दा सवाल पुछिया जांदा सी। लेकिन 2016 तो नवें सिलेबस विच उहनां ने लोकगीत वाला पोर्शन खत्म करके सिर्फ एक छोटा जिहा पार्ट असनाफे अदब विच 6 ਕਿਸਮਾਂ ਲੋਕ ਗੀਤਾਂ ਦੀਆਂ ਸ਼ਾਮਿਲ ਕਰ ਦਿੱਤੀਆਂ। ਅੱਛਾ, ਹੁਣ ਉਹ ਕਿਸਮਾਂ ਦੇ ਉੱਤੇ ਕੁਐਸਚਨ ਨਹੀਂ ਪੁੱਛਿਆ ਗਿਆ। ਮਿਸਾਲ ਦੇ ਤੌਰ 'ਤੇ ਤੁਹਾਡੇ ਸਾਹਮਣੇ ਸੀਐਸਐਸ ਦਾ ਇਹ ਵਾਲਾ ਲੋਕ ਗੀਤ ਸੀਐਸਐਸ 2016 ਵਿੱਚ ਕੁਐਸਚਨ ਪੁੱਛਿਆ ਗਿਆ, ਲੋਕ ਗੀਤ ਪੰਜਾਬ ਦੀ ਰਹਿਤਲ ਦਾ ਸ਼ੀਸ਼ਾ ਨੇ ਜਾਂ ਆਇਨਾ ਨੇ, ਤੁਹਾਡਾ ਇਸ ਬਾਰੇ ਕੀ ਖਿਆਲ ਹੈ। ਫਿਰ 2017 ਵਿੱਚ ਕੁਐਸਚਨ ਪੁੱਛਿਆ ਗਿਆ, ਲੋਕ ਗੀਤ ਪੰਜਾਬ ਦੀ ਤਹਿਜ਼ੀਬ ਅਤੇ ਸਕਾਫਤ ਅਤੇ ਅਮੀਨ ਨੇ, ਤੁਹਾਡਾ ਇਸ ਬਾਰੇ ਕੀ ਖਿਆਲ ਹੈ। ਲੋਕ ਗੀਤਾਂ ਵਿੱਚ ਪੰਜਾਬ ਦੀ ਤਾਰੀਖ ਦੇ ਜਲਕਾਰੇ ਨਜ਼ਰ ਆਉਂਦੇ ਨੇ, 2018 ਵਿੱਚ ਕੁਐਸਚਨ ਪੁੱਛਿਆ ਗਿਆ। ਫਿਰ 2019 ਵਿੱਚ ਉਹਨੇ ਸਪੈਸੀਫਿਕ ਇੱਕ ਸਿਨਫ ਉੱਤੇ ਪੁੱਛ ਲਿਆ ਢੋਲਾ। 2020 ਵਿੱਚ ਉਹਨੇ ਸਪੈਸੀਫਿਕ ਇੱਕ ਸਿਨਫ ਉੱਤੇ ਪੁੱਛ ਲਿਆ ਲੋਰੀ। 2021 ਵਿੱਚ ਉਹਨੇ ਕੁਐਸਚਨ ਨਹੀਂ ਪੁੱਛਿਆ। ਲਿਹਾਜ਼ਾ ਐਤਕੀ 2022 ਵਿੱਚ ਪੂਰਾ ਯਕੀਨ ਨਾਲ ਮੈਂ ਕਹਿ ਸਕਦਾ ਵਾਂ ਕਿ ਇਹ ਲੋਕ ਗੀਤਾਂ ਉੱਤੇ ਜਰਨਲ ਕੁਐਸਚਨ, ਜਿਸ ਤਰ੍ਹਾਂ 16, 17, 18 ਵਿੱਚ ਆਇਆ ਸੀ, ਪੁੱਛਿਆ ਜਾ ਸਕਦਾ। ਪੀਐਮਐਸ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਜੀ ਸੇਮ। 2014 ਵਿੱਚ ਕੁਐਸਚਨ ਆਇਆ, ਲੋਕ ਗੀਤਾਂ ਵਿੱਚ ਤਹਿਜ਼ੀਬੋ ਸਕਾਫਤ ਦੇ ਅਨਮੁੱਲੇ ਨੈਣ ਨਕਸ਼ ਮੌਜੂਦ ਨੇ, ਸਾਬਿਤ ਕਰੋ। ਲੋਕ ਗੀਤ ਪੰਜਾਬ ਦੀ ਰਹਿਤਲ ਬਹਿਤਲ ਦੇ ਅਕਾਸ ਨੇ, ਰਹਿਤਲ ਬਹਿਤਲ ਰਹਿਣ ਸਹਿਣ ਤਹਿਜ਼ੀਬੋ ਸਕਾਫਤ ਜਾਂ ਵਸੋਂ, 2015 ਵਿੱਚ ਪੁੱਛਿਆ ਗਿਆ। ਲੋਕ ਗੀਤਾਂ ਵਿੱਚ ਪੰਜਾਬ ਦੀ ਸਕਾਫਤ ਦਾ ਰੰਗ ਨਜ਼ਰ ਆਉਂਦਾ ਹੈ, 2017 ਵਿੱਚ ਪੁੱਛਿਆ ਗਿਆ। ਲੋਕ ਗੀਤਾਂ ਵਿੱਚ ਪੰਜਾਬੀ ਜੀਵਨ ਵਿਖਾਲੀ ਦਿੰਦਾ ਹੈ, 2020 ਵਿੱਚ, ਔਰ ਇਨਸ਼ਾਅੱਲਾ 2021 ਵਿੱਚ ਵੀ ਐਕਸਪੈਕਟਿਡ ਹੈ ਕਿ ਇਹ ਜ਼ਰੂਰ ਪੁੱਛਿਆ ਜਾਏਗਾ। ਅੱਛਾ ਜੀ, ਇਸ ਤੋਂ ਇਲਾਵਾ ਐਕਸਪੈਕਟਿਡ ਇਨ ਸੀਐਸਐਸ ਪੀਐਮਐਸ ਔਰ ਨਾਲ ਪੀਐਮਐਸ ਦਾ ਐਸਏ, ਜਿਹਦੇ ਵਿੱਚ ਲੋਕ ਗੀਤਾਂ ਬਾਰੇ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ। ਕਿਸ ਤਰ੍ਹਾਂ ਦੀਆਂ ਸਟੇਟਮੈਂਟ ਦੇ ਸਕਦਾ ਹੈ। ਲੋਕ ਗੀਤਾਂ ਵਿੱਚ ਪੰਜਾਬ ਦੀ ਵਸੋਂ ਦੇ ਜਲਕਾਰੇ ਨਜ਼ਰ ਆਉਂਦੇ ਨੇ, ਤੁਹਾਡਾ ਇਸ ਬਾਰੇ ਕੀ ਖਿਆਲ ਹੈ। ਲੋਕ ਗੀਤ ਪੰਜਾਬ ਦਾ ਇਨਸਾਈਕਲੋਪੀਡੀਆ ਨੇ, ਸਾਬਿਤ ਕਰੋ। ਲੋਕ ਗੀਤ ਮਿਨੀਏਚਰ ਆਫ ਪੰਜਾਬ ਨੇ, ਸਾਬਿਤ ਕਰੋ। ਲੋਕ ਗੀਤ ਪੰਜਾਬੀ ਸਕਾਫਤ ਦੀ ਸਾਂਭ ਸੰਭਾਲ ਯਾਨੀ ਪ੍ਰੀਜ਼ਰਵੇਸ਼ਨ ਦਾ ਜ਼ਰੀਆ ਨੇ, ਸਾਬਿਤ ਕਰੋ। ਸੋ ਇਹ ਸਾਰੇ ਕੁਐਸਚਨ ਮੱਦੇਨਜ਼ਰ ਰੱਖ ਕੇ ਮੈਂ ਇੱਕ ਜਰਨਲ ਕੁਐਸਚਨ ਤਿਆਰ ਕੀਤਾ ਹੈ, ਜਿਹੜਾ ਨਾ ਤਾਂ ਤੁਹਾਨੂੰ ਕਿਸੇ ਕਿਤਾਬ ਵਿੱਚੋਂ ਮਿਲੇਗਾ ਔਰ ਨਾ ਹੀ ਕਿਸੇ ਵੀਡੀਓ ਵਿੱਚ ਮਿਲੇਗਾ। ਇਸ ਕੁਐਸਚਨ ਦੇ ਫਿਲਹਾਲ ਫਾਈਨਲ ਸ਼ਕਲ ਵਿੱਚ PDF ਮੁਯੱਸਰ ਨਹੀਂ, ਇਹ ਤੁਹਾਨੂੰ ਵੀਡੀਓ ਕੰਸਲਟ ਕਰਕੇ ਹੀ ਆਪਣੇ ਕੋਲ ਨੋਟਸ ਬਣਾਉਣੇ ਪੈਣਗੇ। ਲੇਕਿਨ ਇਹ ਇੱਕ ਜਰਨਲ ਕੁਐਸਚਨ ਹੈ, ਲੋਕ ਗੀਤ ਉੱਤੇ ਜਿਹੜਾ ਤੁਸੀਂ ਵੇਖਿਆ ਸੀਐਸਐਸ ਔਰ ਪੀਐਮਐਸ ਵਿੱਚ ਪੁੱਛਿਆ ਜਾਂਦਾ ਹੈ, ਉਹਦੇ ਮੁਤਾਬਿਕ ਤੁਸੀਂ ਇਹਨੂੰ ਆਸਾਨੀ ਨਾਲ ਮੋਡੀਫਾਈ ਕਰਕੇ ਲਿਖ ਸਕਦੇ ਹੋ। ਜੀ, ਕੁਐਸਚਨ ਸ਼ੁਰੂ ਕਰਨਾ ਵਾ। ਪਹਿਲੇ ਇਹਦੀ ਡੈਫੀਨੇਸ਼ਨ ਲਿਖੀ ਜਾਏਗੀ, ਫਿਰ ਇਹਦੇ ਉਹੀ ਜੋ ਸਾਡਾ ਫਾਰਮੈਟ ਹੁੰਦਾ ਹੈ, ਯਾਨੀ ਤਾਰਫ ਲਿਖਣ ਤੋਂ ਬਾਅਦ ਕੋਈ 7-8 ਕਿਸਮਾਂ ਲਿਖੀਆਂ ਜਾਣਗੀਆਂ, ਔਰ ਵਿੱਚ ਲੋਕ ਗੀਤਾਂ ਦੀਆਂ ਮਿਸਾਲਾਂ ਦਿੱਤੀਆਂ ਜਾਣਗੀਆਂ, ਅਖੀਰ ਵਿੱਚ ਮੁਕਦੀ ਗੱਲ। ਜੀ, ਲੋਕ ਗੀਤ। ਲੋਕ ਗੀਤਾਂ ਤੋਂ ਮੁਰਾਦ ਲੋਕਾਂ ਦੇ ਗੀਤ। ਇਹ ਗੀਤ ਕਿਸੇ ਇੱਕ ਫਰਕ ਜਾਂ ਸ਼ਾਇਰ ਦੀ ਤਖਲੀਕ ਨਹੀਂ ਹੁੰਦੇ, ਸਗੋਂ ਧਰਤੀ ਤੇ ਵਸਣ ਵਾਲੇ ਲੋਕਾਂ ਦੀ ਸਾਂਝੀ ਤਖਲੀਕ ਮੰਨੇ ਜਾਂਦੇ ਨੇ। ਇਹਨਾਂ ਗੀਤਾਂ ਦੀ ਤਖਲੀਕ ਵੀ ਕਿਸੇ ਸ਼ਊਰੀ ਕੋਸ਼ਿਸ਼ ਦਾ ਨਤੀਜਾ ਨਹੀਂ ਹੁੰਦੀ। ਇਹ ਗੀਤ ਇਨਸਾਨ ਦੇ ਅੰਦਰ ਦੀਆਂ ਉਹ ਸਧਰਾਂ, ਖਾਹਿਸ਼ਾਤ, ਜਜ਼ਬੇ, ਅਹਿਸਾਸ ਤੇ ਤਖੀਅਲ ਹੁੰਦੇ ਨੇ, ਜਿਹੜੇ ਕਿਸੇ ਵੀ ਵੇਲੇ ਮੁਨਾਸਿਬ ਲਫ਼ਜ਼ਾਂ ਦਾ ਰੂਪ ਧਾਰ ਕੇ ਗੀਤਾਂ ਦੀ ਸ਼ਕਲ ਵਿੱਚ ਧਰਤੀ ਵਾਸੀਆਂ ਵਿੱਚ ਆਮ ਹੋ ਜਾਂਦੇ ਨੇ। ਧਰਤੀ ਵਾਸੀ ਅਜਿਹੇ ਗੀਤਾਂ ਨੂੰ ਆਪਣੇ ਗੀਤ ਕਹਿ ਕੇ, ਗਾ ਕੇ ਤੇ ਉਹਨਾਂ ਰਾਹੀਂ ਦਿਲ ਪਰਚਾ ਕੇ ਖੁਸ਼ ਹੁੰਦੇ ਨੇ। ਇਹ ਗੀਤ ਉਹਨਾਂ ਜੰਗਲੀ ਬੂਟਿਆਂ ਵਾਂਗ ਹੁੰਦੇ ਨੇ, ਜਿਹੜੇ ਆਪ ਮੁਹਾਰੇ ਖੁਦ ਬਖੁਦ ਉੱਗ ਪੈਂਦੇ ਨੇ
ਤੇ ਧਰਤੀ ਨੂੰ ਖੁਸ਼ਬੂ ਤੇ ਖੂਬਸੂਰਤੀ ਫਰਾਹਮ ਕਰਦੇ ਨੇ। ਲੋਕ ਗੀਤ ਤਫਰੀਹ ਤਬਾ ਦੇ ਨਾਲ ਨਾਲ ਕਿਸੇ ਕੌਮ ਦਾ ਨਾ ਸਿਰਫ ਅਨਮੋਲ ਖਜ਼ਾਨਾ ਹੁੰਦੇ ਨੇ ਸਗੋਂ ਉਸ ਕੌਮ ਦੀ ਰਹਿਤਲ ਬਹਿਤਲ ਵੱਸੋਂ ਯਾਨੀ ਰਹਿਣ ਸਹਿਣ ਤਾਰੀਖ ਜੁਗਰਾਫੀਏ ਤੇ ਵਡਕਿਆਂ ਦੇ ਫੋਰ ਫਾਦਰਸ ਅਬਾਓ ਅਜਦਾਦ ਦੇ ਸਦੀਆਂ ਦੇ ਤਜਰਬਾਤ ਦਾ ਨਿਚੋੜ ਵੀ ਹੁੰਦੇ ਨੇ। ਦੂਜੇ ਲਫਜ਼ਾਂ ਵਿੱਚ ਲੋਕ ਗੀਤ ਕਿਸੇ ਵੀ ਤਹਿਜ਼ੀਬੋ ਸਕਾਫਤ ਜਾਂ ਵੱਸੋਂ ਦੀ ਹਕੀਕੀ ਤਸਵੀਰ ਲਿਸ਼ਕਾਰਾ ਅਕਸ ਝਲਕ ਜਾਂ ਸ਼ੀਸ਼ਾ ਹੁੰਦੇ ਨੇ। ਪੰਜਾਬੀ ਲਿਖਾਰੀ ਕਲੀਮ ਸ਼ਹਿਜ਼ਾਦ ਇਸ ਹਵਾਲੇ ਨਾਲ ਲਿਖਦੇ ਨੇ। ਤੁਸੀਂ ਇਹ ਕੋਟੇਸ਼ਨ ਫਾਰਮ ਅਗਰ ਨਹੀਂ ਯਾਦ ਕਰ ਸਕਦੇ ਤਾਂ ਇਹਨੂੰ ਆਪਣੇ ਲਫਜ਼ਾਂ ਵਿੱਚ ਵੀ ਲਿਖ ਸਕਦੇ। ਆਪਣੇ ਲਫਜ਼ਾਂ 'ਚ ਲਿਖੋਗੇ ਤਾਂ ਫਿਰ ਅਲੱਗ ਤੋਂ ਸਫ਼ੇ ਦੇ ਦਰਮਿਆਨ ਵਿੱਚ ਕੋਟੇਸ਼ਨ ਫਾਰਮ 'ਚ ਨਹੀਂ ਆਏਗੀ, ਫਿਰ ਪੈਰਾਗ੍ਰਾਫ ਦੀ ਸ਼ਕਲ ਵਿੱਚ ਹੀ ਆਏਗੀ। ਮੇਰੀ ਜਾਚੇ ਯਾਨੀ ਮੇਰੇ ਮੁਤਾਬਿਕ ਲੋਕ ਗੀਤ ਸਾਡੇ ਜੀਵਨ ਅਤੇ ਸਾਡੀ ਰਹਿਤਲ ਬਹਿਤਲ ਅਤੇ ਲੋਕ ਸਕਾਫਤ ਦੀਆਂ ਉਹ ਮੂੰਹ ਬੋਲਦੀਆਂ ਤਸਵੀਰਾਂ ਹੁੰਦੇ ਨੇ ਜਿਹਨਾਂ ਵਿੱਚੋਂ ਸਾਨੂੰ ਆਪਣੀ ਅਸਲ ਹਯਾਤੀ ਦੇ ਵੱਖੋ ਵੱਖ ਪੱਖ ਪਹਿਲੂ ਆਪਣੇ ਰੂਪ ਨਜ਼ਾਰੇ ਵਿਖਾਉਂਦੇ ਨੇ ਅਤੇ ਸਾਡਾ ਮਨ ਭਰਮਾਉਂਦੇ ਨੇ ਯਾਨੀ ਸਾਨੂੰ ਐਂਟਰਟੇਨ ਕਰਦੇ ਨੇ। ਲੋਕ ਗੀਤ ਸਾਡਾ ਅਨਮੋਲਾ ਵਿਰਸਾ ਨੇ, ਅਨਮੋਲ ਅਸਾਸਾ ਹੈ। ਦੂਸਰਾ ਪੁਆਇੰਟ, ਲੋਕ ਗੀਤਾਂ ਦੇ ਸੋਮੇ ਮਾਖਜ਼ ਸੋਰਸ ਓਰੀਜਨ ਕਿੱਥੋਂ ਆਉਂਦੇ ਨੇ। ਲੋਕ ਗੀਤ ਦੁਨੀਆ ਦੀ ਹਰ ਜ਼ਬਾਨ ਕੌਮ ਕਬੀਲੇ ਤੇ ਇਲਾਕੇ ਵਿੱਚ ਗਾਏ ਸੁਣੇ ਜਾਂਦੇ ਨੇ। ਇਹਨਾਂ ਗੀਤਾਂ ਵਿੱਚ ਹਰ ਅਹਿਦ ਦੀ ਗੈਰ ਜਾਨਬਦਾਰ ਤਾਰੀਖ ਤਹਿਜ਼ੀਬ ਮੁਆਸ਼ਰਤ ਤੇ ਜ਼ੁਲਮੋ ਜ਼ਬਰ ਦੀ ਸੁਚੱਜੀ ਸੋਹਣੀ ਖੂਬਸੂਰਤ ਤਸਵੀਰ ਮੌਜੂਦ ਹੈ। ਲੋਕ ਗੀਤ ਲਿਖਤੀ ਸੂਰਤ ਵਿੱਚ ਮਹਿਫੂਜ਼ ਨਹੀਂ ਹੋਏ ਬਲਕਿ ਜ਼ਬਾਨੀ ਕਲਾਮੀ ਸੀਨਾ ਬਸੀਨਾ ਇੱਕ ਨਸਲ ਤੋਂ ਦੂਜੀ ਨਸਲ ਵਿੱਚ ਮੁੰਤਕਿਲ ਹੁੰਦੇ ਆ ਰਹੇ ਨੇ। 20ਵੀਂ ਸਦੀ ਦੇ ਆਖਰੀ ਅੱਧ ਵਿੱਚ ਟੈਕਨੋਲੋਜੀ ਦੀ ਭਰਮਾਰ ਭਾਰੋਂ ਦੀ ਵਜ੍ਹਾ ਤੋਂ ਲੋਕ ਗੀਤ ਤੇ ਕਹਾਣੀਆਂ ਯਾਨੀ ਲੋਕ ਕਹਾਣੀਆਂ ਸੁਣਨ ਸੁਣਾਉਣ ਦਾ ਰਿਵਾਜ ਘੱਟ ਹੋਣ ਭਾਰੋਂ ਪੰਜਾਬੀ ਸਮੇਤ ਪੂਰੀ ਦੁਨੀਆ ਵਿੱਚ ਇਸ ਜ਼ਬਾਨੀ ਵਿਰਸੇ ਓਰਲ ਟ੍ਰੈਡੀਸ਼ਨ ਨੂੰ ਲਿਖਤੀ ਰੂਪ ਵਿੱਚ ਸਾਂਭਣ ਦਾ ਮਹਿਫੂਜ਼ ਕਰਨ ਦਾ ਆਰ ਕੋਸ਼ਿਸ਼ ਕੀਤਾ ਜਾ ਰਿਹਾ ਹੈ। ਲੋਕ ਗੀਤਾਂ ਦੀ ਕਦਾਮਤ ਤੇ ਅਹਿਦ ਮੁਤੈਨ ਕਰਨਾ ਨਾਮੁਮਕਿਨ। ਲੋਕ ਗੀਤਾਂ ਦਾ ਮੁਹਾਂਦਰਾ ਯਾਨੀ ਨੱਕ ਨਕਸ਼ਾ ਕੈਸਾ ਹੁੰਦਾ ਹੈ, ਕੈਸੇ ਨਜ਼ਰ ਆਉਂਦੇ ਨੇ, ਲੋਕ ਗੀਤਾਂ ਦਾ ਨਕਸ਼ਾ ਕੈਸਾ ਹੁੰਦਾ, ਜੁਗਰਾਫੀਆ ਕੈਸਾ ਹੁੰਦਾ। ਕਿਸੇ ਵੀ ਇਲਾਕੇ ਦੇ ਲੋਕ ਗੀਤ ਆਪਣੀ ਰਹਿਤਲ ਬਹਿਤਲ ਤੇ ਵੱਸੋਂ ਦੇ ਆਕਾਸ ਹੁੰਦੇ ਨੇ। ਲੋਕ ਗੀਤਾਂ ਰਾਹੀਂ ਅਸੀਂ ਨਾ ਸਿਰਫ ਇਲਾਕਾਈ ਜੁਗਰਾਫੀਏ ਤੋਂ ਆਗਾਹ ਹੁੰਦੇ ਹਾਂ ਸਗੋਂ ਕਿਸੇ ਖਾਸ ਇਲਾਕੇ ਦੇ ਲੋਕਾਂ ਦੀ ਸੋਚ ਮਿਜ਼ਾਜ ਰਸਮੋ ਰਿਵਾਜ ਤੇ ਨਫਸੀਆਤ ਸਮਝਣ ਵਿੱਚ ਵੀ ਮਦਦ ਮਿਲਦੀ ਹੈ। ਪ੍ਰੋਫੈਸਰ ਅਬਦੁਲ ਜੱਬਾਰ ਸ਼ਾਕਰ ਲਿਖਦੇ ਨੇ, ਲੋਕ ਗੀਤ ਕਿਸੇ ਜ਼ਬਾਨ ਤੇ ਤਹਿਜ਼ੀਬ ਦੇ ਮਾਜ਼ੀ ਤੇ ਪਿਛੋਕੜ ਨੂੰ ਵੇਖਣ ਦਾ ਇੱਕ ਅਜਿਹਾ ਸ਼ੀਸ਼ਾ ਨੇ ਜਿਸ ਵਿੱਚ ਉਸ ਇਲਾਕੇ ਦੀ ਰਹਿਤਲ ਸੋਚ ਤੇ ਜਜ਼ਬਿਆਂ ਦੀ ਸੁੱਚੀ ਤੇ ਅਨਮੁੱਲੀ ਤਸਵੀਰ ਨਜ਼ਰ ਆਉਂਦੀ ਹੈ। ਪੰਜਾਬ ਧਰਤੀ ਮੈਦਾਨਾਂ ਖੇਤਾਂ ਦਰਿਆਵਾਂ ਸਹਿਰਾਵਾਂ ਪਹਾੜਾਂ ਤੇ ਪੋਠੋਹਾਰ ਦੇ ਇਲਾਕੇ ਤੇ ਮੁਸ਼ਤਮਿਲ ਹੈ। ਇਸ ਲਈ ਪੰਜਾਬੀ ਲੋਕ ਗੀਤਾਂ ਵਿੱਚ ਸਾਰੇ ਜੁਗਰਾਫੀਆਈ ਰੰਗ ਨਜ਼ਰ ਆਉਂਦੇ ਨੇ। ਲੋਕ ਗੀਤ ਕਿਉਂ ਜੇ ਸ਼ੀਸ਼ਾ ਤੇ ਅਕਾਸ ਹੁੰਦੇ ਨੇ, ਇਸ ਲਈ ਮੈਦਾਨੀ ਇਲਾਕਿਆਂ ਦੇ ਗੀਤਾਂ ਵਿੱਚ ਸਰਸਬਜ਼ ਤੇ ਲਹਿ ਲਹਾਂਦੇ ਖੇਤਾਂ ਫਸਲਾਂ ਰੁੱਖਾਂ ਯਾਨੀ ਦਰਖਤਾਂ ਤੇ ਝਾੜੀਆਂ ਦਾ ਜ਼ਿਕਰ ਨਜ਼ਾਰਾ ਮਿਲਦਾ ਹੈ। ਰੇਗਿਸਤਾਨੀ ਇਲਾਕੇ ਦੇ ਗੀਤਾਂ ਵਿੱਚ ਪਾਣੀ ਦੀ ਘਾਟ ਸਹਿਰਾਵਾਂ ਝੱਖੜਾਂ ਰੇਤ ਦੀਆਂ ਟਿੱਬਿਆਂ ਟੀਲਿਆਂ ਟਿੱਬੇ ਟੋਏ ਨੂੰ ਕਹਿੰਦੇ ਨੇ ਗੜੇ ਔਰ ਟੀਲੇ ਟੀਲੇ ਨੂੰ ਕਹਿੰਦੇ ਨੇ ਯਾਨੀ ਛੋਟੀ ਪਹਾੜੀ ਤੇ ਨਖਲੇਸਤਾਨਾਂ ਦਾ ਜ਼ਿਕਰ ਮੌਜੂਦ ਹੈ। ਨਖਲੇਸਤਾਨ ਸਹਿਰਾ ਵਿੱਚ ਜਿਹੜੇ ਇੱਕਾ ਦੋਕਾ ਦਰਖਤ ਉੱਗੇ ਹੋਣ ਕਿਸੇ ਜਗ੍ਹਾ ਤੇ ਉਹ ਨਖਲੇਸਤਾਨ ਦਾ ਇਲਾਕਾ ਹੁੰਦਾ। ਇਸੇ ਤਰ੍ਹਾਂ ਪਾਣੀ ਤੇ ਦਰਿਆਵਾਂ ਦੇ ਕੰਢੇ ਵਸਣ ਵਾਲੀਆਂ ਕੌਮਾਂ ਦੇ ਲੋਕ ਗੀਤਾਂ ਵਿੱਚ ਪਾਣੀ ਲਹਿਰਾਂ ਮੌਜਾਂ ਤੂਫਾਨਾਂ ਬੇੜੀਆਂ ਚੱਪੂਆਂ ਮਲਾਵਾਂ ਤੇ ਪਤਨ ਦਾ ਜ਼ਿਕਰ ਹੁੰਦਾ ਹੈ। ਜਦਕਿ ਪਹਾੜੀ ਇਲਾਕੇ ਦੇ ਲੋਕ ਗੀਤ ਇਲਾਕਾਈ ਮੁਨਾਸਬਤ ਭਾਰੋਂ ਲਹਿਜੇ ਤੇ ਮਿਜ਼ਾਜ ਦੇ ਹਵਾਲੇ ਨਾਲ ਸਖ਼ਤ ਤੇ ਖੁਸ਼ਕ ਹੁੰਦੇ ਨੇ। ਲੋਕ ਗੀਤਾਂ ਦੀ ਜ਼ਬਾਨ ਤੇ ਲਹਿਜਾ, ਜਿਵੇਂ ਲੋਕ ਗੀਤ ਆਮ ਲੋਕਾਂ ਦੇ ਗੀਤ ਹੁੰਦੇ ਨੇ, ਉਂਝ ਲੋਕ ਗੀਤਾਂ ਦੀ ਜ਼ਬਾਨ ਤੇ ਲਹਿਜਾ ਵੀ ਆਮ ਲੋਕਾਂ ਦਾ ਰੋਜ਼ਮਰਾ ਵਰਤੋਂ ਦਾ ਲਹਿਜਾ
ਹੁੰਦਾ ਹੈ। ਇਹਨਾਂ ਗੀਤਾਂ ਵਿੱਚ ਸਿੱਧੇ ਸਾਦੇ ਤੇ ਮਾਸੂਮ ਜਜ਼ਬਿਆਂ ਨੂੰ ਬਗੈਰ ਕਿਸੇ ਬਨਾਵਟ ਦੇ ਆਮ ਫਹਿਮ ਲਹਿਜੇ ਵਿੱਚ ਬਿਆਨ ਕਰ ਦਿੱਤਾ ਜਾਂਦਾ ਹੈ। ਹਰ ਇਲਾਕੇ ਦੇ ਲੋਕ ਗੀਤ ਆਪਣੀ ਜ਼ਬਾਨ ਤੇ ਮਖਸੂਸ ਇਲਾਕਾਈ ਲਹਿਜੇ ਦੀ ਨੁਮਾਇੰਦਗੀ ਕਰਦੇ ਨੇ। ਪੰਜਾਬੀ ਲੋਕ ਗੀਤਾਂ ਦੇ ਲਹਿਜੇ ਤੋਂ ਇਲਾਕੇ ਦਾ ਤਾਯੁਨ ਬੜੀ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਅੱਛਾ ਜੀ, ਇੱਥੋਂ ਕੁਐਸਚਨ ਸਟਾਰਟ ਹੋਏਗਾ। ਮੇਨ ਹੈਡਿੰਗ ਇੱਥੇ ਸੈਂਟਰ ਵਿੱਚ ਮਾਰਕਰ ਨਾਲ ਬੋਲਡ ਕਰਕੇ ਲਿਖੀ ਜਾਏਗੀ ਔਰ ਇਹ ਮੇਨ ਹੈਡਿੰਗ ਸਵਾਲੀਆ ਪੇਪਰ ਦੇ ਮੁਤਾਬਿਕ ਹੋਏਗੀ, ਚਾਹੇ ਉਹ CSS ਹੋਏ, ਚਾਹੇ PMS ਹੋਏ, ਚਾਹੇ SA ਹੋਏ, ਜੋ ਵੀ ਮੇਨ ਹੈਡਿੰਗ ਤੁਹਾਡੀ ਪੇਪਰ ਸਟੇਟਮੈਂਟ ਵਿੱਚ ਉਹ ਪੁੱਛੇਗਾ ਉਹ ਇੱਥੇ ਦਿਓਗੇ। ਬਾਕੀ ਇਹ ਜਨਰਲ ਕੁਐਸਚਨ ਹੈ ਸਾਰਾ। ਸਿਰਫ ਇਹਦੇ ਵਿੱਚ ਤੁਸੀਂ ਇਹ ਕਰਨਾ ਹੈ ਕਿ ਜਿਹੜੇ ਮੈਂ 7-8 ਪੁਆਇੰਟਸ ਡਿਸਕਸ ਕੀਤੇ ਨੇ, ਜੋ ਮੇਨ ਹੈਡਿੰਗ ਹੈ ਤੁਹਾਡੀ ਉਹਨੂੰ ਤੁਸੀਂ ਪਹਿਲੇ ਡਿਸਕਸ ਕਰੋਗੇ ਔਰ ਦੂਸਰੀਆਂ ਚੀਜ਼ਾਂ ਨੂੰ ਬਾਅਦ ਵਿੱਚ ਲੈ ਜਾਓਗੇ। ਪੰਜਾਬੀ ਲੋਕ ਗੀਤਾਂ ਦੇ ਸੈਂਕੜੇ ਮੌਜੂਆਤ ਤੇ ਦਰਜਨਾਂ ਕਿਸਮਾਂ ਨੇ, ਕਿਉਂ ਜੇ ਬੰਦੇ ਦੇ ਜੰਮਣ ਤੋਂ ਲੈ ਕੇ ਮਰਨ ਤੱਕ ਹਰ ਮੌਜੂ ਬਾਰੇ ਗੀਤ ਮੌਜੂਦ ਨੇ। ਬੱਚੇ ਦੀ ਪੈਦਾਇਸ਼ ਤੇ ਬਾਲਪਣੇ ਦੇ ਗੀਤ, ਬਾਲਪਣਾ ਚਾਈਲਡਹੁੱਡ ਬਚਪਨ, ਲੋਰੀ ਤੋਂ ਲੈ ਕੇ ਇਨਸਾਨ ਦੇ ਮਰਨ ਤੱਕ ਵੈਣ ਵਰਗੇ ਮੁਖਤਲਿਫ ਗੀਤ ਮੌਜੂਦ ਨੇ, ਜਿਹਨਾਂ ਵਿੱਚੋਂ 4 ਵੱਡੇ ਗੀਤ ਲੋਰੀ, ਬੋਲੀ, ਮਾਇਆ ਤੇ ਢੋਲਾ ਨੇ। ਇਸ ਤੋਂ ਅੱਡ ਕੁਝ ਆਮ ਗੀਤਾਂ ਦੇ ਨਾਂ ਕਿਕਲੀ, ਥਾਲ, ਝੁੰਮਰ, ਸੰਮੀ, ਗਿੱਧਾ, ਸਿੱਠਣੀਆਂ, ਜੁਗਨੀ, ਛੱਲਾ, ਘੋੜੀਆਂ ਤੇ ਵੈਣ ਵਗੈਰਾ ਨੇ, ਜਿਹਨਾਂ ਵਿੱਚ ਪੂਰਾ ਪੰਜਾਬ ਜਿਉਂਦਾ ਜਾਗਦਾ ਤੇ ਹੱਸਦਾ ਖੇਡਦਾ ਨਜ਼ਰ ਆਉਂਦਾ ਹੈ। ਲੋਕ ਗੀਤਾਂ ਦੇ ਮੁਖਤਲਿਫ ਮੌਜੂਆਤ ਦਾ ਵੇਰਵਾ ਦਰਜ ਜ਼ੈਲ। ਸਭ ਤੋਂ ਪਹਿਲਾਂ ਜੀ, ਕਿਉਂਕਿ ਮੋਸਟ ਐਕਸਪੈਕਟਡ ਕੁਐਸਚਨ ਇਹੋ ਹੀ ਹੈ ਕਿ ਇਸ ਤਰ੍ਹਾਂ ਹੀ ਪੁੱਛਿਆ ਜਾਂਦਾ ਜਾਂ ਪੁੱਛਿਆ ਜਾਏਗਾ ਆਇੰਦਾ, ਲੋਕ ਗੀਤਾਂ ਵਿੱਚ ਰਹਿਤਲ ਬੈਤਲ ਜਾਂ ਵੱਸੋਂ ਦੇ ਝਲਕਾਰੇ, ਰਹਿਤਲ ਬੈਤਲ ਔਰ ਵੱਸੋਂ ਇੱਕ ਹੀ ਚੀਜ਼ ਹੈ। ਪੰਜਾਬ ਧਰਤੀ 5 ਦਰਿਆਵਾਂ ਦੀ ਵਜ੍ਹਾ ਤੋਂ ਸਦਾ ਸੁਹਾਗਣ ਧਰਤੀ ਹੈ ਤੇ ਲੋਕ ਗੀਤ ਇਸ ਸੁਹਾਗਣ ਦੀਆਂ ਰੰਗ ਬਿਰੰਗੀਆਂ ਟੂੰਬਾਂ ਨੇ, ਟੂੰਬ ਜਿਊਲਰੀ। ਪੰਜਾਬੀ ਲੋਕ ਗੀਤਾਂ ਵਿੱਚ ਪੰਜਾਬ ਦੀ ਰਹਿਤਲ ਬੈਤਲ ਤੇ ਵੱਸੋਂ ਦੇ ਝਲਕਾਰੇ ਸਾਫ਼ ਨਜ਼ਰ ਆਉਂਦੇ ਨੇ। ਪੰਜਾਬੀ ਲੋਕ ਗੀਤ ਪੰਜਾਬ ਦੀ ਤਹਿਜ਼ੀਬੋ ਸਕਾਫਤ ਦਾ ਉਹ ਸ਼ੀਸ਼ਾ ਨੇ ਜਿਹੜੇ ਸਦੀਆਂ ਗੁਜ਼ਰਨ ਦੇ ਬਾਵਜੂਦ ਵੀ ਸਾਨੂੰ ਪੰਜਾਬ ਦੀ ਵੱਸੋਂ ਦਾ ਹਕੀਕੀ ਅਕਸ ਵਿਖਾ ਰਹੇ ਨੇ। ਬੋਲੀ ਪੰਜਾਬੀ ਦਾ ਸਭ ਨਾਲੋਂ ਨਿੱਘਾ ਤੇ ਸਭ ਦਾ ਮਨ ਭਾਵਣਾ ਸਿਰਫ ਇੱਕ ਮਿਸਰੇ ਦਾ ਗੀਤ ਹੈ। ਦੇਸ ਪੰਜਾਬ ਦੀ ਜ਼ਰਖੇਜ਼ੀ, ਹਰਿਆਲੀ ਤੇ ਸਦਾ ਸੁਹਾਗਣ ਰਹਿਣ ਦਾ ਮੋਜਬ ਇੱਥੋਂ ਦੇ ਦਰਿਆ ਤੇ ਪਾਣੀ ਨੇ। ਸਾਇੰਸ ਟੈਕਨੋਲੋਜੀ ਤੋਂ ਸੈਂਕੜੇ ਵਰ੍ਹਿਆਂ ਪਹਿਲੇ ਜਦੋਂ ਖੂਹਾਂ ਦਾ ਜ਼ਮਾਨਾ ਸੀ, ਉਦੋਂ ਵੀ ਇਹ ਧਰਤੀ ਸਰਸਬਜ਼ੋ ਸ਼ਾਦਾਬ ਤੇ ਜ਼ਰਖੇਜ਼ ਸੀ। ਪੁਰਾਣੇ ਜ਼ਮਾਨੇ ਦੀ ਇੱਕ ਬੋਲੀ ਵੰਗੀ ਪਾਰੋਂ ਵੇਖੋ, ਯਾਨੀ ਮਿਸਾਲ ਦੇ ਤੌਰ ਤੇ ਵੇਖੋ, ਸਾਡਾ ਦੇਸ਼ ਸੁਹਾਗਣ ਸਾਰਾ ਚੱਪੇ ਚੱਪੇ ਖੂਹ ਵਗਦੇ। ਅਸਲ ਵਿੱਚ 5 ਦਰਿਆ ਸੀ, 5 ਦਰਿਆਵਾਂ ਦੀ ਵਜ੍ਹਾ ਤੋਂ ਪਾਣੀ ਦੀ ਫਰਾਵਾਨੀ ਸੀ ਔਰ ਪਾਣੀ ਦੀ ਫਰਾਵਾਨੀ ਤੋਂ ਇਲਾਵਾ ਜ਼ੇਰੇ ਜ਼ਮੀਨ ਪਾਣੀ ਦਾ ਵਾਟਰ ਲੈਵਲ ਵੀ ਬਹੁਤ ਅੱਪ ਸੀ, ਜਿਹਦੀ ਵਜ੍ਹਾ ਤੋਂ ਕੂਏ ਖੋਦ ਕੇ ਐਵੇਂ ਕੋਈ 30-40-50 ਫੁੱਟ ਖੋਦਿਆ ਜਾਂਦਾ ਸੀ ਤੇ ਕੂਏ ਵਿੱਚੋਂ ਅੱਛਾ ਖਾਸਾ ਪਾਣੀ ਨਿਕਲ ਆਉਂਦਾ ਸੀ, ਜਿਹਦੇ ਨਾਲ ਆਪਪਾਸ਼ੀ ਕਰਕੇ ਜ਼ਰਾਤ ਔਰ ਖੇਤੀਬਾੜੀ ਕੀਤੀ ਜਾਂਦੀ ਸੀ। ਉਸ ਸੈਂਸ 'ਚ ਕਹਿ ਰਿਹਾ ਹੈ ਕਿ ਚੱਪੇ ਚੱਪੇ ਖੂਹ ਵਗਦੇ ਨੇ, ਥੋੜ੍ਹੇ ਥੋੜ੍ਹੇ ਫਾਸਲੇ ਉੱਤੇ ਕੂਏ ਨੇ ਔਰ ਉਹਨਾਂ ਕੂਏਆਂ ਦੀ ਮਦਦ ਨਾਲ, ਉਹਨਾਂ ਖੂਹਾਂ ਦੀ ਮਦਦ ਨਾਲ ਫਸਲਾਂ ਉਗਾਈਆਂ ਜਾਂਦੀਆਂ ਨੇ, ਜਿਹਦੀ ਵਜ੍ਹਾ ਤੋਂ ਪੂਰਾ ਦੇਸ਼ ਪੰਜਾਬ ਸੁਹਾਗਣ ਹੈ, ਯਾਨੀ ਸਰਸਬਜ਼ੋ ਸ਼ਾਦਾਬ ਹੈ। ਲੋਰੀ ਮਾਂ ਤੇ ਬੱਚੇ ਦਾ ਗੀਤ ਹੈ ਜਿਹਦੇ ਵਿੱਚੋਂ ਮਾਂ ਦੀ ਮਮਤਾ ਡੁੱਲ ਡੁੱਲ ਪੈਂਦੀ ਹੈ। ਲੋਰੀ ਗੀਤ ਨਿੱਕੇ ਬਾਲ ਨੂੰ ਬਹਿਲਾਉਣ, ਪਰਚਾਣ, ਸਵਾਣ ਤੇ ਅੜੀ ਪਏ ਬਾਲ ਨੂੰ ਚੁੱਪ ਕਰਾਉਣ ਲਈ ਬੱਚੇ ਦੀ ਮਾਂ, ਵੱਡੀ ਭੈਣ, ਦਾਦੀ ਜਾਂ ਨਾਨੀ ਵੱਲੋਂ ਗਾਇਆ ਜਾਂਦਾ ਹੈ ਤੇ ਨਾਲ ਬੱਚੇ ਨੂੰ ਥਾਪੜਿਆ ਵੀ ਜਾਂਦਾ ਹੈ। ਇਸ ਗੀਤ ਵਿੱਚ ਜਿੱਥੇ ਜਜ਼ਬਿਆਂ, ਦੁਆਵਾਂ, ਨੇਕ ਤਮੰਨਾਵਾਂ ਦਾ ਹੜ ਹੁੰਦਾ ਹੈ, ਹੜ ਸੈਲਾਬ, ਉੱਥੇ ਹਰ ਲੋਰੀ ਵਿੱਚ ਪੰਜਾਬ ਦੀ ਵੱਸੋਂ ਦੇ ਝਲਕਾਰੇ ਵੀ ਮਿਲਦੇ ਨੇ। ਬਾਵਾ ਤੇ ਬਾਵੀ ਜਿਹੜੇ ਸਾਂਝੇ ਟੱਬਰ ਪਰਿਵਾਰ ਕੰਬਾਈਨ ਫੈਮਿਲੀ ਸਿਸਟਮ ਵਿੱਚ ਸਰਬਰਾਹ ਦੀ ਹੈਸੀਅਤ ਰੱਖਦੇ ਨੇ, ਉੱਥੇ ਬਾਵੇ ਦਾ ਕੰਮ ਜ਼ਰੀਆ ਮੁਆਸ਼ ਦਾ ਬੰਦੋਬਸਤ ਕਰਨਾ ਤੇ ਬਾਵੀ ਦਾ ਕੰਮ ਚੁੱਲ੍ਹਾ ਚੌਂਕਾ ਸੰਭਾਲਣਾ ਵੀ ਹੈ। ਸਾਰੇ ਸਾਡੇ ਪਿੰਡਾਂ ਵਿੱਚ ਅੱਜ ਵੀ ਰਸੋਈ ਵਿੱਚ ਚੁੱਲ੍ਹੇ ਮੂਹਰੇ ਪਾ ਕੇ ਖਾਣਾ ਖਵਾਉਣ ਤੇ ਵਰਤਾਉਣ ਦਾ ਤਰੀਕਾ ਰਾਇਜ ਹੈ। ਕਾਕੇ ਦੀ ਮਾਂ ਪੂਣੀਆਂ ਵੀ ਵੱਟਦੀ ਹੈ ਤੇ ਨਾਲ ਬਾਲ ਨੂੰ ਲੋਰੀ ਵੀ ਦਿੰਦੀ ਹੈ। ਕਾਕਾ ਜਿਹਨੂੰ ਰੋਟੀ ਟੁੱਕਰ ਨਾਲ ਕੋਈ ਲੈਣ ਦੇਣ ਨਹੀਂ, ਜਿਹਨੇ ਉੱਕਾ ਮਾਂ ਦਾ ਦੁੱਧ ਹੀ ਪੀਣਾ ਹੈ, ਉਹ ਇਸ ਸਾਂਝ ਭਰੋਂ ਖਿੜ ਖਿੜ ਹੱਸਦਾ ਤੇ ਮੌਜਾਂ ਮਾਣਦਾ ਹੈ।
ਯਾਨੀ ਦੱਸਣ ਦਾ ਮਕਸਦ ਹੈ ਕਿ ਬਜ਼ਾਹਿਰ ਹੈ ਇੱਕ ਲੋਰੀ ਹੈ ਜਿਹੜੀ ਮਾਂ ਬੱਚੇ ਨੂੰ ਗੋਦ ਵਿੱਚ ਲੈ ਕੇ ਸੁਣਾ ਰਹੀ ਹੈ, ਲੇਕਿਨ ਇਹਦੇ ਵਿੱਚ ਸਾਡਾ ਪੁਰਾਣੇ ਪੰਜਾਬ ਦਾ ਸਾਂਝਾ ਟੱਬਰ ਪਰਿਵਾਰ ਜਾਂ ਕੰਬਾਈਨ ਫੈਮਿਲੀ ਸਿਸਟਮ ਪੂਰਾ ਬਿਆਨ ਕਰ ਦਿੱਤਾ ਗਿਆ ਹੈ। ਮਿਸਾਲ ਵੇਖੋ, ਤੁਸੀਂ ਸਭ ਨੇ ਯਕੀਨਨ ਸੁਣੀ ਹੋਏਗੀ, ਅੱਲੜ ਬੱਲੜ ਤੋਂ ਮੁਰਾਦ ਲੋਰੀ ਗੀਤ ਹੈ। ਬਾਵੇ ਦਾ ਬਾਵਾ ਤੁਹਾਨੂੰ ਦੱਸਿਆ ਫੈਮਿਲੀ ਹੈੱਡ, ਬਾਵਾ ਕਣਕ ਲਿਆਵੇਗਾ, ਕਣਕ ਲਿਆਉਣ ਤੋਂ ਮੁਰਾਦ ਜ਼ਰੀਆ ਮੁਆਸ਼ਦਾ ਬੰਦੋਬਸਤ ਕਰਨਾ, ਕਣਕ ਦਾਣੇ ਯਾਨੀ ਕਣਕ ਸਾਡੇ ਪੰਜਾਬ ਵਿੱਚ ਸਾਡੇ ਸਮਾਜ ਵਿੱਚ ਸਟੇਟਸ ਦਾ ਸਿੰਬਲ ਸਮਝਿਆ ਜਾਂਦਾ ਹੈ, ਜ਼ਰੀਆ ਮੁਆਸ਼ ਦਾ ਬੰਦੋਬਸਤ ਕਰਨਾ ਫੈਮਿਲੀ ਹੈੱਡ ਯਾਨੀ ਬਾਵੇ ਦੀ ਜ਼ਿੰਮੇਦਾਰੀ। ਬਾਵੀ ਬਹਿ ਕੇ ਛੱਟੇਗੀ, ਫੈਮਿਲੀ ਹੈੱਡ ਖਾਤੂਨ ਦਾਦੀ, ਅਗਰ ਉਹ ਨਾ ਹੋਵੇ ਮਤਲਬ ਬਾਵਾ ਯਾਨੀ ਦਾਦਾ ਉਹਦੀ ਮਿਸਿਜ, ਫਿਰ ਸਭ ਤੋਂ ਵੱਡੀ ਭਰਜਾਈ ਜਿਹੜੀ ਜਾਂ ਸਭ ਤੋਂ ਵੱਡੀ ਬਹੂ ਉਹ ਚੁੱਲ੍ਹਾ ਚੌਂਕਾ ਸਾਂਭੇਗੀ। ਉਹਦੀ ਜ਼ਿੰਮੇਦਾਰੀ ਹੈ ਕਿ ਉਹ ਪਹਿਲੇ ਕਣਕ ਛੱਟੇਗੀ, ਮਾਂ ਪੂਣੀਆਂ ਵੱਟੇਗੀ, ਬੱਚੇ ਦੀ ਮਾਂ ਯਾਨੀ ਘਰ ਵਿੱਚ 5-7-8-8 ਭਾਈ ਹੁੰਦੇ ਸੀ ਔਰ ਸਾਰੀਆਂ ਭਰਜਾਈਆਂ ਵਿੱਚ ਆਪਸ ਵਿੱਚ ਕੰਮ ਵੰਡਿਆ ਹੁੰਦਾ ਸੀ। ਸੋ ਬੱਚੇ ਦੀ ਮਾਂ ਜਿਹੜੀ ਹੈ ਜਿਹੜੀ ਲੋਰੀ ਦੇ ਰਹੀ ਹੈ ਉਹਦੇ ਜ਼ਿੰਮੇ ਚਰਖਾ ਕੱਤਣਾ, ਪੂਣੀਆਂ ਵੱਟਣਾ ਵਗੈਰਾ। ਬਾਵੀ ਮਨ ਪਕਾਵੇਗੀ, ਬਾਵੀ ਜਿਹਨੇ ਪਹਿਲੇ ਗੰਦਮ ਨੂੰ ਛੱਟਿਆ ਹੈ, ਸਾਫ਼ ਕੀਤਾ ਹੈ, ਪੀਸਿਆ ਹੈ, ਆਟਾ ਗੁੰਨਿਆ ਹੈ, ਹੁਣ ਉਹਨੇ ਰੋਟੀਆਂ ਪਕਾਉਣੀਆਂ, ਮਨ ਰੋਟੀ। ਬਾਵਾ ਬੈਠਾ ਖਾਵੇਗਾ, ਕਾਕਾ ਖਿੜ ਖਿੜ ਹੱਸੇਗਾ, ਯਾਨੀ ਕਾਕਾ ਜਿਹਨੇ ਰੋਟੀ ਨਹੀਂ ਖਾਣੀ ਉਹ ਖੁਸ਼ ਹੋ ਰਿਹਾ ਇਸ ਸਾਰੇ ਮਾਹੌਲ ਤੋਂ। ਬੁਨਿਆਦੀ ਤੌਰ 'ਤੇ ਤੇ ਸਾਡਾ ਤਹਿਜ਼ੀਬੋ ਸਕਾਫਤ ਹੈ ਜਿਹੜਾ ਇਸ ਲੋਰੀ ਦੇ ਜ਼ਰੀਏ ਅੱਗੇ ਸਾਡੇ ਤੱਕ ਪਹੁੰਚਿਆ ਜਾਂ ਸਾਨੂੰ ਪਤਾ ਲੱਗਾ। ਲੋਕ ਗੀਤ ਡੋਲਾ ਜਿਹੜਾ ਸਾਹੀਵਾਲ, ਝੰਗ ਤੇ ਸਰਗੋਧੇ ਦੇ ਇਲਾਕੇ ਦਾ ਖਾਸ ਗੀਤ ਹੈ, ਉਹਦੇ ਵਿੱਚ ਵੀ ਰਹਿਤਲ ਬੈਤਲ ਤੇ ਵੱਸੋਂ ਦੇ ਝਲਕਾਰੇ ਮਿਲਦੇ ਨੇ। ਇਹ 3-4 ਮਿਸਾਲਾਂ ਔਰ 3-4 ਲੋਕ ਗੀਤਾਂ ਦੇ ਜ਼ਰੀਏ ਅਸੀਂ ਇਹ ਵੱਸੋਂ ਦੇ ਝਲਕਾਰੇ ਵਾਲੇ ਯਾਨੀ ਫਸਟ ਪੁਆਇੰਟ ਨੂੰ ਡਿਫੈਂਡ ਕਰਾਂਗੇ। ਡੀਗਰ ਵੇਲੇ ਯਾਨੀ ਅਸਰ ਵੇਲੇ ਸਵਾਣੀਆਂ ਘੜੇ ਸਵਾਣੀਆਂ ਔਰਤਾਂ ਘੜੇ ਸਿਰਾਂ ਉੱਤੇ ਚੁੱਕ ਕੇ ਤੇ ਬੂਹਿਆਂ ਅੱਗੇ ਤੰਦੂਰੀਆਂ ਤਾ ਕੇ, ਯਾਨੀ ਹਰ ਘਰ ਦੇ ਵਿੱਚ ਅਫਰਾਦੇ ਖਾਨਾ ਜ਼ਿਆਦਾ ਹੁੰਦੇ ਸੀ ਤੇ ਘਰ ਦੇ ਵਿੱਚ ਹੀ ਤੰਦੂਰ ਜਾਂ ਤੰਦੂਰੀਆਂ ਲਾਈਆਂ ਹੁੰਦੀਆਂ ਸੀ ਜਿਹਦੇ ਉੱਤੇ ਛੇਤੀ ਨਾਲ ਜ਼ਿਆਦਾ ਅਫਰਾਦ ਦੀਆਂ ਰੋਟੀਆਂ ਪੱਕ ਜਾਂਦੀਆਂ ਸੀ। ਬੂਹਿਆਂ ਅੱਗੇ ਤੰਦੂਰੀਆਂ ਤਾ ਕੇ ਖੜੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਹੋਣਗੀਆਂ ਇਹਨਾਂ ਵੰਗੀਆਂ ਤੋਂ ਬਖੂਬੀ ਅੰਦਾਜ਼ਾ ਹੋ ਜਾਂਦਾ ਹੈ। ਇਹ ਦੋ ਮਿਸਾਲਾਂ ਵੇਲੇ ਡੀਗਰ ਦੇ ਨਾਰੀ ਪਹਿਨ ਪੋਸ਼ਾਕਾਂ ਯਾਨੀ ਅਸਰ ਦੇ ਵੇਲੇ ਸੂਰਜ ਗਰੂਬ ਹੋਣ ਤੋਂ ਪਹਿਲੇ ਪਹਿਲੇ ਔਰਤਾਂ ਲਿਬਾਸ ਪਾ ਕੇ ਸਾਫ਼ ਸੁਥਰੇ ਕੱਪੜੇ ਪਾ ਕੇ ਪਾਣੀ ਵਿੱਚੋਂ ਨਿਕਲੀਆਂ ਕੂੰਜਾਂ ਵਾਂਗ ਕਤਾਰਾਂ, ਕਹਿੰਦੇ ਪਾਣੀ ਭਰਨ ਵਾਸਤੇ ਘੜੇ ਸਿਰ ਵਿੱਚ ਸਿਰ ਤੇ ਚੁੱਕ ਕੇ ਲਾਈਨ ਦਰ ਲਾਈਨ ਕਤਾਰ ਦਰ ਕਤਾਰ ਇਸ ਤਰ੍ਹਾਂ ਜਾ ਰਹੀਆਂ ਹੁੰਦੀਆਂ ਸੀ ਜਿਵੇਂ ਕੂੰਜਾਂ ਦੀਆਂ ਕਤਾਰਾਂ ਡਾਰਾਂ ਪਾਣੀ ਵਿੱਚੋਂ ਨਿਕਲ ਕੇ ਉੱਡ ਰਹੀਆਂ ਹੋਣ। ਤੁਸੀਂ ਵੇਖੋ ਇਮੈਜੀਨੇਸ਼ਨ, ਸ਼ਾਇਰ ਦਾ ਤਖੈਲ ਕੈਸਾ ਖੂਬਸੂਰਤ ਹੈ। ਨਾਰੀ ਕਿੱਡੀਆਂ ਸੋਹਣੀਆਂ ਲੱਗਦੀਆਂ ਹਨ, ਔਰਤਾਂ ਕਿੰਨੀਆਂ ਖੂਬਸੂਰਤ ਲੱਗਦੀਆਂ ਨੇ। ਡੀਗਰ ਬੂਹੇ ਅੱਗੇ ਖਲੀਆਂ ਤਾ ਤੰਦੂਰੀਆਂ, ਮਗਰਬ ਤੋਂ ਜ਼ਰਾ ਪਹਿਲੇ ਅਸਰ ਵੇਲੇ ਤੰਦੂਰੀਆਂ ਤਾ ਕੇ ਬੂਹੇ ਅੱਗੇ ਦਰਵਾਜ਼ੇ ਦੇ ਸਾਹਮਣੇ ਖੜੀਆਂ ਕਿੰਨੀਆਂ ਖੂਬਸੂਰਤ ਲੱਗ ਰਹੀਆਂ ਨੇ। ਯਾਨੀ ਇੱਕ ਮੰਜ਼ਰਕਸ਼ੀ, ਇੱਕ ਮੰਜ਼ਰਨਾਮਾ ਉਹਨੇ ਪੰਜਾਬ ਦੇ ਪਿੰਡਾਂ ਦਾ ਪੇਸ਼ ਕਰ ਦਿੱਤਾ ਹੈ। ਲੋਕ ਗੀਤਾਂ ਵਿੱਚ ਪੰਜਾਬ ਦਾ ਜੋਗਰਾਫੀਆ ਬਹੁਤ ਆਮ ਟੌਪਿਕ ਹੈ, ਇਹ ਵੀ ਸੇਮ ਇਸ ਤਰ੍ਹਾਂ ਵੀ ਕੁਐਸਚਨ ਪੁੱਛ ਸਕਦਾ ਹੈ, ਫਿਰ ਤੁਸੀਂ ਇਹਨੂੰ ਇਸ ਪੁਆਇੰਟ ਨੂੰ ਨੰਬਰ 1 ਤੇ ਡਿਸਕਸ ਕਰੋਗੇ। ਪੰਜਾਬ ਦਾ ਜੋਗਰਾਫੀਆ ਹਰੇ ਭਰੇ ਖੇਤਾਂ, ਸਰਸਬਜ਼ ਬਾਰਾਂ, ਠਾਠਾਂ ਮਾਰਦੀਆਂ ਨਹਿਰਾਂ ਦਰਿਆਵਾਂ, ਹਜ਼ਾਰਾਂ ਮੀਲਾਂ ਵਿੱਚ ਫੈਲੇ ਸਹਿਰਾਵਾਂ, ਪੋਠੋਹਾਰ ਦੀਆਂ ਉੱਚੀਆਂ ਨੀਵੀਆਂ ਥਾਵਾਂ ਤੇ ਪਹਾੜਾਂ ਉੱਤੇ ਮੁਸ਼ਤਮਿਲ। ਪੰਜਾਬ ਦੇ ਲੋਕ ਗੀਤਾਂ ਵਿੱਚ ਇਹ ਸਾਰੇ ਜੋਗਰਾਫੀਆਈ ਰੰਗ ਬੜੀ ਤਫਸੀਲ ਨਾਲ ਬਿਆਨ ਹੋਏ ਨੇ। ਸੰਮੀ ਗੀਤ ਦੇ 3 ਬੋਲਾਂ ਵਿੱਚ ਫਸਲ ਗੱਡਣ ਯਾਨੀ ਕਾਸ਼ਤ ਕਰਨ, ਪੱਕਣ ਤੇ ਵੱਢਣ ਦਾ ਅੰਦਾਜ਼ ਵੇਖੋ। ਮੈਂ ਤੇਰੀ ਸੰਮੀ, ਫੜ ਲੈ ਹਲ ਜੋਤਰਾ, ਹੋ ਮੇਰੇ ਢੋਲਾ। ਹਲ ਜੋਤਰਾ ਯਾਨੀ ਸਭ ਤੋਂ ਪਹਿਲੇ ਫਸਲ ਕਾਸ਼ਤ ਕਰਨ ਵਾਸਤੇ ਪੈਲੀ ਵਿੱਚ ਹਲ ਵਾਹਿਆ ਜਾਂਦਾ ਹੈ। ਇਹ ਸੰਮੀ ਆਪਣੇ ਮਹਿਬੂਬ ਢੋਲੇ ਨੂੰ ਕਹਿ ਰਹੀ ਹੈ ਕਿ ਚੱਲ ਬਈ ਹਲ ਜੋਤਰਾ ਲੈ ਕੇ ਪੈਲੀ ਵਿੱਚ ਚੱਲ, ਤਾਂ ਕਿ ਅਸੀਂ ਪੈਲੀ ਵਾਹ ਕੇ ਉਹਦੇ ਵਿੱਚ ਫਸਲ ਕੱਢੀਏ। ਮੈਂ ਤੇਰੀ ਸੰਮੀ, ਸੋਨਾ ਜੰਮਦੇ ਖੇਤ, ਹੋ ਮੇਰੇ ਢੋਲਾ। ਮੈਂ ਤੇਰੀ ਸੰਮੀ ਮਹਿਬੂਬਾ ਵਾਂ, ਅਸੀਂ ਰਲ ਕੇ ਮਿਹਨਤ ਕੀਤੀ ਔਰ ਖੇਤ ਉੱਗ ਪਏ ਔਰ ਸੋਨਾ ਜੰਮਣ ਲੱਗ ਪਏ। ਯਾਨੀ ਗੰਦਮ ਦੀ ਫਸਲ ਜਦੋਂ ਪੱਕ ਕੇ ਤਿਆਰ ਹੋ ਜਾਂਦੀ ਹੈ
बिल्कुल सोने जैसा गोल्डन कलर हो जाता है वो। मैं तेरी सम्मी दाती फड़ लै हालिया वो मेरे ढोला। इतने हुण उन्हें मेहनत की, मेहनत का रिस्पोंस, फसल पक के तैयार हो गई, हुण दातरी लै के दरांती लै के फसल कट्टण वास्ते तुर पए। ठीक है जी, 3 मिसरिया में उन्हें पूरी फसल तैयार कर दी। पुराने जमाने में पंजाब की वंड 12 विच सी। बार वो इलाका होंदा है जिहड़ा दो दरियावां दा दरमियानी इलाका दुआबा कहलांदा है। वो दो दरियावां दे जिहड़ा नाल नाल दा इलाका होंदा है उहनूं ते दरिया सैराब करदे ने, लेकिन जिहड़ा दोनों के दरमियान विच दरियावां तों दूर इलाका होंदा है उहनूं बार कहिंदे ने। उत्थों तक दरिया का पानी नहीं पहुँचता, बारिश बारिश नूं बारान किया जाता है, यानी उस इलाके का दारो मदार बारिशा उत्ते होंदा है, इस वास्ते उन्होंने बारानी इलाके या बारां किया जाता है। सो पंजाब के पुराने डिवीजन या वंड 12 विच सी। नीली बार, रावी बार, सांदल बार, गंजी बार, किराना बार मशहूर 12 ने। लोक गीत माहिया विच 12 का जिक्र देखो, मीह वस गया 12 ते, अल्लाह साईं फजल करे परदेसियां यारां ते। माहिया है और माहिए विच 12 का जिक्र मिलते। कोई नीली दी मझ होवे, नीली बार नीली का इलाका, और नीली बार की मझ वैसे भी नस्ल के एतबार नाल मारूफ है। कोई नीली की मझ होवे, असा माई वो लैना जिहदे विच ना कज होवे। कज कहिंदे ने बुराई। पंजाबी दरियाई इलाकियां दे गीतां विच पाणी, लहरां, मौजां, तूफाना, बेड़ियां, चप्पूआं, मलावां ते पतन का जिक्र मिलता है। ढोले दे बोल वेखो, बेड़ी कादर कदी लामणी होंदी है पर धिकण हुंदा वस मला दे। की मतलब है? मला यानी कश्ती चलाण वाला, सेलर, धिकण यानी कश्ती चलाना। मला ने सिर्फ कोशिश करके कश्ती चलानी होंदी है, बेड़ी यानी कश्ती नूं कादर कुदरत वाला यानी अल्लाह ताला, कंधी लामणी यानी किनारे ते लाना होता है। सो इहदे विच तुसीं वेखो कि एक ते डिपेंड अल्लाह ताला दी जात उत्ते, और दूसरा किस तरह उन्हें खूबसूरती नाल बेड़ी और मला और पतन ए सारे जिक्र उन्हें छोटे जे ढोले दे दो बोलां विच कर दिते ने। इहदे तों पता लगदा है कि आ कोई दरियाई इलाके दे लोग ने उहनां दा बनाया होया जां जोड़िया होया ढोला। सहरा चूलेस्तान ते रोई दा इलाका जिथे पानी की कमी होंदी है ते दरख्तां उत्ते भी पानी की कमी के असरात मुरतब होंदे ने। मुंडा रोई दे किकर नालों काला, ए प्रूफ रीडिंग की गलती है जी, रोही कर लेना। रोही कहिंदे ने डेजर्ट नूं, चूलेस्तान के इलाके नूं। मुंडा रोई दे किकर नालों काला बापू दे पसंद आ गया। ए बोली है सिर्फ एक मिसरे का गीत, और उहदे विच उहने रोई दे इलाके दे जिहड़े पानी की कमी का शिकार पौधे या दरख्त होंदे ने किकर, ठीक है जी, उहदा जिक्र किया। पोठोहारी लहजे का वखरेवा पोठोहारी गीतां का अपने आप ही पता देता है। कणकां नी राई हो सी, ठंडी ठंडी वाज झुलनी, सजना दरों आई हो सी। सो पोठोहार दे लहजे विच थोड़ा जिहा फर्क है। मसलन होसी असी नहीं बोलते, हो बोलते ने। कणकां नी राई हो सी, ठंडी ठंडी वाज झुलनी यानी ठंडी ठंडी हवा चल रही है, सजना दरों आई हो सी। इंज लगता है कि महबूब दे इलाके विचों, महबूब दे तरफों, महबूब वालों या उहदे इलाके वालों आई होवेगी। तीसरा पॉइंट, लोक गीतां विच पंजाब दी खुशहाली का जिक्र। स्पैसीफिक ए हैडिंग भी हो लोक गीतां वाले क्वेश्चन विच सैट कर सकता है। अगर ए हैडिंग पुछे इहनूं नंबर 1 ते डिस्कस करोगे। पंज दरियावां दी धरती पंजाब कदी सप्त संधू यानी सत्त दरियावां दी धरती सी। सप्त सत्त नूं कहिंदे ने सैवन, संधू दरिया नूं या पानी नूं कहिंदे ने। सप्त संधू सात दरियाओं की सरजमीन। तारीख गवाह है कि अज तो 5000 वरे पहला भी पंजाब हड़प्पाई तहजीब के बाबल, नैनवा ते मैसोपोटीमिया दी तहजीबा नाल तजारती रवाबत सी। बाबल, नैनवा ते मैसोपोटीमिया इराक का इलाका है। उदों ते हुण भी पंजाबी देश खुशहाली का नमूना सी। पंजाब की इस खुशहाली का जिक्र वारस शाह ने हीर विच भी किया है। खुशहाली भारों देश पंजाब दियां मुटियारां दे नाल नाल नौजवान गभरू भी वाले, कोकले, मुंदरां, छापां, कड़े, कैंठे ते तवीत पांदे सन।
ਇਹ ਉਹ ਜ਼ੇਵਰਾਤ ਨੇ ਜਿਹੜੇ ਮੁੰਡੇ ਇਸਤੇਮਾਲ ਕਰਦੇ ਸੀ। ਇਹ ਵਾਲੇ, ਕੋਕਲੇ ਔਰ ਮੁੰਦਰਾਂ ਤਿੰਨੋਂ ਹੀ ਕੰਨਾਂ ਦੇ ਜ਼ੇਵਰ ਨੇ। ਛਾਪਾਂ ਯਾਨੀ ਅੰਗੂਠੀਆਂ ਕੜੇ ਬਾਜ਼ੂ ਵਿੱਚ ਪਾਉਣ ਵਾਲਾ, ਔਰ ਕੈਂਠੇ ਗਲੇ ਵਿੱਚ ਪਾਉਣ ਵਾਲਾ, ਔਰ ਤਵੀਤ ਵੀ ਗਲੇ ਵਿੱਚ ਪਾਉਣ ਵਾਲਾ ਜ਼ੇਵਰ। ਪੰਜਾਬ ਦੀਆਂ ਮੁਟਿਆਰਾਂ ਦੇ ਕੁਦਰਤੀ ਰੂਪ ਉੱਤੇ ਟਗੇ ਦਾ ਸੱਕ, ਟਗਾ ਕਹਿੰਦੇ ਨੇ ਬਿਲਕੁਲ, ਯਾਨੀ ਇੱਕ ਪੈਸਾ, ਇੱਕ ਸਿੰਗਲ ਪੈਨੀ, ਸੱਕ ਦਾਤਣ ਨੂੰ ਕਹਿੰਦੇ ਨੇ, ਅਖਰੋਟ ਦੀ ਛਾਲ। ਪੰਜਾਬ ਦੀਆਂ ਮੁਟਿਆਰਾਂ ਦੇ ਕੁਦਰਤੀ ਰੂਪ ਉੱਤੇ ਟਗੇ ਦਾ ਸੱਕ ਕੀ ਗਜ਼ਬ ਢਾਂਦਾ ਹੋਵੇਗਾ ਜੇ ਤਵੀਤਾਂ ਵਾਲੇ ਮੁੰਡੇ ਕੁਰਬਾਨ ਹੋ ਜਾਂਦੇ ਸਨ। ਤਵੀਤਾਂ ਵਾਲੇ ਮੁੰਡੇ ਤੋਂ ਮੁਰਾਦ ਖਾਂਦੇ ਪੀਂਦੇ ਘਰ ਦਾ ਗੱਭਰੂ ਨੌਜਵਾਨ। ਖਬਰੇ ਇਸੇ ਲਈ ਵਾਰਸ ਸ਼ਾਹ ਨੇ ਆਖਿਆ ਸੀ, ਸੁਰਖੀ ਹੁੰਟਾਂ ਦੀ ਲੋੜ ਦੰਦਾਸੜੇ ਦਾ, ਖੋਜੇ ਖੱਤਰੀ ਕਤਲ ਬਾਜ਼ਾਰ ਵਿੱਚੋਂ। ਇਹ ਹੀਰ ਦੇ ਸਰਾਪੇ ਵਿੱਚੋਂ ਹੈ ਜਿਹਦੇ 'ਚ ਉਹ ਹੀਰ ਦੇ ਹੋਂਟਾਂ ਦੀ ਸੁਰਖੀ ਦੀ ਤਾਰੀਫ ਕਰ ਰਿਹਾ ਹੈ ਕਿ ਹੀਰ ਦੇ ਹੋਂਟ ਇਸ ਕਦਰ ਸੁਰਖ ਸੀ ਕੁਦਰਤੀ ਤੌਰ ਤੇ, ਉੱਤੋਂ ਲੋੜ ਦੰਦਾਸੜੇ ਦਾ, ਲੋੜ ਕਹਿੰਦੇ ਨੇ ਗਜ਼ਬ ਢਾਣਾ, ਯਾਨੀ ਇੱਕ ਤੇ ਵੈਸੇ ਹੋਂਟ ਸੁਰਖ ਕਲਰ ਦੇ, ਉੱਤੋਂ ਫਿਰ ਦੰਦਾਸਾ ਜਿਹੜਾ ਗਜ਼ਬ ਢਾ ਰਿਹਾ ਸੀ। ਖੋਜੇ ਔਰ ਖੱਤਰੀ, ਇਹ ਖੋਜੇ ਮੁਸਲਮਾਨਾਂ ਵਿੱਚ ਹੁੰਦੇ ਨੇ, ਸ਼ੇਖ ਫੈਮਿਲੀ ਜਿਹੜੇ ਬਿਜ਼ਨਸ ਕਾਰੋਬਾਰ ਵਿੱਚ ਇਨਵੋਲਵ ਨੇ, ਔਰ ਖੱਤਰੀ ਹਿੰਦੂਆਂ ਵਿੱਚ ਨੇ। ਖੋਜੇ ਔਰ ਖੱਤਰੀ ਯਾਨੀ ਇਹ ਬਹੁਤ ਜ਼ਿਆਦਾ ਪੈਸੇ ਦੇ ਪੁੱਤਰ ਹੁੰਦੇ ਨੇ, ਇਹਨਾਂ ਵਾਸਤੇ ਹਰ ਵੇਲੇ ਪੈਸਾ ਪੈਸਾ ਪੈਸਾ, ਕਾਰੋਬਾਰ ਕਾਰੋਬਾਰ ਬਸ। ਕਹਿੰਦਾ ਉਹ ਵੀ ਬਾਜ਼ਾਰ ਵਿੱਚ ਜਿਸਲੇ ਹੀਰ ਦਾ ਖੂਬਸੂਰਤ ਹੁੰਟਾਂ ਵੱਲ ਨਜ਼ਰ ਪਈ ਤੇ ਕਤਲ ਹੋ ਕੇ ਡਿੱਗਣਾ ਸ਼ੁਰੂ ਹੋ ਗਏ। ਸੋ ਇਹ ਤੇ ਕਲਾਸਿਕ ਸੀ, ਇਹਨੂੰ ਤੇ ਵੈਸੇ ਹੀ ਮਿਸਾਲ ਵਾਸਤੇ ਆਪਣੀ ਗੱਲ ਨੂੰ ਡਿਫੈਂਡ ਕਰਨ ਵਾਸਤੇ ਵਿੱਚ ਮਿਸਾਲ ਦੇ ਦਿੱਤੀ ਹੈ। ਅਸੀਂ ਸਿਰਫ ਇੱਥੇ ਕਲਾਸ ਫੋਕ ਵਿੱਚੋਂ, ਲੋਕ ਗੀਤਾਂ ਵਿੱਚੋਂ ਲੋਕ ਗੀਤ ਦਰਜ ਕਰਾਂਗੇ, ਇੱਕ ਬੋਲੀ ਮਿਸਾਲ ਦੀ ਵਜ੍ਹਾ ਤੋਂ। ਵੇਖੋ, ਮੁੰਡਾ ਮੋਹ ਲਿਆ ਤਵੀਤਾਂ ਵਾਲਾ, ਤਮੜੀ ਦਾ ਸੱਕ ਮਲ ਕੇ, ਯਾਨੀ ਖਾਂਦੇ ਪੀਂਦੇ ਘਰ ਦਾ ਅਮੀਰ ਕਬੀਰ ਮੁੰਡਾ, ਮੋਹ ਲੈਣਾ ਹੁੰਦਾ ਹੈ ਆਪਣਾ ਬਣਾ ਲੈਣਾ, ਆਪਣਾ ਗਰਵੀਦਾ ਕਰ ਲੈਣਾ, ਦਮੜੀ ਦਾ ਸੱਕ ਮਲ ਕੇ, ਯਾਨੀ ਕੋਈ ਇਹਤਮਾਮ ਕੀਤੇ ਬਗੈਰ, ਕੋਈ ਮੇਕਅਪ ਕੀਤੇ ਬਗੈਰ, ਕੋਈ ਜਿਊਲਰੀ ਇਸਤੇਮਾਲ ਕੀਤੇ ਬਗੈਰ, ਕੋਈ ਬਣਾਓ ਸ਼ਿੰਗਾਰ ਕੀਤੇ ਬਗੈਰ, ਸਿਰਫ ਇੱਕ ਦਾਤਣ ਮਲ ਕੇ ਉਹਦੀ ਖੂਬਸੂਰਤੀ ਨੂੰ ਐਸੇ ਚਾਰ ਚੰਨ ਲੱਗੇ ਕਿ ਉਹਨੇ ਖਾਂਦੇ ਪੀਂਦੇ ਘਰ ਦਾ ਮੁੰਡੇ ਨੂੰ ਆਪਣਾ ਗਰਵੀਦਾ ਕਰ ਲਿਆ। ਪੰਜਾਬ ਦੀ ਖੁਸ਼ਹਾਲੀ ਦੀਆਂ ਗਵਾਹ ਕੁਝ ਹੋਰ ਬੋਲੀਆਂ ਵੇਖੋ। ਉਹ ਮੇਰਾ ਵੀਰ ਕੁੜੀਓ, ਕੰਨੀ ਨੱਤੀਆਂ ਸਿੰਦੂਰੀ ਸਿਰ ਸਾਫਾ, ਯਾਨੀ ਇੱਕ ਕੁੜੀ ਦੂਸਰੀ ਕੁੜੀ ਨੂੰ ਇੰਜ ਉਂਗਲੀ ਦਾ ਇਸ਼ਾਰਾ ਕਰਕੇ, ਇੱਕ ਗੁਜ਼ਰ ਰਹੇ ਨੌਜਵਾਨ ਵੱਲ ਉਂਗਲੀ ਦਾ ਇਸ਼ਾਰਾ ਕਰਕੇ ਕਹਿ ਰਹੀ ਹੈ ਕਿ ਉਹ ਜਿਹੜਾ ਮੁੰਡਾ ਜਾ ਰਿਹਾ ਹੈ ਉਹ ਮੇਰਾ ਵੀਰ ਹੈ, ਜਿਹਦੇ ਕੰਨਾਂ ਵਿੱਚ ਨੱਤੀਆਂ, ਨੱਤੀਆਂ ਕਹਿੰਦੇ ਨੇ ਬਾਲੀਆਂ ਬਾਲੀਆਂ, ਸਿੰਦੂਰੀ ਸਿਰ ਸਾਫਾ, ਔਰ ਸਿਰ ਉੱਤੇ ਸਿੰਦੂਰੀ ਕਲਰ ਦਾ ਸਾਫਾ ਬਣਿਆ ਹੋਇਆ। ਜੱਟ ਸ਼ਾਹਾਂ ਨੂੰ ਖੰਗੂਰੇ ਮਾਰੇ, ਕਣਕਾਂ ਨਿਸਰ ਗਈਆਂ। ਜੱਟ ਪੰਜਾਬ ਦੇ, ਉਹਨਾਂ ਦੀ ਜ਼ਿੰਦਗੀ ਦਾ ਦਾਰੋ ਮੈਦਾਰ ਫਸਲਾਂ ਉੱਤੇ ਹੁੰਦਾ ਹੈ। ਜਿਸ ਵੇਲੇ ਕਣਕ ਦੀ ਫਸਲ ਨਿਸਰ ਜਾਣਾ ਯਾਨੀ ਪੱਕ ਜਾਂਦੀਆਂ ਨੇ, ਜੱਟ ਉਹਨਾਂ ਦਿਨਾਂ ਵਿੱਚ ਅਮੀਰ ਹੁੰਦੇ ਨੇ ਤੇ ਉਹ ਕਿਸੇ ਨੂੰ ਵੀ ਖਾਤਰ ਵਿੱਚ ਨਹੀਂ ਲਿਆਉਂਦੇ। ਖੰਗੂਰੇ ਮਾਰਨਾ ਹੁੰਦਾ ਹੈ ਯਾਨੀ ਕਿਸੇ ਨੂੰ ਵੀ ਖਾਤਰ ਵਿੱਚ ਨਾ ਲਿਆਉਣਾ। ਹੋਇਆ ਕਿ ਜੇ ਬੋਏ ਵਿਕ ਗਈ, ਮੈਂ ਗੱਜ ਕੇ ਮੁਕੱਦਮਾ ਜਿੱਤਿਆ। ਕੋਈ ਗੱਲ ਨਹੀਂ, ਮੇਰੀ ਜ਼ਮੀਨ ਵਿਕ ਗਈ ਤੇ ਕੋਈ ਐਸੀ ਗੱਲ ਨਹੀਂ ਹੈ, ਮੈਂ ਮੁਕੱਦਮਾ ਨਹੀਂ ਹਾਰਿਆ, ਗੱਜ ਕੇ ਮੁਕੱਦਮਾ ਜਿੱਤਿਆ, ਯਾਨੀ ਮੈਂ ਗੱਜ ਵੱਜ ਕੇ ਅੱਛੇ ਤਰੀਕੇ ਨਾਲ ਇੱਜ਼ਤ ਨਾਲ ਬਰੀ ਹੋਇਆ ਵਾਂ ਜਾਂ ਮੁਕੱਦਮਾ ਜਿੱਤਿਆ ਵਾਂ। ਤੁਹਾਨੂੰ ਪਤਾ ਹੈ ਸਾਡੀਆਂ ਕੋਰਟ ਕਚਹਿਰੀਆਂ ਵਿੱਚ ਕਈ ਕਈ ਸਾਲ ਕੇਸ ਚੱਲਦੇ ਨੇ ਜਿਹਦੀ ਵਜ੍ਹਾ ਤੋਂ ਜ਼ਮੀਨਾਂ ਤੱਕ ਵਿਕ ਜਾਂਦੀਆਂ ਨੇ ਔਰ ਅੱਛੇ ਖਾਸੇ ਅਮੀਰ ਕਬੀਰ ਲੋਕ ਜਿਹੜੇ ਨੇ ਉਹ ਫਕੀਰ ਬਣ ਜਾਂਦੇ। ਤੇਰੀ ਹਾੜੀ ਨੂੰ ਵਕੀਲਾਂ ਖਾਧਾ, ਸਾਉਣੀ ਤੇਰੀ ਸ਼ਾਹਾਂ ਲੁੱਟ ਲਈ। ਬਹੁਤ ਖੂਬਸੂਰਤ, ਨੋ ਡਾਊਟ ਪੰਜਾਬ ਜ਼ਰਈ ਕਲਚਰ ਹੈ, ਜੱਟ ਜ਼ਿਮੀਦਾਰ ਸੋਖੇ ਨੇ, ਲੇਕਿਨ ਉਸੇ ਤਰ੍ਹਾਂ ਹੀ ਅਖਰਾਜਾਤ ਵੀ ਨੇ। ਇਹ ਹਾੜੀ ਔਰ ਸਾਉਣੀ, ਇਹ ਡਿਵੀਜ਼ਨ ਹੈ ਰਬੀ ਅਤੇ ਖਰੀਫ, ਛੇ ਛੇ ਮਹੀਨਿਆਂ ਦੀ ਫਸਲਾਂ ਦੀ। ਉਹ ਕਹਿੰਦਾ ਹੈ ਜਿਹੜੀ ਹਾੜੀ ਤੋਂ ਆਮਦਨ ਹੋਈ, 6 ਮਹੀਨੇ ਦੀ ਆਮਦਨ, ਉਹ ਕੋਰਟ ਕਚਹਿਰੀ ਵਿੱਚ ਚਲੀ ਗਈ, ਵਕੀਲ ਖਾ ਗਏ, ਅਦਾਲਤਾਂ ਖਾ ਗਈਆਂ, ਵਕੀਲਾਂ ਦੀਆਂ ਫੀਸਾਂ ਵਿੱਚ ਚਲੀ ਗਈ। ਸਾਉਣੀ ਤੇਰੀ ਸ਼ਾਹਾਂ ਲੁੱਟ ਲਈ, ਔਰ ਜਿਹੜੀ ਸਾਉਣੀ ਸੀ ਉਹ ਟੈਕਸਿਸ ਵਿੱਚ ਚਲੀ ਗਈ, ਮਾਮਲੇ ਭਰਦੇ ਚਲੀ ਗਈ, ਦੂਸਰਾ ਤੀਸਰਾ। ਅੱਜ ਕੱਲ੍ਹ ਜਿਸ ਤਰ੍ਹਾਂ ਬਿਜਲੀ ਦੇ ਬਿੱਲ ਤੇ ਖਾਦ ਤੇ ਫਲਾਂ ਤੇ ਟਿਮਕਾਂ, ਤੇ ਜੱਟ ਫਿਰ ਖਾਲੀ ਹੱਥ, ਜੱਟ ਦਾ ਜੱਟ ਹੀ ਰਹਿ ਗਿਆ। ਨੀਲੀ ਘੋੜੀ ਵੇ ਵਕੀਲਾ ਤੇਰੀ, ਜੇ ਪਹਿਲੀ ਪੇਸ਼ੀ ਯਾਰ ਛੁੱਟ ਜਾਏ। ਉਹਨਾਂ ਦਿਨਾਂ ਵਿੱਚ ਘੋੜਾ ਜਾਂ ਘੋੜੀ, ਨਸਲੀ ਘੋੜੇ ਲੋਕੀ ਰੱਖਦੇ ਸੀ, ਪਾਲਦੇ ਸੀ,
ਔਰ ਕਿਸੇ ਨੂੰ ਇਨਾਮ ਦੇਣ ਵਾਸਤੇ ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਹੋ ਸਕਦੀ ਸੀ। ਇਹ ਅੱਜ ਕੱਲ੍ਹ ਇੰਝ ਹੀ ਸਮਝੋ ਜਿਵੇਂ ਕਿਸੇ ਨੂੰ ਤੁਸੀਂ BMW ਕਾਰ ਗਿਫਟ ਕਰਨੀ ਹੋਈ। ਸੋ ਵਕੀਲ ਨੂੰ ਕਿਹਾ ਜਾ ਰਿਹਾ ਹੈ ਕਿ ਨੀਲੀ ਘੋੜੀ ਤੈਨੂੰ ਦੇ ਦੇਵਾਂਗੀ, ਇਨਾਮ ਦੇ ਤੌਰ ਤੇ ਦੇ ਦਾਂਗੀ, ਜੇ ਪਹਿਲੀ ਪੇਸ਼ੀ ਵਿੱਚ ਮੇਰਾ ਯਾਰ ਬਰੀ ਹੋ ਜਾਏ। ਚੌਥਾ ਜੀ, ਲੋਕ ਗੀਤਾਂ ਰਾਹੀਂ ਪੰਜਾਬ ਦੀ ਤਾਰੀਖ, ਲਾਸਟ ਪੇਪਰ ਦੇ ਵਿੱਚ ਕੁਐਸਚਨ ਆ ਚੁੱਕਿਆ ਹੈ, ਫਿਰ ਵੀ ਆ ਸਕਦਾ ਹੈ। ਲੋਕ ਗੀਤ ਕਿਸੇ ਇਲਾਕੇ ਦੀ ਗੈਰ ਜਾਨਬਦਾਰ ਤਾਰੀਫ ਦਾ ਮੁਤਬਰ ਜ਼ਰੀਆ ਹੁੰਦੇ ਨੇ, ਕਿਉਂਕਿ ਮੁਅਰਖਾਂ ਵੱਲੋਂ ਲਿਖੀਆਂ ਗਈਆਂ ਦਰਬਾਰੀ ਸਰਕਾਰੀ ਤਾਰੀਖਾਂ ਵਿੱਚ ਹਕਾਇਕ ਨੂੰ ਮਸਖ ਕਰਕੇ ਤੇ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ। ਲੋਕ ਗੀਤਾਂ ਵਿੱਚ ਕਈ ਤਾਰੀਖੀ ਗਵਾਹੀਆਂ ਅਜਿਹੀਆਂ ਨੇ ਜਿਹੜੀਆਂ ਤਾਰੀਖਾਂ ਦੇ ਮੂੰਹ ਉੱਤੇ ਤਮਾਂਚਾ ਨੇ, ਕਿਉਂਕਿ ਉਹ ਤਾਰੀਖ ਤੋਂ ਸਾਨੂੰ ਪਤਾ ਹੀ ਨਹੀਂ ਲੱਗਦਾ ਜਿਹੜੇ ਸੱਚ ਲੋਕ ਅਦਬ ਦੇ ਜ਼ਰੀਏ ਜਾਂ ਫੋਕ ਵਿਜ਼ਡਮ ਦੇ ਜ਼ਰੀਏ ਸਾਡੇ ਤੱਕ ਪਹੁੰਚੇ ਨੇ। ਨਾਦਰ ਸ਼ਾਹ ਦੁਰਰਾਨੀ ਤੇ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਉੱਤੇ ਕਈ ਹਮਲੇ ਕੀਤੇ। ਹਰ ਹਮਲੇ ਮਗਰੋਂ ਪੰਜਾਬ ਦੀ ਸੂਰਤ ਹਾਲ ਅਜਿਹੀ ਹੁੰਦੀ ਕਿ ਬੁੱਲੇ ਸ਼ਾਹ ਜਿਹਾ ਹਸਾਸ ਸੂਫੀ ਉਰਲਾ ਉੱਠਿਆ, ਯਾਨੀ ਰੋ ਉੱਠਿਆ, ਦਰ ਖੁੱਲਾ ਹਸ਼ਰ ਅਜ਼ਾਬ ਦਾ, ਬੁਰਾ ਹਾਲ ਹੋਇਆ ਪੰਜਾਬ ਦਾ। ਯਾਨੀ ਅਹਿਮਦ ਸ਼ਾਹ ਅਬਦਾਲੀ, ਨਾਦਰ ਸ਼ਾਹ ਦੁਰਰਾਨੀ ਔਰ ਇਸ ਤੋਂ ਇਲਾਵਾ ਬਾਕੀ ਜਿੰਨੇ ਵੀ ਇਨਵੇਡਰ ਹਮਲਾਵਰ ਆਏ, ਉਹਨਾਂ ਨੇ ਪੰਜਾਬ ਦਾ ਇੰਨਾ ਬੁਰਾ ਹਾਲ ਕੀਤਾ ਕਿ ਵਾਰਸ ਸ਼ਾਹ ਨੇ ਉਹਨੂੰ ਮੈਦਾਨੇ ਹਸ਼ਰ ਨਾਲ ਤਸ਼ਬੀਹ ਦਿੱਤੀ। ਇਹ ਜਿਹੜਾ ਵਾਰਸ ਸ਼ਾਹ ਦਾ ਦੌਰ ਹੈ ਤੇ ਸਪੈਸ਼ਲੀ ਅਹਿਮਦ ਸ਼ਾਹ ਅਬਦਾਲੀ ਦਾ ਦੌਰ ਹੈ, ਉਹਨੇ ਕਿਹਾ ਕਿ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਦਾ ਉਹ ਹਾਲ ਕਰ ਦਿੱਤਾ ਜਿਵੇਂ ਪੰਜਾਬ ਵਿੱਚ ਮੈਦਾਨੇ ਹਸ਼ਰ ਕਾਇਮ ਹੋ ਗਿਆ ਹੋਵੇ। ਅਹਿਮਦ ਸ਼ਾਹ ਅਬਦਾਲੀ ਦੀ ਲੁੱਟਮਾਰ ਤੇ ਕਤਲੋ ਗਾਰਤ ਦੀ ਨੁਮਾਇੰਦਾ ਬੋਲੀ ਜੋ ਜ਼ਬਾਨ ਜ਼ਦ ਆਮ ਹੋਈ, ਮੁਲਾਹਿਜ਼ਾ ਕਰੋ, ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ। ਲਾਹੇ ਕਹਿੰਦੇ ਨੇ ਪ੍ਰੋਫਿਟ, ਯਾਨੀ ਜੋ ਤੁਸੀਂ ਖਾ ਪੀ ਲਿਆ ਹੈ ਉਹ ਹੀ ਤੁਹਾਨੂੰ ਬਚਿਆ ਹੈ, ਉਹ ਹੀ ਤੁਹਾਡੇ ਕੰਮ ਆਇਆ ਹੈ, ਜੋ ਤੁਸੀਂ ਬਚਾ ਕੇ ਰੱਖਿਆ ਜਾਂ ਸੇਵ ਕਰਕੇ ਰੱਖਿਆ ਹੈ, ਜੋੜ ਕੇ ਰੱਖਿਆ ਹੈ, ਉਹ ਅਹਿਮਦ ਸ਼ਾਹ ਆਵੇਗਾ ਤੇ ਲੁੱਟਮਾਰ ਕਰਕੇ ਲੈ ਜਾਵੇਗਾ। ਇਸ ਇੱਕ ਲਾਈਨ ਵਿੱਚੋਂ ਲੋਕਾਂ ਦੇ ਜਜ਼ਬਾਤ ਦੀ ਕਿਸ ਤਰ੍ਹਾਂ ਅਕਾਸੀ ਹੁੰਦੀ ਹੈ, ਸ਼ਾਇਦ ਹੀ ਕੋਈ ਹੋਰ ਲੋਕ ਗੀਤ ਐਸਾ ਹੋਏ ਜਿਹੜਾ ਇਸ ਤਰ੍ਹਾਂ ਇੰਨਾ ਮਤਲਬ ਜਿਹਦੇ ਵਿੱਚ ਇਬਲਾਗ ਹੋਵੇ ਔਰ ਨਾ ਹੀ ਇਸ ਕਦਰ ਸੱਚ ਹਕਾਇਕ ਸਾਨੂੰ ਕਿਸੇ ਹੋਰ ਜਗ੍ਹਾ ਤੇ ਮਿਲਣਗੇ। ਇਸੇ ਤਰ੍ਹਾਂ ਨਾਦਰ ਸ਼ਾਹ ਦੁਰਰਾਨੀ ਦੇ ਹਮਲਿਆਂ ਨੇ ਪੰਜਾਬ ਉੱਤੇ ਉਹਦੀ ਬੁਰਛਾਗਰਦੀ ਯਾਨੀ ਦਹਿਸ਼ਤਗਰਦੀ ਤੇ ਜ਼ਿਆਦਤੀਆਂ ਦਾ ਜ਼ਿਕਰ ਵੀ ਤਾਰੀਖ ਦਾ ਸਿਆਹ ਤਰੀਨ ਬਾਅਦ ਹੈ। ਲੋਕ ਗੀਤਾਂ ਵਿੱਚ ਨਾਦਰ ਸ਼ਾਹ ਦੁਰਰਾਨੀ ਦੇ ਜ਼ੁਲਮਾਂ ਦੀਆਂ ਦੋ ਮਿਸਾਲਾਂ ਵੇਖੋ। ਬਹੁਤ ਅਫਸੋਸਨਾਕ, ਆਇਆ ਨਾਦਰ ਢਹਿ ਪਈ ਚਾਦਰ, ਬਾਬਲ ਨੀਵੀਂ ਧੋਣ ਕੁੜੇ, ਗਲੀਆਂ ਦੇ ਕੱਖ ਰੋਣ ਕੁੜੇ। ਯਾਨੀ ਨਾਦਰ ਸ਼ਾਹ ਆਇਆ, ਉਹਨੇ ਉਹਦੀ ਫੌਜ ਨੇ ਢਹਿ ਪਈ ਚਾਦਰ, ਤੁਸੀਂ ਸਮਝਦਾਰ ਹੋ, ਚਾਦਰ ਇੱਜ਼ਤ ਦੀ ਅਲਾਮਤ ਹੁੰਦੀ ਹੈ, ਯਾਨੀ ਇੱਜ਼ਤਾਂ ਬਰਬਾਦ ਹੋ ਗਈ। ਬਾਬਲ ਨੀਵੀਂ ਧੋਣ ਕੁੜੇ, ਕੁੜੀਆਂ ਜਿਹੜੀਆਂ ਨਾਦਰ ਸ਼ਾਹ ਦੁਰਰਾਨੀ ਦੇ ਜ਼ੁਲਮ ਦਾ ਸ਼ਿਕਾਰ ਹੋਈਆਂ, ਉਹਨਾਂ ਦੇ ਬਾਬਲ ਗਰਦਨ ਜੁਗਾ ਲਈ, ਯਾਨੀ ਉਹਨਾਂ ਦੀ ਇੱਜ਼ਤ ਤਬਾਹ ਬਰਬਾਦ ਹੋ ਗਈ, ਨਿਲਾਮ ਹੋ ਗਈ। ਗਲੀਆਂ ਦੇ ਕੱਖ ਰੋਣ ਗੁੜੇ, ਔਰ ਗਲੀਆਂ ਮਹੱਲੇ ਵੀ ਕੱਖ ਵੀ ਆਂਸੂ ਬਹਾ ਰਹੇ ਨੇ। ਆਇਆ ਨਾਦਰ ਫੱਟੀ ਚਾਦਰ, ਬਾਹੋਂ ਚੂੜਾ ਲਿਆ ਕੁੜੇ, ਕੀ ਅਸਾਡਾ ਰਿਹਾ ਕੁੜੇ। ਯਾਨੀ ਇੱਕ ਤੇ ਲੁੱਟਮਾਰ ਕਰਕੇ ਲੈ ਜਾਂਦੇ ਸੀ, ਦੂਸਰਾ ਇੱਜ਼ਤਾਂ ਪਾਮਾਲ ਕਰ ਦਿੰਦੇ ਸੀ, ਔਰ ਤੀਸਰਾ ਔਰਤਾਂ ਨੂੰ ਮਤਲਬ ਜਿਹੜੀਆਂ ਉਹਨਾਂ ਨੇ ਮੁਨਾਸਬ ਲੱਗਦੀਆਂ ਕੁੜੀਆਂ ਬੱਚੀਆਂ ਚੁੱਕ ਕੇ ਲੈ ਜਾਂਦੇ। ਨਾਦਰ ਸ਼ਾਹ ਦੁਰਰਾਨੀ ਤੇ ਅਹਿਮਦ ਸ਼ਾਹ ਅਬਦਾਲੀ ਬਾਰੇ ਕਿਹਾ ਜਾਂਦਾ ਹੈ ਕਿ ਜਿਸਲੇ ਆਉਂਦੇ ਲੁੱਟਮਾਰ ਕਰਕੇ ਜਾਂਦੇ ਤੇ ਪੈਰਾਂ ਭਾਰ ਖੜਾ ਪੰਜਾਬ ਸਿਰ ਭਾਰ ਹੋ ਜਾਂਦਾ, ਯਾਨੀ ਮੁਆਸ਼ਰਤੀ ਔਰ ਇਕਤਸਾਦੀ ਹਵਾਲੇ ਨਾਲ ਤਬਾਹ ਬਰਬਾਦ ਹੋ ਜਾਂਦਾ। ਨੌਜਵਾਨਾਂ ਦੇ ਕਤਲ ਕਰ ਦਿੱਤੇ ਜਾਂਦੇ ਹਜ਼ਾਰਾਂ ਦੇ ਹਿਸਾਬ, ਬੱਚੇ ਮਾਰ ਦਿੱਤੇ ਜਾਂਦੇ, ਔਰਤਾਂ ਦੀ ਇੱਜ਼ਤ ਲੁੱਟੀ ਜਾਂਦੀ, ਔਰਤਾਂ ਨੂੰ ਚੁੱਕ ਕੇ ਲੈ ਜਾਂਦੇ, ਤਿਆਰ ਫਸਲਾਂ, ਖੜੀਆਂ ਫਸਲਾਂ, ਮਤਲਬ ਗੰਦਮ ਦਾ ਮੌਸਮ ਹੈ ਤੇ ਪੱਕੀ ਹੋਈ ਗੰਦਮ ਦੀ ਫਸਲ ਹਜ਼ਾਰਾਂ ਲੱਖਾਂ ਏਕੜ ਉੱਤੇ ਤਿਆਰ ਖੜੀ ਫਸਲ ਨੂੰ ਅੱਗ ਲਾ ਕੇ ਸਾੜ ਜਾਂਦੇ ਸੀ, ਕਿਉਂਕਿ ਫਸਲ ਚੁੱਕ ਕੇ ਨਾਲ ਨਹੀਂ ਸੀ ਲਿਜਾ ਸਕਦੇ। ਇਸ ਤਰ੍ਹਾਂ ਜਾਨਵਰ ਲੱਖਾਂ ਦੀ ਤਾਦਾਦ ਵਿੱਚ ਭੇਡ ਬੱਕਰੀਆਂ ਮੱਝਾਂ ਗਾਵਾਂ ਆਪਣੇ ਨਾਲ ਹਾਂਕ ਕੇ ਲੈ ਜਾਂਦੇ ਸੀ। ਇਸ ਕਦਰ ਜ਼ੁਲਮ ਅਫਗਾਨੀਆਂ ਨੇ ਪੰਜਾਬ ਉੱਤੇ ਕੀਤੇ ਨੇ। ਕੁਝ ਬੋਲੀਆਂ ਦੀ ਵੰਗੀ ਵੇਖੋ ਜਿਨ੍ਹਾਂ ਵਿੱਚ ਜੰਗ ਦੇ ਝਲਕਾਰੇ, ਫਰੰਗੀਆਂ ਦਾ ਜ਼ਿਕਰ, ਹਿਟਲਰ ਦੀ ਆਮਰੀਅਤ, ਥਾਣਾ ਕਚਹਿਰੀ ਤੇ ਅਦਾਲਤੀ ਮਾਮਲਾਤ ਦਾ ਜ਼ਿਕਰ ਮਿਲਦਾ ਹੈ। ਪਹਿਲੀ ਤੇ ਦੂਜੀ ਵੱਡੀ ਜੰਗ ਦੌਰਾਨ ਪੰਜਾਬ ਵਿੱਚੋਂ ਜਵਾਨਾਂ ਨੂੰ ਜਬਰਨ ਫੌਜ ਵਿੱਚ ਭਰਤੀ ਕਰਕੇ ਜੰਗ ਉੱਤੇ ਘਲਾਇਆ ਗਿਆ।
ਉਹਨਾਂ ਦੇ ਪਿਛਲਿਆਂ ਤੇ ਜੋ ਕੁਝ ਬੀਤੀ ਉਹਦਾ ਇਜ਼ਹਾਰ ਬੋਲੀਆਂ ਵਿੱਚ ਵੇਖੋ। ਅੱਛਾ ਜੀ, ਇਹ ਸਾਰੀਆਂ ਲਿਖਣੀਆਂ ਜ਼ਰੂਰੀ ਨੇ, ਜੋ ਤੁਹਾਨੂੰ ਮੁਨਾਸਬ ਲੱਗੇ ਸਮਝ ਆਏ ਜਿੰਨਾ ਤੁਸੀਂ ਯਾਦ ਕਰ ਸਕੋ ਉਹ ਲਿਖਣਾ। ਹਿਟਲਰ ਜੰਗ ਛੇੜ ਕੇ ਗੋਰੇ ਰਾਜ ਦੀ ਬੰਬਾਈ ਚੱਕਰੀ। ਹਿਟਲਰ ਨੇ ਜੰਗ ਸ਼ੁਰੂ ਕਰਕੇ ਗੋਰਾ ਰਾਜ ਯਾਨੀ ਬ੍ਰਿਟਿਸ਼ ਬਰਤਾਨਵੀ ਬਰਤਾਨੀਆ ਦੀ ਚੱਕਰੀ ਪਵਾ ਦੇਣਾ ਯਾਨੀ ਪਰੇਸ਼ਾਨ ਕਰਕੇ ਰੱਖ ਦੇਣਾ, ਨੱਕ ਵਿੱਚ ਦਮ ਕਰਕੇ ਰੱਖ ਦੇਣਾ। ਹੁਣ ਤੂੰ ਜੰਗ ਬੰਦ ਕਰ ਦੇ ਹਿਟਲਰ, ਬੱਚੇ ਮੁੱਕ ਗਏ ਨੇ ਮਾਵਾਂ ਤੇ। ਇਹ ਸੈਕਿੰਡ ਵਰਲਡ ਵਾਰ ਸੀ, ਐਸੇ ਸਾਡੇ ਲੋਕ ਜਿੱਥੋਂ ਅੰਗਰੇਜ਼ ਹੁਕਮਰਾਨ ਸੀ, ਹਿਟਲਰ ਨੇ ਜੰਗ ਚੱਲ ਰਹੀ ਸੀ ਸੈਕਿੰਡ ਵਰਲਡ ਵਾਰ 1939 ਤੋਂ 1945 ਤੱਕ। ਇੱਥੇ ਚੂੰਕਿ ਅੰਗਰੇਜ਼ ਹੁਕਮਰਾਨ ਸੀ, ਇੱਥੋਂ ਜਬਰਨ ਭਰਤੀਆਂ ਕਰਕੇ ਲਿਜਾਇਆ ਜਾਂਦਾ ਸੀ ਨੌਜਵਾਨਾਂ ਨੂੰ, ਜਿਹੜੇ ਫਿਰ ਕਦੀ ਵਾਪਸ ਨਹੀਂ ਆਏ। ਤੁਸੀਂ ਵੇਖੋ ਕਿਸ ਤਾਦਾਦ ਵਿੱਚ ਨੌਜਵਾਨ ਗਏ ਹੋਣਗੇ ਕਿ ਲੋਕਾਂ ਦੇ ਜ਼ਬਾਨਾਂ ਉੱਤੇ ਬੱਚੇ ਮੁੱਕ ਗਏ ਨੇ ਮਾਵਾਂ ਦੇ, ਯਾਨੀ ਇੰਨੇ ਜ਼ਿਆਦਾ ਲੋਕ ਇੱਥੋਂ ਜੰਗਾਂ ਵਿੱਚ ਲੈ ਕੇ ਗਏ ਔਰ ਮਰਵਾਏ ਗਏ ਕਿ ਇੱਥੇ ਕਾਲ ਪੈ ਗਏ। ਸੋ ਇਹਨਾਂ ਲਫ਼ਜ਼ਾਂ ਤੋਂ ਤੁਸੀਂ ਲੋਕਾਂ ਦੇ ਜਜ਼ਬਾਤ ਦਾ ਅੰਦਾਜ਼ਾ ਲਾ ਸਕਦੇ ਹੋ। ਲਾਮਾਂ ਲੱਗੀਆਂ ਪਵਾੜੇ ਪਾਏ, ਭੁੱਖ ਨੰਗ ਵਰਤ ਗਈ। ਜੰਗਾਂ ਲਾਮ ਜੰਗ ਨੂੰ ਕਹਿੰਦੇ ਨੇ, ਜੰਗਾਂ ਲੱਗਣ ਨਾਲ ਪਵਾੜੇ ਪਏ ਯਾਨੀ ਮਸਾਇਲ ਔਰ ਪਰੇਸ਼ਾਨੀਆਂ ਸ਼ੁਰੂ ਹੋ ਗਈਆਂ। ਭੁੱਖ ਨੰਗ ਵਰਤ ਗਈ ਯਾਨੀ ਇਕਤਸਾਦੀ ਹਵਾਲੇ ਨਾਲ ਮੁਲਕ ਕਮਜ਼ੋਰ ਹੋ ਗਿਆ। ਤੁਹਾਨੂੰ ਪਤਾ ਹੀ ਹੈ ਜੰਗਾਂ ਵਿੱਚ ਇਮਲਾਕ ਔਰ ਦੂਸਰਾ ਤੀਸਰਾ ਨੁਕਸਾਨਾਤ ਜਿਹੜੇ ਹੁੰਦੇ ਨੇ, ਉਹਦੀ ਵਜ੍ਹਾ ਤੋਂ ਉਹ GDP ਜਿਹੜੀ ਹੁੰਦੀ ਹੈ, ਜਿਹੜਾ ਇਕਤਸਾਦੀਆਤ ਸਾਡੀ ਹੁੰਦੀ ਹੈ, ਉਹ ਥੱਲੇ ਚਲਾ ਜਾਂਦਾ, ਬਹੁਤ ਜ਼ਿਆਦਾ ਗੁਰਬਤ ਆ ਜਾਂਦੀ। ਜਦੋਂ ਕੱਢਿਆ ਜਲੂਸ ਗਰੀਬਾਂ, ਸ਼ਹਿਰ 'ਚ 44 ਲੱਗ ਗਏ। ਅਮੀਰ ਜੋ ਮਰਜ਼ੀ ਕਰਦੇ ਰਹਿਣ, ਗਰੀਬ ਅਗਰ ਕੋਈ ਜਲੂਸ ਕੱਢ ਦੇ ਤੇ ਦਫ਼ਾ 44 144 ਆਈ ਥਿੰਕ ਹੁੰਦੀ। ਮਾਂ ਮਰ ਜਾਏ ਸਿਕੰਦਰਾ ਤੇਰੀ, ਮਾਲੀਆ ਵਧਾਉਣ ਵਾਲੇ ਆ। ਇਹ ਸਿਕੰਦਰ ਮਿਰਜ਼ਾ ਪੰਜਾਬ ਦਾ ਆਈ ਥਿੰਕ ਵਜ਼ੀਰ ਆਲਾ ਸੀ, ਇਹਨੇ ਮਾਲੀਆ ਟੈਕਸ ਹੁੰਦਾ, ਜ਼ਰਾਈ ਟੈਕਸ ਹੁੰਦਾ ਹੈ, ਇਹ ਵਧਾਇਆ ਸੀ। ਤੇ ਲੋਕਾਂ ਦੇ ਜਜ਼ਬਾਤ ਵੇਖੋ ਕਿ ਉਹਨੂੰ ਕਿਸ ਤਰ੍ਹਾਂ ਬਦੁਆਵਾਂ ਦੇ ਰਹੇ ਨੇ ਕਿ ਤੂੰ ਗਰੀਬ ਲੋਕਾਂ ਉੱਤੇ ਟੈਕਸ ਲਾ ਦਿੱਤੇ ਨੇ, ਅੱਲਾ ਕਰੇ ਤੇਰੀ ਮਾਂ ਮਰ ਜਾਏ। ਰੰਡਾ ਪੰਜਾਬ ਕੀਤਾ ਫਰੰਗੀਏ ਦੀ ਚਾਲ ਨੇ, ਬਾਗੇ ਦਾ ਬੂਹਾ ਕੋਈ ਨਾ। 1919 ਜਲਿਆਂ ਵਾਲਾ ਬਾਗ ਹਾਦਸਾ, ਬਾਗ ਜਲਿਆਂ ਵਾਲਾ ਬਾਗ, ਬੂਹਾ ਯਾਨੀ ਉਹਦੀ ਐਗਜ਼ਿਟ ਵੇ ਬਿਲਕੁਲ ਤੰਗ ਰਸਤਾ ਸੀ, ਉਹ ਜਨਰਲ ਡਾਇਰ ਨੇ ਫਾਇਰ ਕਰਨ ਦਾ ਹੁਕਮ ਦੇ ਦਿੱਤਾ। 2500 ਲੋਕ ਉਸ ਬਾਗ ਵਿੱਚ ਮੌਜੂਦ ਸੀ, ਜਿਹੜੇ ਭਗਦੜ ਮਚਣ ਦੀ ਵਜ੍ਹਾ ਤੋਂ ਇੱਕ ਦੂਸਰੇ ਦੇ ਪੈਰਾਂ ਥੱਲੇ ਆ ਕੇ ਕੁਝ ਮਾਰੇ ਗਏ, ਕਿਉਂਕਿ ਐਗਜ਼ਿਟ ਰਸਤਾ ਬਾਹਰ ਨਿਕਲਣ ਦਾ ਬਹੁਤ ਥੋੜਾ ਸੀ, ਔਰ ਬਾਕੀ ਜਿਹੜੇ ਸੀ ਉਹ ਫਾਇਰਿੰਗ ਨਾਲ ਮਾਰ ਦਿੱਤੇ ਗਏ। ਰੰਡਾ ਪੰਜਾਬ ਕੀਤਾ ਯਾਨੀ ਪੰਜਾਬ ਦੀਆਂ ਪਤਾ ਨਹੀਂ ਕਿੰਨੇ ਘਰਾਣੇ ਜਿਹੜੇ ਨੇ, ਕਿੰਨੀਆਂ ਔਰਤਾਂ ਜਿਹੜੀਆਂ ਨੇ ਬੇਵਾ ਹੋ ਗਈਆਂ, ਔਰ ਇਹ ਸਾਰੀ ਫਰੰਗੀਆਂ ਦੀ ਅੰਗਰੇਜ਼ਾਂ ਦੀ ਚਾਲ ਸੀ। ਹੱਡੀਆਂ ਤੇ ਚਰਸ ਨਹੀਂ, ਬਸ ਕਰ ਜਾ ਜਰਮਨ, ਤੇਰੇ ਦਿਲ ਵਿੱਚ ਤਰਸ ਨਹੀਂ। ਮਾਈ ਆਏ, ਹੱਡੀਆਂ ਤੇ ਚਰਸ ਨਹੀਂ, ਬਸ ਕਰ ਜਾ ਜਰਮਨ, ਤੇਰੇ ਦਿਲ ਵਿੱਚ ਤਰਸ ਨਹੀਂ। ਠੀਕ ਹੈ ਜੀ, ਹਿਟਲਰ ਨੇ ਤੁਹਾਨੂੰ ਪਤਾ ਹੈ ਕੀ ਕੁਛ ਕੀਤਾ ਸੀ। ਸੁੱਤਾ ਉੱਠਿਆ ਮਕਈ ਕੋਲੋਂ, ਰੱਬ ਕਰੇ ਲਾਮ ਟੁੱਟੇ, ਮੁੜ ਆਵੇ ਬੰਬਈ ਕੋਲੋਂ, ਅੱਲਾ ਕਰੇ ਜੰਗ ਖਤਮ ਹੋ ਜਾਏ। ਯਾਨੀ ਅਪੁਆਇੰਟ ਹੋ ਕੇ ਫੌਜ ਵਿੱਚ ਭਰਤੀ ਹੋ ਕੇ ਚਲੇ ਗਏ ਨੇ। ਇਹ ਬੰਬਈ ਦਾ ਜ਼ਿਕਰ ਇਸ ਵਾਸਤੇ ਵੇ ਕਿ ਉਸ ਵਾਸਤੇ ਉਦੋਂ ਜਿਹੜੀ ਬੰਦਰਗਾਹ ਹੈ, ਬੈਰੀ ਜਹਾਜ਼ ਹੀ ਉਸ ਵੇਲੇ ਸੋਰਸ ਹੈ ਸੀ, ਬੈਰੀ ਜਹਾਜ਼ਾਂ 'ਤੇ ਹੀ ਆਉਣ ਜਾਣ ਸੀ, ਅਤੇ ਉਹ ਬੰਬਈ ਬੰਦਰਗਾਹ ਸੀ, ਉੱਥੋਂ ਆਉਂਦੇ ਜਾਂਦੇ ਸੀ ਲੋਕ। ਅੱਲਾ ਕਰੇ ਜੰਗ ਖਤਮ ਹੋ ਜਾਏ ਔਰ ਬੰਬਈ ਤੋਂ ਹੀ ਵਾਪਸ ਆ ਜਾਏ ਮੇਰਾ ਮਹਿਬੂਬ। ਸੁੱਕੀ ਖੇਤਾਂ ਵਿੱਚ ਰਾਇਆ ਹੈ, ਰਾਇਆ ਰਾਈ ਉਹੀ ਰਾਈ ਹੈ ਜਿਹਦੇ ਬਾਰੇ ਹਦੀਸ ਹੈ ਨਵੀਂ ਪਾਕ ਦੀ ਕਿ ਜਿਹਦੇ ਦਿਲ ਵਿੱਚ ਰਾਈ ਬਰਾਬਰ ਇਮਾਨ ਵੀ ਹੋਵੇਗਾ ਉਹ ਬਖਸ਼ਿਆ ਜਾਏਗਾ। ਸੁੱਕੀ ਖੇਤਾਂ ਵਿੱਚ ਰਾਇਆ ਹੈ ਯਾਨੀ ਰਾਇਆ ਦੇ ਖੇਤ ਸੁੱਕ ਗਏ ਨੇ, ਪੱਕ ਗਏ ਨੇ, ਤਿਆਰ ਹੋ ਗਏ ਨੇ, ਵੈਰੀਆਂ ਦੇਸਦੇ ਆ, ਪਾਣੀ ਵੇਚ ਮੁਕਾਇਆ ਹੈ। ਸਿੰਧ ਤਾਸ ਐਗਰੀਮੈਂਟ ਮੁਆਹਦਾ ਜਿਹੜਾ ਸੀ ਉਹਦੇ ਵੱਲ ਕਿ ਦੇਸਦੇ ਆ ਦੁਸ਼ਮਣਾਂ ਨੇ ਇਹ ਸਿੰਧ ਤਾਸ ਮੁਆਹਦਾ ਕਰਕੇ ਪਾਣੀ ਵੇਚ ਕੇ ਦਰਿਆ ਇੰਡੀਆ ਦੇ ਹਿੱਸੇ ਵਿੱਚ ਪਾ ਕੇ ਆਪਣੇ ਆਪ ਨਾਲ ਜ਼ੁਲਮ ਔਰ ਸਿਤਮ ਕੀਤਾ ਹੈ, ਆਪਣਾ ਪਾਣੀ ਖੁਦ ਉਹਨਾਂ ਨੂੰ ਦੇ ਦਿੱਤਾ ਹੈ। ਡੋਲਾ ਪੰਜਾਬੀ ਦਾ ਪੁਰਾਣਾ ਤੇ ਮਕਬੂਲ ਲੋਕ ਗੀਤ ਹੈ, ਜਿਹੜਾ ਸਦੀਆਂ ਦੇ ਪੈਂਡੇ ਤੈਅ ਕਰਦਾ, ਸੀਨਾ ਬਸੀਨਾ ਇੱਕ ਨਸਲ ਤੋਂ ਦੂਜੀ ਨਸਲ ਤੱਕ ਆਇਆ ਹੈ। ਸਾਹੀਵਾਲ ਦੇ ਢੋਲਿਆਂ ਵਿੱਚ ਰਾਏ ਅਹਿਮਦ ਖਾਨ ਖਰਲ ਦੀ ਬਹਾਦਰੀ ਦਾ ਜੋ ਮੁਹਾਂਦਰਾ ਮਿਲਦਾ ਹੈ,
ਮੁਹਾਂਦਰਾ ਯਾਨੀ ਤਸਵੀਰ ਨਕਸ਼ਾ ਮਿਲਦਾ ਹੈ ਉਹ ਅੰਗਰੇਜ਼ੀ ਤਾਰੀਖਾਂ ਦੇ ਬਿਲਕੁਲ ਉਲਟ ਹੈ ਕਿਉਂ ਜੇ ਅੰਗਰੇਜ਼ਾਂ ਦੀ ਨਜ਼ਰ ਵਿੱਚ ਰਾਏ ਅਹਿਮਦ ਖਾਨ ਖਰਲ ਬਾਗੀ ਇਨਕਲਾਬੀ ਤੇ ਡਾਕੂ ਸੀ ਹਾਲਾਂਕਿ ਉਹ ਪੰਜਾਬੀਆਂ ਦਾ ਹੀਰੋ ਹੈ ਅੰਗਰੇਜ਼ ਡਿਪਟੀ ਕਮਿਸ਼ਨਰ ਲਾਰਡ ਬਰਕਲੇ ਤੇ ਰਾਏ ਅਹਿਮਦ ਖਾਨ ਖਰਲ ਦੇ ਢੋਲੇ ਕਾਫੀ ਸਾਰੇ ਮਸ਼ਹੂਰ ਨੇ ਦਰਜਨਾਂ ਦੇ ਹਿਸਾਬ ਨਾਲ ਨੇ ਕਿਤਾਬਾਂ ਛਾਇਆ ਹੋ ਗਈਆਂ ਨੇ ਇੱਕ ਦੋ ਮਿਸਾਲਾਂ ਉਹ ਬਰਕਲੀ ਤੇ ਇੰਜ ਲੱਥਾਂ ਲਾਰਡ ਬਰਕਲੇ ਐਕਸਟਰਾ ਡਿਪਟੀ ਕਮਿਸ਼ਨਰ ਸੀ ਲਾਰਡ ਬਰਕਲੇ ਇਹਨੂੰ ਪਿੰਡਾਂ ਵਿੱਚ ਬਰਕਲੀ ਵੀ ਕਿਹਾ ਜਾਂਦਾ ਉਹ ਬਰਕਲੀ ਤੇ ਇੰਜ ਲੱਥਾ ਯਾਨੀ ਰਾਏ ਅਹਿਮਦ ਖਾਨ ਬਰਕਲੀ ਉੱਤੇ ਇਸ ਤਰ੍ਹਾਂ ਹਮਲਾਵਰ ਹੋਇਆ ਜਿਵੇਂ ਤਾਮੇ ਦੇ ਲੈਂਦਾ ਹੈ ਭੁੱਖਾ ਬਾਜ਼ ਸ਼ਿਕਾਰੀ ਤਾਮਾ ਤਮਾ ਲਫ਼ਜ਼ ਤੋਂ ਬਣਿਆ ਹੈ ਲਾਲਚ ਆਈ ਥਿੰਕ ਬੇਟ ਲਫ਼ਜ਼ ਹੁੰਦਾ ਹੈ ਜਿਹੜਾ ਸ਼ਿਕਾਰ ਫੜਨ ਵਾਸਤੇ ਜਿਹੜਾ ਉਹ ਮਾਸ ਜਾਂ ਕੋਈ ਆਟਾ ਜਾਂ ਕੋਈ ਇਸ ਤਰ੍ਹਾਂ ਦਾ ਬੇਟ ਲਾਇਆ ਜਾਂਦਾ ਹੈ ਜਿਹਨੂੰ ਅਟਰੈਕਟ ਹੋ ਕੇ ਸ਼ਿਕਾਰ ਫੌਰਨ ਉਹਦੇ ਉੱਤੇ ਜਪਟਦਾ ਹੈ ਤੇ ਉਹਨੂੰ ਫੜ ਲਿਆ ਜਾਂਦਾ ਹੈ ਜਿਵੇਂ ਤਾਮੇ ਦੇ ਲੈਂਦਾ ਹੈ ਭੁੱਖਾ ਬਾਜ਼ ਸ਼ਿਕਾਰੀ ਜਿਵੇਂ ਭੁੱਖਾ ਬਾਜ਼ ਸ਼ਿਕਾਰੀ ਆਪਣੇ ਸ਼ਿਕਾਰ ਉੱਤੇ ਜਪਟਦਾ ਹੈ ਬਿਲਕੁਲ ਉਸੇ ਤਰ੍ਹਾਂ ਰਾਏ ਅਹਿਮਦ ਖਾਨ ਖਰਲ ਅੰਗਰੇਜ਼ ਡਿਪਟੀ ਕਮਿਸ਼ਨਰ ਬਰਕਲੀ ਉੱਤੇ ਹਮਲਾਵਰ ਹੋਇਆ ਜੁਗਨੀ ਗੀਤ ਗਲੇ ਦੇ ਜ਼ੇਵਰ ਗਾਨੀ ਤਵੀਤ ਜਾਂ ਕੈਂਠੇ ਤੋਂ ਬਣੇ ਹਨ ਇਹ ਗੀਤ ਆਵਾਰਾਗਰਦੀ ਫਿਰਨ ਟੁਰਨ ਤੇ ਸਿਆਹਤ ਤੋਂ ਮੁਤਲਕ ਹੈ ਜੁਗਨੀ ਤਲਾਸ਼ ਤੇ ਭਾਲ ਦਾ ਗੀਤ ਹੈ ਜੁਗਨੀ ਵਿੱਚ ਹਰ ਮੌਜੂ ਮਿਲਦਾ ਹੈ ਅੰਗਰੇਜ਼ ਦੇ ਖਿਲਾਫ਼ ਨਫ਼ਰਤ ਦਾ ਇਜ਼ਹਾਰ ਥੱਲੇ ਦਿੱਤੀ ਜੁਗਨੀ ਵਿੱਚ ਵੇਖੋ ਮੇਰੀ ਜੁਗਨੀ ਦੇ ਧਾਗੇ ਚਾਰ ਮੇਰੀ ਜੁਗਨੀ ਦੇ ਧਾਗੇ ਚਾਰ ਫਰੰਗੀ ਨਹੀਂ ਕਿਸੇ ਦਾ ਯਾਰ ਇਸ ਨੂੰ ਖਿੱਚ ਕੇ ਨੇਜ਼ਾ ਮਾਰ ਉਹ ਭਾਈ ਮੇਰੇ ਆ ਜੁਗਨੀ ਕਹਿੰਦੀ ਏ ਉਹ ਸ਼ੇਰ ਮੇਰੇ ਆ ਜੁਗਨੀ ਕਹਿੰਦੀ ਏ ਠੀਕ ਹੈ ਜੀ ਇਹ ਜੁਗਨੀ ਦੇ ਧਾਗੇ ਚਾਰ ਇਹਦਾ ਕੋਈ ਮਤਲਬ ਨਹੀਂ ਕਿ ਮੈਂ ਜਿਹੜਾ ਗਲੇ ਵਿੱਚ ਲੋਕਟ ਜਾਂ ਜੁਗਨੀ ਪਾਈ ਹੋਈ ਹੈ ਉਹ ਜਿਸ ਧਾਗੇ ਦੇ ਜ਼ਰੀਏ ਗਲੇ ਵਿੱਚ ਲਟਕਾਇਆ ਹੋਇਆ ਉਹ ਚਾਰ ਧਾਗੇ ਅਸਲ ਵਿੱਚ ਇਹਨੇ ਇਹ ਚਾਰ ਕਾਫੀਆ ਲੈਣਾ ਸੀ ਯਾਰ ਔਰ ਮਾਰ ਵਾਸਤੇ ਫਰੰਗੀ ਨਹੀਂ ਕਿਸੇ ਦਾ ਯਾਰ ਅੰਗਰੇਜ਼ ਕਿਸੇ ਦਾ ਦੋਸਤ ਨਹੀਂ ਹੋ ਸਕਦਾ ਪੁਰਾਣੇ ਮਜੀਦ ਵਿੱਚ ਵੀ ਹੈ ਕਿ ਯਹੂਦੋ ਨਸਾਰਾ ਤੁਹਾਡੇ ਦੋਸਤ ਨਹੀਂ ਹੋ ਸਕਦੇ ਇਸ ਨੂੰ ਖਿੱਚ ਕੇ ਨੇਜ਼ਾ ਮਾਰ ਯਾਨੀ ਇਹਨਾਂ ਦੀ ਹਮਾਇਤ ਕਰਨ ਦੀ ਬਜਾਏ ਇਹਨਾਂ ਨਾਲ ਮੁਕਾਬਲਾ ਕਰੋ ਉਹ ਭਾਈ ਮੇਰੇ ਆ ਜੁਗਨੀ ਕਹਿੰਦੀ ਨੈਕਸਟ ਜੀ ਪੰਜਾਬ ਲੋਕ ਗੀਤਾਂ ਵਿੱਚ ਪੰਜਾਬੀ ਸੂਰਮੇ ਤੇ ਹੀਰੋਜ਼ ਸੂਰਮੇ ਯਾਨੀ ਬਹਾਦਰ ਮੈਦਾਨੇ ਜੰਗ ਵਿੱਚ ਗੈਰ ਮਾਮੂਲੀ ਕਾਰਨਾਮੇ ਵਿਖਾਉਣ ਵਾਲੇ ਹੀਰੋਜ਼ ਪੰਜਾਬ ਉੱਤੇ ਬੈਰੂਨੀ ਹਮਲਾਵਰਾਂ ਦੇ ਹੱਲਿਆਂ ਹੱਲੇ ਹਮਲੇ ਨੂੰ ਕਹਿੰਦੇ ਨੇ ਦਾ ਸਿਲਸਿਲਾ ਪੁਰਾਣਾ ਹੈ ਦਰਾਵੜਾਂ ਆਰੀਆਂ ਯੂਨਾਨੀਆਂ ਐਰਾਨੀਆਂ ਅਰਬਾਂ ਮੁਗਲਾਂ ਤੇ ਅੰਗਰੇਜ਼ਾਂ ਸਮੇਤ ਹੁਣ ਤੱਕ ਕੋਈ 55 ਕੌਮਾਂ ਇਸ ਧਰਤੀ ਤੇ ਮੁਖਤਲਿਫ ਹਮਲਾਵਰਾਂ ਦੀ ਸੂਰਤ ਆਈਆਂ ਤੇ ਅੱਗ ਲੈਣ ਆਈ ਘਰਵਾਲੀ ਬਣ ਬੈਠੀ ਤੇ ਮੁਤਰਾਦਿਫ ਇੱਥੋਂ ਦੇ ਵਸਾਇਲ ਉੱਤੇ ਕਾਬਜ਼ ਹੋ ਗਈਆਂ ਹਮਲਿਆਂ ਤੇ ਹੱਲਿਆਂ ਨੇ ਪੰਜਾਬ ਵਾਸੀਆਂ ਤੇ ਸੂਰਮਿਆਂ ਵਿੱਚ ਜਿੱਥੇ ਮਜ਼ਾਮਤ ਦਾ ਜਜ਼ਬਾ ਪੈਦਾ ਕੀਤਾ ਉੱਥੇ ਆਪਣੀ ਤਾਕਤ ਮੁਤਾਬਿਕ ਹਰ ਆਉਣ ਵਾਲੇ ਨਾਲ ਡਟ ਕੇ ਮੁਕਾਬਲਾ ਕਰਨ ਦਾ ਹੌਸਲਾ ਵੀ ਪੈਦਾ ਕੀਤਾ ਪੰਜਾਬੀ ਸੂਰਮਿਆਂ ਵਿੱਚ ਰਾਜਾ ਪੋਰਸ ਸਭ ਨਾਲੋਂ ਪਹਿਲਾ ਹੀਰੋ ਹੈ ਜਿਹੜਾ ਸਿਕੰਦਰ ਆਜ਼ਮ ਦੀ ਫੌਜ ਨਾਲ ਟਕਰਾ ਗਿਆ ਫਿਰ ਦੁੱਲੇ ਭੱਟੀ ਵਰਗਾ ਅਣਖੀ ਸੂਰਮਾ ਹੈ ਜਿਹਨੇ ਅਕਬਰ ਆਜ਼ਮ ਅਕਬਰ ਦੀ ਗ੍ਰੇਟ ਜੇ ਹਿੰਦੁਸਤਾਨ ਦੇ ਬਾਦਸ਼ਾਹ ਦੀ ਨੀਂਦਰ ਹਰਾਮ ਕੀਤੀ ਰੱਖੀ ਇਸੇ ਤਰ੍ਹਾਂ ਇੱਕ ਬਹਾਦਰ ਅਣਖੀ ਸੂਰਮਾ ਤੇ ਧਰਤੀ ਦਾ ਪੁੱਤਰ ਰਾਏ ਅਹਿਮਦ ਖਾਨ ਖਰਲ ਵੀ ਹੈ ਜਿਹਦੀ ਮਜ਼ਾਮਤ ਭਾਰੋਂ ਅੰਗਰੇਜ਼ਾਂ ਨੂੰ ਪੰਜਾਬ ਉੱਤੇ ਕਬਜ਼ਾ ਕਰਨ ਵਿੱਚ ਕਈ ਸਾਲ ਵਾਧੂ ਲੱਗ ਗਏ ਯਾਨੀ 1849 ਵਿੱਚ ਜਿਹੜਾ ਹੈ ਨਾ ਆਲਮੋਸਟ ਪੰਜਾਬ ਉੱਤੇ ਔਰ ਹਿੰਦੁਸਤਾਨ ਉੱਤੇ ਕਬਜ਼ਾ ਹੋ ਚੁੱਕਿਆ ਸੀ ਲੇਕਿਨ ਪੰਜਾਬ ਉੱਤੇ ਕਬਜ਼ਾ ਕਰਨ ਵਾਸਤੇ ਮੁਕੰਮਲ ਪੰਜਾਬ ਉੱਤੇ 7-8 ਸਾਲ ਯਾਨੀ 1857 ਤੱਕ ਉਹਨਾਂ ਨੂੰ ਮਜ਼ੀਦ ਕਾਇਮ ਲੱਗਾ ਅੰਗਰੇਜ਼ਾਂ ਦਾ ਮਿਊਟਨੀ ਰਿਕਾਰਡ ਦੀਆਂ ਖੁਫੀਆ ਰਿਪੋਰਟਾਂ ਵਿੱਚ ਮੰਨਣਾ ਹੈ ਜੇ ਰਾਏ ਅਹਿਮਦ ਖਾਨ ਖਰਲ ਜ਼ਿੰਦਾ ਰਹਿੰਦਾ ਤੇ ਉਹ ਕਦੀ ਵੀ ਪੰਜਾਬ ਉੱਤੇ ਕਬਜ਼ਾ ਨਹੀਂ ਕਰ ਸਕਦੇ ਸੀ ਰਾਏ ਅਹਿਮਦ ਖਾਨ ਖਰਲ ਨੇ ਖਰਲ ਤੇ ਅੰਗਰੇਜ਼ ਡਿਪਟੀ ਕਮਿਸ਼ਨਰ ਲਾਰਡ ਬਰਕਲੇ ਦੀ ਜੰਗ ਬਾਰੇ ਕਿਸੇ ਵੀ ਮੁਤਬਰ ਤਾਰੀਖ ਵਿੱਚੋਂ ਹਕਾਇਕ ਤੇ ਮਬਨੀ ਹਵਾਲੇ ਨਹੀਂ ਲੱਭਦੇ ਕਿਉਂ ਜੇ ਅੰਗਰੇਜ਼ ਰਾਜ ਸੀ ਤੇ ਮੁਕਾਮੀ ਲੋਕਾਂ ਦੀ ਬਹਾਦਰੀ ਨੂੰ ਕਿਵੇਂ ਮੰਨਿਆ ਜਾ ਸਕਦਾ ਸੀ ਯਾਨੀ ਜਿਹੜੇ ਮੁਅਰਖੀਨ ਸੀ ਜਾਂ ਤੇ ਉਹ ਖੁਦ ਅੰਗਰੇਜ਼ ਸੀ ਜਾਂ ਫਿਰ ਅੰਗਰੇਜ਼ਾਂ ਦੇ ਗੁਲਾਮ ਜਾਂ ਮੁਲਾਜ਼ਮ ਸੀ ਉਹ ਕਦੀ ਵੀ ਅੰਗਰੇਜ਼ ਦੇ ਖਿਲਾਫ਼ ਨਹੀਂ ਸੀ ਲਿਖ ਸਕਦੇ ਇਹ ਹਵਾਲੇ ਟੋਲਿਆਂ ਵਿੱਚੋਂ ਲੱਭਦੇ ਨੇ ਲੋਕ ਅਦਬ ਵਿੱਚੋਂ ਲੱਭਦੇ ਨੇ ਜਿਹੜੇ ਜ਼ਬਾਨੀ ਕਲਾਮੀ ਸਾਡੇ ਤਿਕਰ ਅਪੜੇ ਨੇ
ਇਹਨਾਂ ਟੋਲਿਆਂ ਤੋਂ ਜੰਗ ਦੇ ਮੰਜ਼ਰ ਰਾਠਾਂ ਰਾਠ ਸਰਦਾਰਾਂ ਨੂੰ ਕਹਿੰਦੇ ਨੇ, ਰਾਠਾਂ ਦੇ ਹਮਲੇ, ਗੋਗੀਰਾ ਤੇ ਜਾਮਰਾ ਬਾਰੇ ਗੱਲਾਂ, ਰਾਏ ਅਹਿਮਦ ਖਾਨ ਖਰੜ ਦਾ ਇਲਾਕਾ ਜਿੱਥੇ ਅੰਗਰੇਜ਼ਾਂ ਦੀ ਛਾਉਣੀ ਵੀ ਸੀ, ਰਾਠਾਂ ਦੀਆਂ ਸ਼ਹਾਦਤਾਂ, ਬਰਕੱਲੇ ਦਾ ਕਤਲ, ਜੰਗ ਦਾ ਖਿਲਾਰ ਤੇ ਗੱਦਾਰਾਂ ਹੱਥੋਂ ਖੇਡ ਮੁੱਕਣ ਦੀ ਸਾਰੀ ਮੰਜ਼ਰ ਤਿਕਾਰੀ ਗੈਰ ਜਾਨਬਦਾਰੀ ਨਾਲ ਸਾਡੇ ਤਿਕਰ ਅਪੜੀ ਏ। ਬਰਕੱਲੇ ਉੱਤੇ ਰਾਏ ਅਹਿਮਦ ਖਾਨ ਖਰੜ ਦੇ ਹਮਲੇ ਦਾ ਜੋਸ਼ੋ ਖਰੋਸ਼ ਦਰਜ ਜ਼ੈਲ ਢੋਲੇ ਵਿੱਚ ਮੁਲਾਇਜ਼ਾ ਕਰੋ। ਆਖੇ ਲੜਸਾਂ ਨਾਲ ਅੰਗਰੇਜ਼ ਦੇ ਜਿਵੇਂ ਬਲਦੀ ਸ਼ਮਾਂ ਤੇ ਜੋਸ਼ ਪਤੰਗ ਦਾ, ਰਾਏ ਅਹਿਮਦ ਖਾਨ ਖਰੜ ਆਖ ਰਿਹਾ ਹੈ, ਕਹਿ ਰਿਹਾ ਹੈ, ਲੜਸਾਂ ਲੜਾਂਗਾ ਨਾਲ ਅੰਗਰੇਜ਼ ਦੇ, ਅੰਗਰੇਜ਼ਾਂ ਦੇ ਨਾਲ ਜਿਵੇਂ ਜਿਸ ਤਰ੍ਹਾਂ ਬਲਦੀ ਸ਼ਮਾਂ ਉੱਤੇ ਜੋਸ਼ੋ ਖਰੋਸ਼ ਨਾਲ ਪਤੰਗਾ ਉੱਡਦਾ ਏ ਔਰ ਆਪਣੀ ਜਾਨ ਵਾਰ ਦਿੰਦਾ ਏ। ਬਾਜ਼ੀ ਆਖੇ ਸੂਲਾਂ ਸਾਰ ਦਈਏ, ਕਹਿੰਦਾ ਹੈ ਬਾਜ਼ੀ ਬਹੁਤ ਮੁਸ਼ਕਲ ਏ। ਸੂਲ ਕਹਿੰਦੇ ਨੇ ਕੰਡਿਆਂ ਨੂੰ, ਕਾਂਟਿਆਂ ਜੈਸੀ ਬਾਜ਼ੀ ਏ, ਸੂ ਸਾਰ ਜੈਸੀ। ਕਹਿੰਦਾ ਇਹ ਮੁਕਾਬਲਾ ਬੇਸ਼ੱਕ ਸੂਲਾਂ ਵਰਗਾ ਏ, ਕਾਂਟਿਆਂ ਵਰਗਾ ਏ, ਪਾਸਾ ਲੈਣਾ ਏ ਖੇਡ ਸ਼ਤਰੰਜ ਦਾ, ਲੇਕਿਨ ਕਹਿੰਦਾ ਮੈਂ ਇਹ ਬਾਜ਼ੀ ਲੜਾਂਗਾ ਜਿਸ ਤਰ੍ਹਾਂ ਸ਼ਤਰੰਜ ਖੇਡ ਕੇ ਫਤਿਹ ਹਾਸਲ ਕੀਤੀ ਜਾਂਦੀ ਹੈ, ਸ਼ਤਰੰਜ ਦੀਆਂ ਬਾਜ਼ੀਆਂ ਖੇਡ ਕੇ ਜਿੱਤਿਆ ਜਾਂਦਾ ਹੈ, ਮੈਂ ਵੀ ਉਸੇ ਤਰ੍ਹਾਂ ਇਹ ਬਾਜ਼ੀ ਲੜਾਂਗਾ। ਆਖ ਨਬੀ ਦਾ ਕਲਮਾ, ਖਰਲ ਨੂੰ ਸ਼ੌਕ ਸ਼ਹਾਦਤ ਦਾ ਏ, ਪਿਆ ਉਠੀਂਦਾ ਏ ਨਾਂ ਲੈ ਕੇ ਅਲੀ ਸ਼ੇਰ ਮਲੰਗ ਦਾ। ਯਾਨੀ ਨਬੀ ਪਾਤਸ਼ਾਹ ਸਲਮ ਦਾ ਕਲਮਾ ਪੜ੍ਹ ਕੇ ਰਾਏ ਅਹਿਮਦ ਖਾਨ ਖਰਲ ਸ਼ਹੀਦ ਹੋ ਜਾਏਗਾ ਕਿਉਂਕਿ ਉਹ ਸ਼ਹਾਦਤ ਦਾ ਸ਼ੌਕ ਰੱਖਦਾ ਹੈ। ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਅਨਹੂ ਦਾ ਨਾਂ ਲੈ ਕੇ ਉਹ ਲਾਰਡ ਬਰਕੱਲੀ ਉੱਤੇ ਹਮਲਾ ਕਰਨ ਵਾਸਤੇ ਦੌੜਿਆ। ਵਾਰ ਪੰਜਾਬੀ ਸ਼ਾਇਰੀ ਦੀ ਸਿੰਫ ਹੈ ਜਿਹਦੇ ਵਿੱਚ ਲੜਾਈਆਂ ਦਾ ਜ਼ਿਕਰ ਤੇ ਬਹਾਦਰ ਸੂਰਮਿਆਂ ਦੀ ਬਹਾਦਰੀ ਦੇ ਜਸ ਗਾਏ ਜਾਂਦੇ ਨੇ, ਜਸ ਤਾਰੀਫੀ ਲੋਕ ਗੀਤ। ਢੋਲਿਆਂ ਵਿੱਚ ਅਹਿਮਦ ਖਾਨ ਖਰ ਤੇ ਐਕਸਟਰਾ ਡਿਪਟੀ ਕਮਿਸ਼ਨਰ ਲਾਰਡ ਬਰਕੱਲੀ ਦੀ ਵਾਰ ਦਾ ਇੱਕ ਬੰਦ ਮੁਲਾਇਜ਼ਾ ਕਰੋ। ਕਾਲ ਬੁਲੈਂਦੀ ਹੈ ਨਾਰਦ ਪੜੀ ਹੈ ਬਾਣੀ, ਇਹ ਨਾਰਦ ਔਰ ਕਾਲ ਦੇ ਢੋਲੇ ਨੇ, ਯਾਨੀ ਇਹ ਢੋਲਿਆਂ ਦਾ ਖਾਸ ਨਾਂ ਹੈ। ਕਾਲ ਤੋਂ ਮੁਰਾਦ ਮੌਤ ਵੀ ਹੈ ਤੇ ਨਾਰਦ ਐਸਾ ਕਰੈਕਟਰ ਹੈ ਜਿਹੜਾ ਮੌਤ ਦੇ ਮੂੰਹ ਵਿੱਚੋਂ ਕੱਢ ਕੇ ਲਿਆਉਂਦਾ ਹੈ। ਕਾਲ ਬੁਲੈਂਦੀ ਹੈ ਯਾਨੀ ਮੌਤ ਆਵਾਜ਼ਾਂ ਮਾਰ ਰਹੀ ਹੈ, ਨਾਰਦ ਨੇ ਬਾਣੀ ਪੜ੍ਹੀ ਹੈ, ਬਾਣੀ ਕਲਾਮ ਨੂੰ ਕਹਿੰਦੇ ਨੇ, ਮਜ਼ਹਬੀ ਕਲਾਮ ਵੀ ਮੁਰਾਦ ਹੁੰਦਾ ਹੈ, ਜਿਸ ਤਰ੍ਹਾਂ ਸਿੱਖਾਂ ਦੀ ਬਾਣੀ ਹੁੰਦੀ ਹੈ, ਬਾਬਾ ਗੁਰੂ ਨਾਨਕ ਦੀ ਬਾਣੀ ਹੈ, ਜਿਸ ਤਰ੍ਹਾਂ ਜਿਹੜੀ ਬਾਬਾ ਗੁਰੂ ਨਾਨਕ ਦਾ ਮਜ਼ਹਬ ਦੇ ਹਵਾਲੇ ਨਾਲ ਜਿਹੜੇ ਵਿਚਾਰ ਨੇ। ਕਾਲ ਬੁਲੈਂਦੀ ਹੈ ਨਾਰਦ ਪੜ੍ਹੀ ਹੈ ਬਾਣੀ, ਅਸਲ 'ਚ ਇੱਥੇ ਉਹਨੇ ਬੁਨਿਆਦੀ ਤੌਰ 'ਤੇ ਇਹ ਬਾਣੀ ਕਾਫੀਆ ਲਿਆ ਹੈ, ਇਹਦੇ ਫਿਰ ਅੱਗੇ ਕਾਫੀਏ ਚੱਲ ਰਹੇ ਨੇ। ਰਾਠ ਅੱਵਲ ਤੋਂ ਅੱਵਲ ਅਹਿਮਦ ਖਾਨ ਖਰਲ ਦਾ ਕੋਈ ਨਾ ਸਾਨੀ, ਕਹਿੰਦਾ ਹੈ ਇੱਕ ਤੋਂ ਵੱਧ ਕੇ ਇੱਕ ਸਰਦਾਰ ਹੈ, ਇੱਕ ਸੇ ਬੜ੍ਹ ਕਰ ਇੱਕ ਸਰਦਾਰ ਹੈ, ਲੇਕਿਨ ਰਾਏ ਅਹਿਮਦ ਖਾਨ ਖਰਲ ਦਾ ਕੋਈ ਸਾਨੀ ਜੈਸਾ ਕੋਈ ਦੂਸਰਾ ਨਹੀਂ ਹੈ। ਅੰਗਰੇਜ਼ ਬਰਕੱਲੀ ਆਦਾ ਅਹਿਮਦ ਨੂੰ ਤੇਚਾ ਮੈਨੂੰ ਘੋੜੀ ਨੀਲੀ, ਅੰਗਰੇਜ਼ ਡਿਪਟੀ ਕਮਿਸ਼ਨਰ ਲਾਰਡ ਬਰਕੱਲੀ ਰਾਏ ਅਹਿਮਦ ਖਾਨ ਖਰਲ ਨੂੰ ਆਦਾ ਯਾਨੀ ਕਹਿੰਦਾ ਹੈ ਦੇਚਾ ਦੇ ਮੈਨੂੰ ਨੀਲੀ ਘੋੜੀ, ਯਾਨੀ ਆਪਣੀ ਨੀਲੀ ਘੋੜੀ ਮੈਨੂੰ ਦੇ। ਇਹ ਉਹੀ ਨੀਲੀ ਘੋੜੀ ਹੈ, ਨੀਲੀ ਘੋੜੀ ਵੀ ਵਕੀਲਾ ਤੇਰੀ ਜੇ ਪਹਿਲੀ ਪੇਸ਼ੀ ਯਾਰ ਛੁੱਟ ਜਾਏ। ਯਾਨੀ ਇਹ ਬੜੇ ਆਲਾ ਕਿਸਮ ਦੇ ਨਸਲੀ ਘੋੜੇ ਘੋੜੀਆਂ ਹੁੰਦੀਆਂ ਸੀ ਜਿਹੜੀਆਂ ਲੋਕੀ ਬੜੇ ਸ਼ੌਕ ਨਾਲ ਪਾਲਦੇ ਸੀ। ਹੁਣ ਉਸ ਘੋੜੀ ਨੂੰ ਜਿਹਨੂੰ ਉਹਨੇ ਆਪਣੇ ਬੱਚਿਆਂ ਦਾ ਆਪਣੀ ਜਾਨ ਤੋਂ ਵੱਧ ਕੇ ਪਾਲਿਆ ਹੈ, ਰਾਏ ਅਹਿਮਦ ਖਾਨ ਖਰਲ ਉਹਦੇ ਕੋਲੋਂ ਮੰਗ ਰਿਹਾ ਹੈ, ਲਾਲਚ ਕੀ ਦੇ ਰਿਹਾ, ਤੇਰੀ ਲੰਦਨੋਂ ਲਿਖਾ ਲਿਆ ਸਾਂ ਨੇਕ ਤੇ ਨਾਮੀ। ਯਾਨੀ ਲੰਦਨ ਤੋਂ ਮਲਕਾ ਵਿਕਟੋਰੀਆ ਕੋਲੋਂ ਤੇਰੀ ਨੇਕ ਨਾਮੀ, ਤੇਰਾ ਗੁੱਡ ਬੁੱਕ ਵਿੱਚ ਤੇਰਾ ਨਾਂ ਦਰਜ ਕਰਵਾ ਦਿਆਂਗਾ, ਯਾਨੀ ਤੇਰੀਆਂ ਤਾਰੀਫਾਂ ਕਰਾਂਗਾ ਉੱਥੇ ਔਰ ਉੱਥੋਂ ਤੇਰੇ ਵਾਸਤੇ ਨਾਮੋ ਇਕਰਾਮ ਦਾ ਬੰਦੋਬਸਤ ਵੀ ਕਰਾਂਗਾ। ਅੰਗਰੇਜ਼ਾਂ ਨੇ ਲਾਲਚ ਦੇ ਕੇ ਵੀ ਕਾਫੀ ਸਾਰੇ ਜਿਹੜੇ ਗੱਦਾਰ ਪੈਦਾ ਕੀਤੇ ਸੀ, ਜਿਹਨਾਂ ਨੇ ਰੁਪਏ ਪੈਸੇ ਜ਼ਮੀਨ ਜਾਇਦਾਦ ਘੋੜੀ ਪਾਲ ਮੁਰੱਬੇ ਯਾਨੀ ਮੁਰੱਬਾ ਅਦਾ ਕਰ ਦਿੱਤਾ ਜਾਂਦਾ ਸੀ ਸਿਰਫ ਉਹਨੂੰ ਜਿਹੜਾ ਅੰਗਰੇਜ਼ਾਂ ਦੀ ਘੋੜੀ ਪਾਲਦਾ ਸੀ। ਸੋ ਅੰਗਰੇਜ਼ਾਂ ਨੇ ਐਸੇ ਖੁਦ ਲਾਲਚ ਦੇ ਕੇ ਵੀ ਗੱਦਾਰ ਪੈਦਾ ਕੀਤੇ, ਲੇਕਿਨ ਰਾਏ ਅਹਿਮਦ ਖਾਨ ਜੈਸੇ ਵਿਕ ਨਹੀਂ ਸਕੇ। ਅਹਿਮਦ ਆਦਾ ਲੈਂਦਾ ਵਧਾ ਹੈ ਚਾਲ ਫਰੇਬਾਂ, ਅਹਿਮਦ ਕਹਿੰਦਾ ਤੂੰ ਤੇ ਫਰੇਬੀ ਚਾਲ ਚੱਲ ਰਿਹਾ, ਤੂੰ ਤੇ ਬੜਾ ਮੱਕਾਰ ਹੈ, ਫਰੇਬ ਹੈ, ਧੋਖੇਬਾਜ਼ ਹੈ, ਦਗਾਬਾਜ਼ ਹੈ, ਬੁਨਿਆਦ ਦਾ ਹੈ ਨਮਕ ਹਰਾਮੀ। ਇਹ ਹੁਣ ਇੱਕ ਡਿਪਟੀ ਕਮਿਸ਼ਨਰ ਦੇ ਸਾਹਮਣੇ ਇੱਕ ਆਮ ਬੰਦਾ ਖੜਾ ਹੋ ਕੇ ਉਹਨੂੰ ਕਹਿ ਰਿਹਾ ਤੂੰ ਤੇ ਬੇਸਿਕਲੀ ਬੁਨਿਆਦੀ ਤੌਰ 'ਤੇ
नमक हराम है, हरामी है, नमक हराम है, यानी साडा खा रहे हैं और साडा ही नुकसान कर रहे हैं। उठ घोड़े भुए ते जुई, ऊंट घोड़े विरासती जमीना जायदादा जू इलाके नू कहंदे ने, कहंदा है ऊंट घोड़े जायदादा इलाके ये कभी किसी ने मंगिया दिते ने, कदे किसी लेखना दितियां, बुत विच होंदे सा सलामी, जदों तक बंदे का सह सलामत होए यह चीज़ा मंगिया नहीं दितियां जांदियां, यानी इन्हां चीज़ों उत्ते ते बंदा अपनी जान तक कुरबान करन वास्ते तैयार हो जाता है, क्योंकि इज्जत की अलामत होंदियां ने। दुल्ला भट्टी फरीद भट्टी का पुत्र ते संदल भट्टी का पोतरा सी, जिहदे नां ते संदल बार दुल्ले की बार मशहूर है। दुल्ले ने अकबर पातशाह टैक्स देन तो इनकार कर दिता, जिहदी वजह तो उन्हों गद्दार ते बागी करार दे के फांसी की सजा सुना दी गई। दुल्ला भट्टी फांसी चढ़ के भी हमेशा लई अमर हो गया ते तारीख विच मजामत का इस्तारा बन के बहादुर सूरमे ते अणखी हीरो के तौर पर जिंदा है। सांदलबार विच दुल्ला भट्टी दीयां लोरियां अज भी मशहूर ने। जजमान जी मेरा चन्न वीर सुल्तान जी, नाल हाथी नाल घोड़े लियावेगा साडी भाबी जान जी। असल च उहदा बचपन विच ना जिस वेले दुल्ला भट्टी गोद विच सी, उहदियां भैणां वालदा रिश्तेदार खवातीन, क्योंकि दुल्ले भट्टी का दादा भी अकबर बादशाह ने मरवा दिता सी, वालद भी मरवा दिता सी, ते इहदी वालदा का ख्याल सी कि यह जंग वगैरह विच ना इनवॉल्व होए, लिहाजा उन्हों बड़ी जंग तो दूर रख के उहदी तरबीयत की गई, लेकिन जो उहदे खून विच सी, जो उहदी गोडी विच सी, जिवें ही उह सियाणा होया उन्हें अपने वालद अपने दादे बारे सुनिया तो अकबर बादशाह कोलों इंतकाम लैण की ठान ली। तारे 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 दुल्ला भट्टी घोड़ी चढ़िया कोई बुरी नजर ना लावे। जग्गा पंजाब दा बहादुर सूरमा सी, चार चौफेरे उहदी बहादुरी दे चर्चे मशहूर सी। ओ गभरू शेर जवान अपने कद बोत चोड़ी हेक घणियां मुछां ते बारूद सूहे चेहरे पारों बहादुरी दा जिउंदा जागदा किरदार सी, जिहड़ा माड़ियां दा हमदर्द ते डाढ़ियां दा वैरी सी। लुकाई उहदे खौफ तों थर थर कंबदी सी, वह अमीरां तो लुट के गरीबां नूं देंदा सी, इसलिए गरीबां दे दिलां ते राज करदा सी। लोक गीतां विच उहदी बहादुरी हमदर्दी ते दलेरी दीयां कई मिसालां मिलदियां ने। बोलियां वेखो जी कुछ, जग्गा जम्मिया ते मिलण वधाईयां, वड्डे होके वड्डा होके डाके मारदा। डाका डाकू असल विच अंग्रेज़ां ने मशहूर कर दिता सी, इह बुनियादी तौर ते अमीरां कोलों लुट के गरीबां नूं देंदा सी। वधाइयां कहिंदे ने मुबारकां। जग्गे मुछ नूं मरोड़ा दिता, पिंड दी पंचायत टुट गई। मुछ नूं मरोड़ा देना यानी अपनी दहशत जाहिर करना। जग्गे दी इन्नी दहशत सी कि पिंडां दीयां पंचायतां भी उहदे कोल लरसदियां सी, यानी पंचायत वाले डरदे सी कि अगर असीं कोई गलत फैसला कर दिता तो जग्गा साडे कोल इंतकाम लवेगा। जग्गे मारिया लायलपुर डाका, तारां खड़क पईआं। तार ऐ टैलीग्राफ नूं शायद कहिंदे ने, तार भेजना हुंदा सी ना, जिवें खत ते पुराने जमाने तार आ गई सी, अंग्रेज ऐ सिस्टम लैके आए सी। लायलपुर उहने जिसले फैसलाबाद डाका मारिया ते पूरे मुलक विच तारां खड़क गईआं, यानी उहदे हमले की खबर फैल गई कि एक बागी ने लायलपुर विच डाका मारिया। पर उह लायलपुर भी अंग्रेज़ां दे मतलब किसी मुकाम उत्ते उन्हें हमला किया सी, चैलेंज करके। जग्गा वड्या बोर्ड की छावें, नौ मण रेत भेज गई। बोर्ड की छावें मारिया गया, नौ मण रेत भेज गई, मतलब उहदी जवानी उहदी सेहत उहदी फिटनेस बारे दसिया जा रहा, हालांकि मुबालगा राई है। नौ मण रेत नूं गिला करन वास्ते पता नहीं किन्ना क पानी चाहीदा हुंदा है, लेकिन उह कहिंदा कि इन्ना खून उहदा निकलिया कि नौ मण रेत भेज गई, यानी अपने हीरो नूं ट्रिब्यूट पेश किया जा रहा। जे मैं जानदी जग्गे ने मर जाना, एक दे मैं दो जमदी। राय अहमद खान सॉरी जग्गा उहदी वालदा दे जज्बात ने या किसी भी वालदा दे जज्बात ने कि जग्गे जैसे बहादुर एक नहीं बल्कि कई होने चाहिए। लोक गीतां विच फसलां
ਦਾ ਜ਼ਰਈ ਰੰਗ, ਫਸਲਾਂ ਦਾ ਰੰਗ, ਫਸਲਾਂ ਦਾ ਜ਼ਿਕਰ ਜਾਂ ਜ਼ਰਈ ਕਲਚਰ ਦਾ ਜ਼ਿਕਰ, ਇਹ ਵੀ ਸਟੇਟਮੈਂਟ ਉਹ ਦੇ ਸਕਦਾ ਐਗਜ਼ਾਮੀਨਰ ਦੀ ਮਰਜ਼ੀ। ਪੰਜਾਬ ਧਰਤੀ ਦੇ ਵਸਨੀਕਾਂ ਦੀਆਂ ਜ਼ਿੰਦਗੀਆਂ ਦਾ ਦਾਰੋਮਦਾਰ ਵਾਹੀ ਬੀਜੀ ਜ਼ਰਾਤ ਤੇ ਮਾਲ ਡੰਗਰ ਉੱਤੇ ਇਹ ਬੋਏ, ਯਾਨੀ ਜ਼ਮੀਨ ਦੀ ਜ਼ਰਖੇਜ਼ੀ ਤੇ ਪਾਣੀ ਦੀ ਫਰਾਵਾਨੀ ਨੇ ਪੰਜਾਬ ਵਾਸੀਆਂ ਨੂੰ ਹਮੇਸ਼ਾ ਹੀ ਨਾ ਸਿਰਫ ਖੁਰਾਕ ਦੇ ਮਾਮਲੇ ਵਿੱਚ ਖੁਦ ਕਫੀਲ ਰੱਖਿਆ ਹੈ, ਸਗੋਂ ਆਪਣੀ ਲੋੜ ਤੋਂ ਵਾਧੂ ਜਿਨਸ ਨਾਲ ਲੋਕਾਂ ਦਾ ਢਿੱਡ ਭਰਨ ਦੀ ਰਸਮ ਵੀ ਕਦੀਮੀ ਹੈ। ਅੱਜ ਕੱਲ੍ਹ ਵੀ ਸਾਡੇ ਜਿਹੜੀ ਗੰਦਮ ਔਰ ਦੀਗਰ ਅਜਨਾਸ ਪੈਦਾ ਹੁੰਦੀਆਂ ਨੇ ਉਹ ਸਿੰਧ, ਬਲੋਚਿਸਤਾਨ ਔਰ ਦੂਸਰੇ ਤੀਸਰੇ ਇਲਾਕੇ ਵਿੱਚ ਜਾਂਦੀਆਂ ਨੇ। ਪੁਰਾਣੇ ਵੇਲਿਆਂ ਵਿੱਚ ਵਾਈ ਬੀਜੀ ਦੇ ਹਾਲਾਤ ਅੱਜ ਵਰਗੇ ਨਹੀਂ ਸਨ। ਸਾਰਾ ਕੰਮ ਹੱਥਾਂ ਨਾਲ ਕਰਨਾ ਪੈਂਦਾ ਸੀ। ਟਰੈਕਟਰ ਤੇ ਦੂਜੇ ਜ਼ਰਈ ਹਾਲਾਤ ਦੇ ਆਉਣ ਨਾਲ ਜਿਹੜਾ ਇਨਕਲਾਬ ਪੈਦਾ ਹੋਇਆ ਹੈ ਉਹਦੀ ਤਾਰੀਖ ਵੇਖੀਏ ਤੇ ਪੰਜਾਬ ਵਿੱਚ 1950 ਤੋਂ ਪਿੱਛੇ ਘੁੱਪ ਹਨੇਰਾ ਨਜ਼ਰ ਆਉਂਦਾ ਹੈ। ਪੰਜਾਬ ਦੇ ਮੈਦਾਨੀ ਇਲਾਕਿਆਂ ਦਾ ਰਕਬਾ ਬੜਾ ਵਸੀਓ ਅਰੀਜ਼ ਹੈ, ਫਿਰ ਦਰਿਆਵਾਂ ਦੀ ਵਜ੍ਹਾ ਤੋਂ ਸਾਰਾ ਇਲਾਕਾ ਕਾਬਲੇ ਕਾਸ਼ਤ ਹੈ। ਸਗੋਂ ਬਾਰਾਨੀ ਇਲਾਕੇ ਵੀ ਨੇ ਜਿਹੜੇ ਬਾਰਿਸ਼ਾਂ ਨਾਲ ਤੇ ਉਹਨਾਂ ਵਿੱਚੋਂ ਕਾਫੀ ਸਾਰੇ ਅੱਜ ਕੱਲ੍ਹ ਨਹਿਰੀ ਪਾਣੀ ਨਾਲ ਸੈਰਾਬ ਹੁੰਦੇ ਨੇ। ਇਹੋ ਵਜ੍ਹਾ ਹੈ ਭਈ ਪੰਜਾਬ ਦੀ ਮੈਦਾਨੀ ਇਲਾਕਿਆਂ ਵਿੱਚ ਜ਼ਰਾਤ ਕਾਫੀ ਜ਼ਿਆਦਾ ਹੁੰਦੀ। ਕਣਕ, ਮੁੰਜੀ, ਗੰਨਾ ਤੇ ਕਪਾਹ ਵੱਡੀਆਂ ਫਸਲਾਂ ਨੇ। ਇਸ ਤੋਂ ਇਲਾਵਾ ਹੋਰ ਵੀ ਕਾਫੀ ਸਾਰੀਆਂ ਜ਼ਰਾਈ ਫਸਲਾਂ ਨੇ ਜੋ ਪੰਜਾਬ ਦੀ ਮਈਸ਼ਤ ਨੂੰ ਮਜ਼ਬੂਤ ਬਣਾਉਣ ਵਿੱਚ ਬੁਨਿਆਦੀ ਕਿਰਦਾਰ ਅਦਾ ਕਰ ਰਹੀਆਂ ਨੇ। ਪੰਜਾਬੀ ਲੋਕ ਗੀਤਾਂ ਵਿੱਚ ਫਸਲਾਂ ਗੀਤਾਂ ਦਾ ਭਰਵਾਂ ਜ਼ਿਕਰ ਮਿਲਦਾ ਹੈ। ਝੁੰਮਰ ਮੱਥੇ ਦਾ ਇੱਕ ਜ਼ੇਵਰ ਜਿਹਦੇ ਤੋਂ ਝੁੰਮਰ ਗੀਤ ਤੇ ਨਾਚ ਬਣਿਆ। ਇਹ ਖਾਸ ਔਰਤਾਂ ਦਾ ਗੀਤ ਹੈ ਪਰ ਕਿਸੇ ਵੇਲੇ ਮਰਦ ਤੇ ਔਰਤਾਂ ਰਲ ਕੇ ਵੀ ਗਾਉਂਦੇ ਤੇ ਨੱਚਦੇ ਨੇ, ਨਾਲ ਝੁੰਮਰ ਪਾਉਂਦੇ ਨੇ, ਯਾਨੀ ਨੱਚਣਾ, ਉਸ ਨੱਚਣ ਨੂੰ ਝੁੰਮਰ ਪਾਉਣਾ ਕਹਿੰਦੇ ਨੇ। ਜ਼ਰਈ ਰੰਗ ਵਿੱਚ ਰੰਗੇ ਝੁੰਮਰ ਦੇ ਬੋਲ ਮੁਲਾਹਿਜ਼ਾ ਕਰੋ। ਔਰਤ, ਮੈਂ ਜੋ ਤੈਨੂੰ ਆਖਿਆ ਖੇਤਾਂ ਦੇ ਵਿੱਚ ਆ ਭਲਾ, ਮੈਂ ਗੋਡਾਂ ਕੀ ਪੈਲੀਆਂ, ਤੂੰ ਕਿਆਰੇ ਕੱਢਦਾ ਜਾ ਭਲਾ। ਕਹਿੰਦੀ ਮੈਂ ਤੈਨੂੰ ਕਿਹਾ ਹੈ ਕਿ ਤੂੰ ਖੇਤਾਂ ਵਿੱਚ ਆ, ਮੈਂ ਤੇਰੇ ਨਾਲ ਚੱਲਣੀ ਆ, ਮੈਂ ਗੋਡੀ ਕਰਾਂਗੀ ਪੈਲੀਆਂ ਵਿੱਚ ਔਰ ਤੂੰ ਕਿਆਰੇ ਬਣਾਉਂਦਾ ਜਾ। ਮਰਦ, ਮੈਂ ਜੋ ਤੈਨੂੰ ਆਖਿਆ ਤੂੰ ਖੇਤਾਂ ਦੇ ਵਿੱਚ ਆ ਭਲਾ, ਕਣਕ ਜੋ ਬੀਜਾ ਮੈਂ ਕੁੜੇ, ਤੂੰ ਪਾਣੀ ਦੇਂਦੀ ਜਾ ਭਲਾ। ਜੇ ਤੂੰ ਆ ਮੈਂ ਕਣਕ ਬੀਜਦਾ ਜਾਵਾਂਗਾ ਔਰ ਤੂੰ ਪਾਣੀ ਦੇਂਦੀ ਜਾਈ। ਲੋਕ ਗੀਤਾਂ ਵਿੱਚ ਬਾਜਰੇ ਦਾ ਜ਼ਿਕਰ ਵਧੇਰਾ ਮਿਲਦਾ ਹੈ। ਔਰਤ ਦੇ ਜਜ਼ਬਾਤ ਤੇ ਮਨ ਦੀਆਂ ਸਦਰਾਂ ਦਾ ਇਜ਼ਹਾਰ ਬਾਜਰੇ ਦੇ ਸਿੱਟੇ ਰਾਹੀਂ ਵੇਖੋ। ਮੈਨੂੰ ਨੱਚਣਾ ਸਿਖਾਉਂਦਾ ਇਹ ਬਾਜਰੇ ਦਾ ਸਿੱਟਾ, ਮੇਰੇ ਕੱਦ ਨਾਲੋਂ ਲੰਮਾ ਇਹ ਬਾਜਰੇ ਦਾ ਸਿੱਟਾ, ਇਹਨੂੰ ਵੇਖ ਵੇਖ ਆਵੇ ਮੈਨੂੰ ਪਿਆਰ ਵਾਲਾ ਝੂਟਾ, ਮੇਰੇ ਨਾਲ ਨਾਲ ਗਾਉਂਦਾ ਇਹ ਬਾਜਰੇ ਦਾ ਸਿੱਟਾ, ਮੇਰੀ ਗੁੱਤ ਦਾ ਪਰਾਂਦਾ ਇਹ ਬਾਜਰੇ ਦਾ ਸਿੱਟਾ। ਤੁਸੀਂ ਸੁਣਿਆ ਹੁਣ ਅੱਜ ਕੱਲ੍ਹ ਬੜਾ ਮਾਰੂਫ ਗਾਣਾ, ਉਹ ਅਸਲ 'ਚ ਲੋਕ ਗੀਤ ਹੀ ਹੈ ਜਿਹਨੂੰ ਅੱਜ ਕੱਲ੍ਹ ਉਹ ਰਿਮਿਕਸ ਕਰਕੇ ਅਤੇ ਮੁਖਤਲਿਫ ਅੰਦਾਜ਼ 'ਚ ਪੇਸ਼ ਕੀਤਾ ਗਿਆ। ਬਾਜਰੇ ਦਾ ਸਿੱਟਾ, ਵੇ ਮੈਂ ਤੱਲੀ ਤੇ ਮਰੂੜਿਆ ਬਾਜਰੇ ਦਾ ਸਿੱਟਾ। ਸਰੋਂ ਦਾ ਸਾਗ ਪੰਜਾਬੀਆਂ ਦੀ ਮਨ ਭਾਵਣੀ ਖੁਰਾਕ ਹੈ ਤੇ ਇਹਦਾ ਤੇਲ ਵੀ ਕਈ ਤਰ੍ਹਾਂ ਇਸਤੇਮਾਲ ਹੁੰਦਾ ਹੈ। ਸਰੋਂ ਦੀ ਫਸਲ ਲਈ ਮੱਕੜੀ ਬੜੀ ਨੁਕਸਾਨਦੇਹ ਹੁੰਦੀ ਹੈ, ਜਿਹਦੇ ਸ਼ਿਕਾਰ ਭਰੋ ਕਿਸਾਨ ਦੀ ਸਾਰੀ ਮਿਹਨਤ ਜ਼ਾਇਆ ਹੋ ਜਾਂਦੀ ਹੈ। ਟੱਪਾ ਤੇ ਮਾਹੀਆ ਵਿੱਚ ਇਜ਼ਹਾਰ ਵੇਖੋ। ਇਹ ਪਹਿਲਾ ਟੱਪਾ ਹੈ ਜਿਹਦੇ ਵਿੱਚ ਦੋਨੋਂ ਮਿਸਰੇ ਬਰਾਬਰ ਹੁੰਦੇ ਨੇ। ਮੱਕੜੀ ਮੰਦਾ ਕੀਤਾ ਸਾਡੇ ਵਤਨਾਂ ਤੇ ਆ ਗਈ, ਕਹਿੰਦਾ ਹੈ ਮੱਕੜੀ ਨੇ ਬਹੁਤ ਬੁਰਾ ਕੀਤਾ ਹੈ, ਸਾਡਾ ਬਹੁਤ ਨੁਕਸਾਨ ਕੀਤਾ ਹੈ, ਸਾਡੇ ਵਤਨ ਸਾਡੀਆਂ ਫਸਲਾਂ ਉੱਤੇ ਆ ਗਈ ਹੈ। ਸਰਿਓਂ ਬਹੁ ਸੋਹਣੀ, ਸਰਸੋਂ ਅੱਛੀ ਖਾਸੀ ਖੂਬਸੂਰਤ ਸਿਹਤਮੰਦ ਤਵਾਨਾ ਉੱਗੀ ਹੋਈ ਸੀ, ਫੁੱਲ ਸਾਰੇ ਖਾ ਗਈ ਔਰ ਉਹਨੇ ਸਾਰੀ ਫਸਲ ਦਾ ਮੱਕੜੀ ਨੇ ਨੁਕਸਾਨ ਕਰ ਦਿੱਤਾ ਹੈ। ਸਰਿਓਂ ਦੇ ਫੁੱਲ ਮਾਈਆ, ਅਸੀਂ ਪਰਦੇਸੀਆਂ ਸਾਡੇ ਨਾਲ ਨਾ ਰੁੱਲ ਮਾਈਆ, ਰੁੱਲਣਾ ਹੁੰਦਾ ਖੁਆਰੋਂ। ਲੋਕ ਗੀਤਾਂ ਵਿੱਚ ਰਸਮਾਂ ਤੇ ਰਿਵਾਜ, ਮੇ ਬੀ ਇਹ ਵੀ ਕੁਐਸਚਨ ਪੁੱਛਿਆ ਜਾ ਸਕਦਾ, ਨਾ ਪੁੱਛੇ ਤੇ ਤੁਸੀਂ ਸਕਿਪ ਵੀ ਕਰ ਸਕਦੇ ਹੋ। ਪੰਜਾਬੀ ਤਹਿਜ਼ੀਬੋ ਤਮੱਦਨ ਦੇ ਹਵਾਲੇ ਨਾਲ ਬੜਾ ਜ਼ਰਖੇਜ਼ ਖਿੱਤਾ ਹੈ ਪੰਜਾਬ। ਹਜ਼ਾਰਾਂ ਵਰ੍ਹਿਆਂ ਪਹਿਲੇ ਦੀ ਹੜੱਪਾ ਤਹਿਜ਼ੀਬ ਦੇ ਖੰਡਰਾਤ ਵਿੱਚੋਂ ਕਈ ਰਸਮਾਂ ਰਿਵਾਜਾਂ ਦੇ ਆਸਾਰ ਵੀ ਮਿਲੇ ਨੇ। ਇਸ ਤੋਂ ਇਲਾਵਾ ਪੰਜਾਬ ਵਿੱਚ ਕਈ ਗੈਰ ਮੁਲਕੀ ਹਮਲਾਵਰ ਆਏ ਤੇ ਆਬਾਦ ਹੋ ਗਏ। ਉਹਨਾਂ ਸਾਰੀਆਂ ਕੌਮਾਂ ਦੇ ਰਸਮੋ ਰਿਵਾਜ ਮੁਕਾਮੀ ਤਹਿਜ਼ੀਬੋ ਸਕਾਫਤ ਵਿੱਚ ਰਚ ਬਸ ਗਏ। ਪੰਜਾਬ ਵਿੱਚ ਜੰਮਣ ਤੋਂ ਲੈ ਕੇ ਮਰਨ ਤੱਕ ਕਈ ਲੋਕ ਰਸਮਾਂ ਮੌਜੂਦ ਨੇ ਜਿਨ੍ਹਾਂ ਨੂੰ ਮਜ਼ਹਬੀ ਫਰੀਜ਼ਾ ਸਮਝ ਕੇ ਅਦਾ ਕੀਤਾ ਜਾਂਦਾ ਹੈ। ਲੋਕ ਰਸਮਾਂ ਕੋਈ ਕਾਨੂੰਨ ਨਹੀਂ, ਇਹ ਨੂਨ
प्रूफ की गलती कानून नहीं ने पर इन्हां नूं कानून नालों वध समझिया जांदा है। इन्हां रस्मां रिवाजां नूं पंजाबियां ने नक दा मसला बनाया होया है। यह रस्मां कई किस्म दियां ने जिन्हां दी वंड खुशी दियां रस्मां गमी दियां रस्मां ते आम रैतली रस्मां विच कीती जांदी है। इन्हां रस्मां विचों कुछ ना बच्चे दे जम्मण दे मौके ते नामकरण यानी बच्चे दा नाम रखना, झंड लवाना, अकीका करना, लड्डू बनना, घुंगणियां वंडना, रस्में बिस्मिल्ला, वरेगंढ, शादी ब्याह दियां रस्मां, दर्जना रस किस्मां ते मरण दे मौके दियां रस्मां वगैरह काबले जिक्र। शादी ब्याह दे मौके ते मिलनी दी रस्म होंदी है, जदों बारात कुड़ी वालियां दे घर अपड़दी है ते कुड़ियां सवाणियां सिठणियां गा के जांजियां ते लाड़े दा इस्तकबाल करदियां ने। ऐ मजाक बाजवारी गाला मंदे तिकर भी अपड़ जांदा है, पर इन्हां गल्लां नूं उक्का मजाक ही मजाक दी हद तक लिया जांदा है, बुरा नहीं मनाया जांदा, क्यों जे कुड़ियां नूं भी अगों उंज दे टिचकर भरे जवाब मिलते रहिंदे ने। जी कुड़ी ते साडी रेशम दी लीर है, मुंडा ते दिसदा कोई फकीर है, गल ते बनदी नाही न लज्जिओ लज तुहानूं नाही न लज्जे बेशरम। साडे ते वेड़े मुढ मकई दा असां ते सुणिया लाड़ा उदल गई दा। उदल गई गाली है यानी लाड़ा जड़ा शादी करन वास्ते आया दुल्हन ले जाण वास्ते आया है उन्हों कुड़ियां कह रही ने कि तू उस मां दा बेटा है जिहड़ी अपने घरों अपने आशना नाल फरार हो गई सी। सो बुनियादी तौर ते सिठणियां दा मकसद हुंदा सी टैंपरामेंट चैक करना कि लोकां विच कुवत ते बर्दाश्त किन्नी है किस हद तक है, जिहड़ी अजकल साडे विचों बिल्कुल सिफर हो गई। अजकल अगर इस तरह दियां सिठणियां होण ते बारातां खाली वापस जाण। शादी ब्याह के मौके पर घोड़ियां गाने का रिवाज अजकल भी आम है। जदों लाड़ा सेरे गाने बन के घोड़ी उत्ते बहिंदा है ते भैणां भरजाइयां घोड़ी की वाग फड़ के घोड़ियां गाउंदियां ने, नाल सुरमा पवाई ते वाग फड़ाई का लाग भी लैंदियां ने। देसां दा राजा मेरे बाबल का प्यारा अंबड़ी दे दिल का सहारा नी वीर मेरा घोड़ी चढ़िया, भैणां वागां फड़ियां नी वीर घोड़ी चढ़िया, भैन फड़ी वाग पंज रुपए भैन का लाग। अजकल तो पांच पांच लाख भी मंग लेते हैं। मुकलावे मगरों जो वोटी घर वापस आती है तो लाड़े दियां भैन उसकी वापसी ते खुशी के गीत गाउंदियां ते गिद्धे पाउंदियां ने। गीत के बोल वेखो, भाबो मेरी आई मुकलावे आई सरों का फुल बन के, गल विच उहदे कैंठी सूंधी विच सोने दे मणके। कैंठा मर्द हज़रात पाते हैं, लॉकेट वड्डा हुंदा जरा ते कैंठी यानी छोटा लॉकेट जिहदे विच सोने का बनया होया, सोने के मणके यानी सोने के मोती भी लगे होंदे ने। रूप उसनू रब ने दिता वो फिरदी पटोला बन के, भरजाई दियां तारीफां हो रही ने। हयाती का मुढ बच्चे के जम्मण ते लोरियां गाण नाल हुंदा है ते इंसान की मौत ते वैण पाए जाते ने, जिन्हां नू स्यापा या उलाणियां भी आखते ने। ऐ सी एस एस ओबजैक्टिव जिस बारी क्वेश्चन सी उलाणियां किस गीत नूं कहिंदे ने, यह गीत तो नहीं है पर मौजू ते खास हैयत की वजह तो इनू भी गीतां विच शामिल कर लिया गया है। किसी गभरू जवान की मर्ग से पाए जाने वाले वैण की वंगी वेखो। आम तौर पर जवान कोई फौत हो जाए कुड़ी या मुंडा जिहदे छोटे छोटे बच्चे हों, क्योंकि जाहिर है मौत ते बरहा के हर किसी ने मरना है, लेकिन उम्र तो पहले अगर कोई अचानक फौत हो जाए तो उस मौके पर ज़्यादा दुख वाली कैफियत होंगी। तेरे निक्के निक्के बाल हाय हाय शेरा हाय हाय शेरा हाय हाय शेरा, इन्हां नूं लैंदों पाल हाय हाय शेरा हाय हाय शेरा, तेनू रोंदी तेरी नार हाय हाय शेरा हाय हाय शेरा, ज्यों बुढ़ी मां नूं मार हाय हाय शेरा हाय हाय शेरा। ऐ नार तो मुराद है बीवी, बुढ़ी मां तो मुराद वालदा। तेरे प्यो दा भैड़ा हाल हाय हाय शेरा हाय हाय शेरा, क्यों ना लै गए हो नाल हाय हाय शेरा हाय हाय शेरा। लोक गीतां विच पहनावा ते गहने ऐ वाले जी मुनासिब समझो ते पॉइंट्स लिखना, अदरवाइज क्वेश्चन काफ़ी लेंथी हो जाएगा तुहानूं स्किप ते करना ही पैना, लेकिन स्पैसीफिक ऐ वाला क्वेश्चन भी पूछ सकता है। इस वास्ते मैं सारा एक
ਇੱਕੋ ਹੀ ਕੁਐਸਚਨ ਨੂੰ ਜਰਨਲ ਬਣਾਇਆ ਔਰ ਉਹਦੇ 'ਚ ਹਰ ਚੀਜ਼ ਡਿਸਕਸ ਕਰ ਦਿੱਤੀ ਹੈ। ਇੱਕ ਦੋ ਸਟੂਡੈਂਟਸ ਦਾ ਕੁਐਸਚਨ ਵੀ ਸੀ ਕਿ ਜੀ ਲੋਕ ਗੀਤਾਂ ਵਿੱਚ ਜ਼ੇਵਰਾਤ ਦਾ ਜ਼ਿਕਰ ਹੋ ਸਕਦਾ ਹੈ, ਤੇ ਜਨਾਬ ਇਸ ਤਰ੍ਹਾਂ ਦੇ ਹਜ਼ਾਰਾਂ ਗੀਤ ਮੌਜੂਦ ਨੇ ਜਿਨ੍ਹਾਂ ਵਿੱਚ ਗਹਿਣਿਆਂ ਦਾ ਜ਼ਿਕਰ ਹੈ ਔਰ ਸੈਂਕੜੋਂ ਦੇ ਹਿਸਾਬ ਨਾਲ ਗਹਿਣੇ ਯਾਨੀ ਜਿਊਲਰੀ ਹੈ ਜਿਹੜੀ ਪੁਰਾਣੇ ਵਕਤਾਂ ਵਿੱਚ ਲੋਕੀ ਇਸਤੇਮਾਲ ਕਰਦੇ ਸੀ। ਅੱਜ ਕੱਲ੍ਹ ਦੇ 5-7 ਨਾਂ ਹੀ ਤੁਸੀਂ ਗਿਣ ਸਕੋਗੇ ਜਿਹੜੇ ਅੱਜ ਕੱਲ੍ਹ ਲੋਕ ਇਸਤੇਮਾਲ ਕਰਦੇ ਨੇ। ਪੁਰਾਣੇ ਗੀਤਾਂ ਵਿੱਚੋਂ ਸੈਂਕੜਿਆਂ ਦੇ ਹਿਸਾਬ ਨਾਲ ਔਰਤਾਂ ਦੇ, ਮਰਦਾਂ ਦੇ, ਬੱਚਿਆਂ ਦੇ, ਬੱਚੀਆਂ ਦੇ ਜ਼ੇਵਰ ਪਹਿਨਾਵੇ ਮੌਜੂਦ ਨੇ। ਅੱਛਾ ਜੀ, ਇਹਦੇ ਦੋ ਚੀਜ਼ਾਂ ਨੇ, ਪਹਿਨਾਵੇ ਤੋਂ ਮੁਰਾਦ ਹੈ ਲਿਬਾਸ ਤੇ ਗਹਿਣੇ ਤੋਂ ਮੁਰਾਦ ਹੈ ਜਿਊਲਰੀ ਜ਼ੇਵਰ। ਪਹਿਨਾਵਾ ਲਿਬਾਸ ਇਨਸਾਨ ਦੀ ਫਿਤਰੀ ਜ਼ਰੂਰਤ ਹੈ। ਇਨਸਾਨ ਨੇ ਜਿਵੇਂ ਜਿਵੇਂ ਸ਼ਊਰ ਦੀਆਂ ਮੰਜ਼ਲਾਂ ਤੈਅ ਕੀਤੀਆਂ ਉਹ ਸਤਰਪੋਸ਼ੀ ਦੇ ਹਵਾਲੇ ਨਾਲ ਸੰਜੀਦਾ ਹੁੰਦਾ ਗਿਆ। ਇਸਲਾਮੀ ਅਕਾਇਦ ਦੇ ਮੁਤਾਬਿਕ ਪਹਿਨਾਵੇ ਤੇ ਲਿਬਾਸ ਦੀ ਬੜੀ ਕਦਰੋ ਕੀਮਤ ਤੇ ਅਹਿਮੀਅਤ ਹੈ। ਇਨਸਾਨ ਆਪਣੇ ਆਪ ਨੂੰ ਖੂਬਸੂਰਤ ਬਣਾਉਣ ਲਈ ਕਈ ਹੀਲੇ ਚਾਰੇ ਕਰਦਾ ਹੈ। ਗਹਿਣੇ ਗੱਟੇ ਯਾਨੀ ਜ਼ੇਵਰਾਤ ਜਿਊਲਰੀ ਵੀ ਇਨਸਾਨ ਦੀ ਤੇ ਖਾਸ ਤੌਰ ਤੇ ਔਰਤਾਂ ਦੀ ਫਿਤਰੀ ਕਮਜ਼ੋਰੀ ਹੈ। ਇਸੇ ਲਈ ਦੀਨ ਇਸਲਾਮ ਨੇ ਔਰਤਾਂ ਦੀ ਇਸ ਫਿਤਰੀ ਖਾਹਿਸ਼ ਦੇ ਹੱਕ ਦਾ ਪੂਰਾ ਪੂਰਾ ਇਹਤਰਾਮ ਕੀਤਾ ਹੈ ਪਰ ਕੁਝ ਸ਼ਰਤਾਂ ਨਾਲ। ਲਿਹਾਜ਼ਾ ਆਖਿਆ ਜਾ ਸਕਦਾ ਹੈ ਕਿ ਜਚਵਾਂ ਪਹਿਨਾਵਾ ਪਾਉਣਾ ਤੇ ਬਨਾਓ ਸ਼ਿੰਗਾਰ ਕਰਨਾ ਇਨਸਾਨ ਦੀ ਕਮਜ਼ੋਰੀ ਹੈ ਜਿਹਦਾ ਮਜ਼ਹਬ ਵੀ ਇਹਤਰਾਮ ਕਰਦਾ ਹੈ ਜਾਂ ਮਜ਼ਹਬ ਵਿੱਚ ਵੀ ਇਹਤਰਾਮ ਕੀਤਾ ਗਿਆ। ਗਹਿਣੇ ਔਰਤਾਂ ਦੇ ਹੁਸਨ ਨੂੰ ਚਾਰ ਚੰਨ ਲਾ ਦਿੰਦੇ ਨੇ। ਔਰਤ ਕਿੰਨੀ ਵੀ ਸੋਹਣੀ ਹੋਵੇ ਉਹ ਆਪਣੇ ਆਪ ਨੂੰ ਹੋਰ ਹਸੀਨ ਬਣਾਉਣ ਲਈ ਯਤਨ ਕਰਦੀ ਰਹਿੰਦੀ ਹੈ। ਮੁਆਸ਼ਰਤੀ ਤੇ ਮੁਆਸ਼ੀ ਹਵਾਲੇ ਨਾਲ ਵੀ ਗਹਿਣੇ ਅਹਿਮ ਨੇ ਕਿਉਂਕਿ ਕਈ ਲੋੜਾਂ ਥੋੜਾਂ ਵੇਲੇ ਇਹੋ ਗਹਿਣੇ ਵੇਚ ਵੱਟ ਕੇ ਔਖਾ ਸੌਖਾ ਵੇਲਾ ਲੰਘਾ ਲਿਆ ਜਾਂਦਾ ਹੈ। ਲੋਕ ਗੀਤਾਂ ਤੋਂ ਪਤਾ ਲੱਗਦਾ ਹੈ ਕਿ ਔਰਤਾਂ ਦੇ ਨਾਲ ਨਾਲ ਮਰਦ ਵੀ ਜਿਊਲਰੀ ਗਹਿਣੇ ਇਸਤੇਮਾਲ ਕਰਦੇ ਸੀ। ਔਰਤਾਂ ਮਰਦਾਂ ਵਿੱਚ ਕੀਮਤੀ ਗਹਿਣਿਆਂ ਦਾ ਇਸਤੇਮਾਲ ਪੰਜਾਬ ਦੀ ਖੁਸ਼ਹਾਲੀ ਵੱਲ ਵੀ ਇਸ਼ਾਰਾ ਹੈ। ਗਹਿਣਿਆਂ ਨਾਲ ਪਿਆਰ ਤੇ ਇਨਸਾਨੀ ਨਫਸਿਆਤ ਦੀਆਂ ਨੁਮਾਇੰਦਾ ਕੁਝ ਬੋਲੀਆਂ ਮਿਸਾਲ ਦੇ ਤੌਰ ਤੇ ਵੇਖੋ, ਟੂੰਬਾਂ ਲੈ ਦੇਵੇ ਮੈਂ ਬੋਲੀ ਸ਼ਰੀਕਾਂ ਦੀ ਵਿਆਹਣੀ, ਯਾਨੀ ਔਰਤ ਆਪਣੇ ਖਾਵੰਦ ਨੂੰ ਕਹਿ ਰਹੀ ਹੈ ਕਿ ਮੈਨੂੰ ਜ਼ੇਵਰਾਤ ਲੈ ਦੇ, ਮੈਨੂੰ ਮੇਰੇ ਸ਼ਰੀਕਾਂ ਨੇ ਤਾਨਾ ਦਿੱਤਾ ਹੈ, ਬੋਲੀ ਮਾਰੀ ਹੈ ਕਿ ਇਹਦੇ ਕੋਲ ਕੁਝ ਵੀ ਨਹੀਂ ਹੈ, ਸੋ ਸ਼ਰੀਕਾਂ ਦੀ ਬੋਲੀ ਪੂਰੀ ਕਰਨ ਵਾਸਤੇ ਮੈਨੂੰ ਕੋਈ ਜਿਊਲਰੀ ਲੈ ਦੇ। ਪਾਣੀ ਡੋਲ ਗਈ ਝਾਂਜਰਾਂ ਵਾਲੀ, ਕੈਂਠੇ ਵਾਲਾ ਤਿਲਕ ਪਿਆ, ਯਾਨੀ ਇਹਦੇ 'ਚ ਕੁੜੀ ਦੇ ਪੈਰਾਂ ਵਿੱਚ ਝਾਂਜਰਾਂ ਦਾ ਜ਼ਿਕਰ ਤੇ ਕੈਂਠੇ ਵਾਲਾ ਯਾਨੀ ਮੁੰਡੇ ਦੇ ਗਲੇ ਵਿੱਚ ਲੋਕਟ ਦਾ ਜ਼ਿਕਰ ਇਸ ਬੋਲੀ ਵਿੱਚ ਕੀਤਾ ਗਿਆ। ਪਾਣੀ ਭਰਦੀ ਤਵੀਤ ਨੰਗਾ ਰੱਖਦੀ, ਛੜਿਆਂ ਦੀ ਹਿੱਕ ਲੂਣ ਨੂੰ, ਯਾਨੀ ਪਾਣੀ ਭਰਦੀ ਹੋਈ ਗਲੇ ਦਾ ਦੁਪੱਟਾ ਇਸ ਤਰ੍ਹਾਂ ਸੈੱਟ ਕੀਤਾ ਹੋਇਆ ਹੈ ਕਿ ਉਹਦੇ ਵਿੱਚੋਂ ਚੇਨ ਔਰ ਲੋਕਟ ਤਵੀਤ ਨਜ਼ਰ ਆ ਰਿਹਾ ਹੈ, ਜਿਹਨੂੰ ਵੇਖ ਵੇਖ ਕੇ ਹਰ ਬੰਦਾ ਮਤਲਬ ਪਰੇਸ਼ਾਨ ਹੋ ਰਿਹਾ। ਚੂੜੀਆਂ ਗੋਰੀਆਂ ਬਾਹਾਂ ਦਾ ਗਹਿਣਾ, ਤੀਲੀ ਸੱਜੇ ਤਿੱਖੀ ਨੱਕ ਤੇ, ਚੂੜੀਆਂ ਸਫੈਦ ਬਾਹਾਂ ਵਿੱਚ ਅੱਛੀਆਂ ਲੱਗਦੀਆਂ ਨੇ, ਬਾਹਾਂ ਦਾ ਜ਼ੇਵਰ ਹੈ, ਔਰ ਤੀਲੀ ਯਾਨੀ ਲੌਂਗ ਯਾਨੀ ਕੋਕਾ ਨੱਕ ਦੀ ਡੈਕੋਰੇਸ਼ਨ ਵਾਸਤੇ, ਸਜਾਵਟ ਵਾਸਤੇ, ਫਬਾਵਟ ਵਾਸਤੇ ਇਸਤੇਮਾਲ ਹੁੰਦਾ। ਨੰਗਾ ਰੱਖਦੀ ਕਲਿੱਪ ਵਾਲਾ ਪਾਸਾ, ਨਾਲੇ ਬਾਲੋ ਘੁੰਡ ਕੱਢਦੀ, ਵੈਸੇ ਘੁੰਡ ਕੱਢਦੀ ਹੈ, ਬਾਲੋ ਮਤਲਬ ਕੁੜੀ, ਮਗਰ ਇਸ ਤਰ੍ਹਾਂ ਦਾ ਘੁੰਡ ਹੈ ਕਿ ਕਲਿੱਪ ਨਜ਼ਰ ਆ ਰਹੇ। ਮਰਦਾਂ ਵਿੱਚ ਵੀ ਗਹਿਣਿਆਂ ਦਾ ਇਸਤੇਮਾਲ ਆਮ ਰਿਹਾ ਹੈ। ਪੰਜਾਬੀ ਕਲਾਸੀਕੀ ਤੇ ਲੋਕ ਅਦਬ ਵਿੱਚ ਔਰਤਾਂ ਦੇ ਨਾਲ ਨਾਲ ਮਰਦਾਂ ਦੇ ਗਹਿਣਿਆਂ ਦਾ ਵੀ ਭਰਵਾਂ ਜ਼ਿਕਰ ਮਿਲਦਾ ਹੈ। ਬੋਲੀਆਂ ਵਿੱਚ ਮਰਦਾਂ ਦੇ ਗਹਿਣਿਆਂ ਦਾ ਜ਼ਿਕਰ ਮੁਲਾਇਜ਼ਾ ਕਰੋ। ਬੁਰੀ ਮੱਝ ਨੂੰ ਥਾਪੀਆਂ ਮਾਰੇ ਤੇ ਕੈਂਠੇ ਵਾਲਾ ਧਾਰ ਕੱਢਦਾ, ਕੈਂਠੇ ਵਾਲਾ ਗੱਭਰੂ ਜਿਹੜਾ ਦੁੱਧ ਚੋ ਰਿਹਾ ਹੈ, ਧਾਰ ਕੱਢ ਰਿਹਾ ਹੈ ਮੱਝ ਦੀ, ਬੁਰੀ ਮੱਝ ਨੂੰ, ਇਹ ਮੱਝ ਦੀਆਂ ਕਿਸਮਾਂ ਨੇ ਮੁਖਤਲਿਫ, ਉਹਨੂੰ ਥਾਪੀ ਵੀ ਮਾਰ ਰਿਹਾ, ਥਾਪੀ ਦਿੱਤੀ ਜਾਂਦੀ ਹੈ ਮਤਲਬ ਪਿਆਰ ਕੀਤਾ ਜਾਂਦਾ। ਦੁੱਧ ਰਿੜਕੇ ਝਾਂਜਰਾਂ ਵਾਲੀ, ਕੈਂਠੇ ਵਾਲਾ ਧਾਰ ਕੱਢਦਾ, ਝਾਂਜਰਾਂ ਵਾਲੀ ਕੁੜੀ ਦੁੱਧ ਰਿੜਕ ਰਹੀ ਹੈ ਔਰ ਕੈਂਠੇ ਵਾਲਾ ਮੁੰਡਾ ਦੁੱਧ ਚੋ ਰਿਹਾ ਹੈ, ਉਹ ਮੇਰਾ ਵੀਰ ਕੁੜੀਓ, ਕੰਨੀ ਨੱਤੀਆਂ ਸਿੰਧੂਰੀ ਸਿਰ ਸਾਫਾ, ਰਿਪੀਟ ਹੋ ਗਈ, ਤੇਰੇ ਬੋਤੇ ਦੀ ਮੁਹਾਰ ਬਣ ਜਾਵਾਂ ਸੋਨੇ ਦੇ ਤਵੀਤ ਵਾਲੇ, ਗਲੇ ਵਿੱਚ ਸੋਨੇ ਦਾ ਤਾਵੀਜ਼, ਲੋਕਟ ਚੇਨ ਲੋਕਟ, ਬੋਤਾ ਊਂਟ ਨੂੰ ਕਹਿੰਦੇ ਨੇ, ਤੇਰੇ ਊਂਟ ਦੀ ਮੁਹਾਰ ਬਣ ਜਾ, ਮੁਹਾਰ ਲਗਾਮ ਨੂੰ ਕਹਿੰਦੇ ਨੇ, ਮੇਰਾ ਦਿਲ ਕਰਦਾ ਹੈ ਕਿ ਮੈਂ ਤੇਰੇ ਊਂਟ ਦੀ ਮੁਹਾਰ ਬਣ ਜਾਵਾਂ ਸੋਨੇ ਦੇ ਤਵੀਤ ਵਾਲਿਆ ਮੁੰਡਿਆ। ਲੋਕ ਗੀਤਾਂ ਵਿੱਚ ਹਿਕਮਤੋ ਦਾਨਿਸ਼ ਤੇ ਤਜਰਬੇ ਦੀਆਂ ਗੱਲਾਂ,
ਲੋਕ ਗੀਤ ਤਫਰੀਹ ਤਬਾ ਤੇ ਤਹਿਜ਼ੀਬੋ ਸਕਾਫਤ ਦੇ ਅਮੀਨ ਹੋਣ ਦੇ ਨਾਲ ਨਾਲ ਬਜ਼ੁਰਗਾਂ ਤੇ ਸਿਆਣਿਆਂ ਦੀਆਂ ਹਿਕਮਤ ਭਰੀਆਂ ਗੱਲਾਂ ਤੇ ਉਮਰ ਭਰ ਦੇ ਤਜਰਬਿਆਂ ਦਾ ਨਿਚੋੜ ਹੁੰਦੇ ਨੇ। ਇਹ ਸਿਆਣੇ ਤੇ ਹਯਾਤੀ ਹੰਢਾ ਬੈਠੇ ਬਜ਼ੁਰਗ ਆਪਣੀ ਜ਼ਿੰਦਗੀ ਦੇ ਤਜਰਬਿਆਂ ਨੂੰ ਦੂਜਿਆਂ ਤੱਕ ਅਪਣਾਉਣ ਲਈ ਲੋਕ ਗੀਤਾਂ ਦੀ ਸ਼ਕਲ ਵਿੱਚ ਇਜ਼ਹਾਰ ਕਰਦੇ ਨੇ। ਲੋਕ ਗੀਤਾਂ ਵਿੱਚ ਹੱਡ ਵਰਤੀਆਂ ਤੇ ਜੱਗ ਵਰਤੀਆਂ ਹਿਕਮਤੋ ਦਾਨਿਸ਼ ਭਰੀਆਂ ਗੱਲਾਂ ਦਾ ਬਿਆਨ ਵੇਖੋ। ਵਿੱਚ ਸੁੱਖਾਂ ਦੇ ਯਾਰ ਬਥੇਰੇ, ਦੁੱਖਾਂ ਵਿੱਚ ਕੌਣ ਦਰਦੀ। ਯਾਨੀ ਕੀ ਮੈਸੇਜ ਦਿੱਤਾ ਜਾ ਰਿਹਾ? ਹਰ ਯਾਰ ਦੋਸਤ ਸੱਜਣ ਸਿਰਫ ਸੁੱਖ ਦਾ ਏ, ਖੁਸ਼ੀ ਦਾ ਏ, ਦੁੱਖਾਂ ਵਿੱਚ ਕੋਈ ਨਹੀਂ ਪੁੱਛਦਾ। ਜਿਹੜੇ ਕਹਿੰਦੇ ਸੀ ਮਰਾਂਗੇ ਨਾਲੇ, ਛੱਡ ਕੇ ਮੈਦਾਨ ਨੱਸ ਗਏ। ਜਿਹੜੇ ਕਹਿੰਦੇ ਸੀ ਕਿ ਨਾਲ ਜਾਨ ਕੁਰਬਾਨ ਕਰ ਦਿਆਂਗੇ, ਐਨ ਜਿਸ ਵੇਲੇ ਔਖਾ ਵਕਤ ਆਇਆ ਮੈਦਾਨ ਦੇ ਵਿੱਚ ਕੱਲਾ ਛੱਡ ਕੇ ਨੱਸ ਗਏ। ਤਿੰਨ ਰੰਗ ਨਹੀਂ ਭੁੱਲਦੇ, ਹੁਸਨ, ਜਵਾਨੀ, ਮਾਪੇ। ਜ਼ਿੰਦਗੀ ਵਿੱਚ ਹੁਸਨ, ਜਵਾਨੀ ਔਰ ਮਾਂ ਪਿਓ ਇੱਕੋ ਵਾਰੀ ਮਿਲਦੇ ਨੇ, ਲੇਕਿਨ ਸਾਰੀ ਜ਼ਿੰਦਗੀ ਯਾਦ ਰਹਿੰਦੇ। ਆਈਆਂ ਫਲੀਆਂ ਰਵਾਂ ਦੀਆਂ ਨੇ, ਦੁੱਧ ਨਾਲੋਂ ਵੱਧ ਮਿੱਠੀਆਂ, ਗਾਲਾਂ ਆਪਣੀ ਮਾਂ ਦੀਆਂ ਨੇ। ਰਵਾਂ ਬੀਨ ਜਿਸ ਤਰ੍ਹਾਂ ਲੋਬੀਆ ਹੁੰਦਾ ਹੈ, ਉਸ ਤਰ੍ਹਾਂ ਦੇ ਰਵਾਂ ਹੁੰਦੇ ਨੇ, ਰਵਾਂ ਦੀਆਂ ਫਲੀਆਂ ਹੁੰਦੀਆਂ ਨੇ, ਆਮ ਅਸੀਂ ਘਰਾਂ ਵਿੱਚ ਪਕਾਉਂਦੇ ਵੀ। ਦੁੱਧ ਨਾਲੋਂ ਵੀ ਜ਼ਿਆਦਾ ਮਿੱਠੀਆਂ ਨੇ ਜੋ ਮਾਂ ਦੀਆਂ ਗਾਲਾਂ ਨੇ। ਤ੍ਰੈ ਗੱਲਾਂ ਹੱਥ ਨਹੀਂ ਆਉਂਦੀਆਂ, ਤਿੰਨ ਚੀਜ਼ਾਂ ਇੱਕ ਵਾਰੀ ਹੱਥੋਂ ਚਲੀਆਂ ਜਾਣ ਤੇ ਦੁਬਾਰਾ ਨਹੀਂ ਮਿਲਦੀਆਂ। ਫੁੱਟੇ ਬੇਲੀ ਯਾਨੀ ਦੋਸਤ ਇੱਕ ਵਾਰੀ ਨਾਰਾਜ਼ ਹੋ ਜਾਣ ਤੇ ਦੁਬਾਰਾ ਅਗਰ ਸੁਲ੍ਹਾ ਵੀ ਹੋ ਜਾਏ ਤੇ ਉਹ ਪਹਿਲੇ ਜੈਸੀ ਪੁਰਾਣੀ ਦੋਸਤੀ ਨਹੀਂ ਰਹਿੰਦੀ। ਹੁਲਾਰੀ ਚੜੀਆਂ ਨਾਰੀ, ਔਰਤਾਂ ਜਿਹਨਾਂ ਨੂੰ ਹਮਲਾਵਰ ਚੁੱਕ ਕੇ ਲੈ ਜਾਣ, ਉਹ ਕਦੀ ਵਾਪਸ ਨਹੀਂ ਆਈਆਂ। ਗੋਸ਼ੇ ਕੋਲੋਂ ਗਈਆਂ ਬਾਜ ਕਮਾਨਾ, ਕਮਾਨ ਟੁੱਟ ਗਈ, ਗੋਸ਼ਾ ਕਿਨਾਰੇ ਨੂੰ ਕਹਿੰਦੇ ਨੇ, ਯਾਨੀ ਕਮਾਨ ਕਿਨਾਰੇ ਤੋਂ ਟੁੱਟ ਜਾਏ ਤੇ ਬੇਕਾਰ ਹੋ ਜਾਂਦੀ ਹੈ, ਉਹ ਰਿਪੇਅਰ ਨਹੀਂ ਹੋ ਸਕਦੀ ਦੁਬਾਰਾ। ਪਰਦੇਸਾਂ ਤੇ ਗਿਆਂ ਨੂੰ ਲੱਖ ਬਾਦਸ਼ਾਹੀਆਂ ਡੀਵਣ, ਪਰਦੇਸ ਗਿਆਂ ਨੂੰ ਭਾਵੇਂ ਬਾਦਸ਼ਾਹੀ ਵੀ ਮਿਲ ਜਾਏ, ਤਖ਼ਤ ਵੀ ਮਿਲ ਜਾਏ, ਦਿਲ ਤਾਂ ਵੀ ਵਤਨਾਂ ਨੂੰ ਤੰਗੇ ਤੰਗੇ ਯਾਨੀ ਉਦਾਸ ਹੋਵੇ, ਲੇਕਿਨ ਦਿਲ ਫਿਰ ਵੀ ਵਤਨ ਵਾਸਤੇ ਉਦਾਸ ਹੁੰਦਾ। ਯਾਨੀ ਪਰਦੇਸ ਦੀ ਬਾਦਸ਼ਾਹੀ ਨਾਲੋਂ ਦੇਸ ਦੀ ਫਕੀਰੀ, ਗਦਾਈ, ਗਦਾਗਰੀ ਚੰਗੀ ਹੈ। ਲੋਕ ਗੀਤਾਂ ਵਿੱਚ ਮਜ਼ਹਬੀ ਰੰਗ, ਪੰਜਾਬ ਦੇ ਲੋਕ ਅਕਸਰੀਅਤ ਦਾ ਮਜ਼ਹਬ ਇਸਲਾਮ ਹੈ। ਕਿਸੇ ਵੀ ਇਲਾਕੇ ਦੀ ਤਹਿਜ਼ੀਬੋ ਸਕਾਫਤ ਉੱਤੇ ਮਜ਼ਹਬ ਦੇ ਅਸਰਾਤ ਬੜੇ ਗੂੜੇ ਹੁੰਦੇ ਨੇ। ਪੰਜਾਬ ਵਿੱਚ ਇਸਲਾਮ ਨੂੰ ਆਇਆ 1000 ਸਾਲ ਨਾਲੋਂ ਵੱਧ ਅਰਸਾ ਗੁਜ਼ਰ ਗਿਆ ਹੈ। ਇਸਲਾਮ ਦਾ ਅਸਰ ਪੰਜਾਬ ਦੇ ਲੋਕਾਂ ਦੇ ਨਾਲ ਨਾਲ ਸਾਡੇ ਲੋਕ ਗੀਤਾਂ, ਲੋਕ ਵਾਰਾਂ, ਲੋਕ ਅਖਾਣਾਂ ਤੇ ਲੋਕ ਬਾਤਾਂ ਉੱਤੇ ਵਧੇਰਾ ਹੈ। ਲੋਰੀ ਤੋਂ ਲੈ ਕੇ ਵੈਣ ਤੱਕ ਹਰ ਸਿੰਫ ਵਿੱਚ ਇਹ ਮਜ਼ਹਬੀ ਰੰਗ ਤੇ ਮਿਲਦਾ ਹੀ ਹੈ। ਲੋਕ ਗੀਤਾਂ ਵਿੱਚ ਮਜ਼ਹਬੀ ਤੇ ਇਸਲਾਮੀ ਮੌਜੂਆਤ ਦੀ ਵੀ ਕੋਈ ਕਮੀ ਨਹੀਂ। ਯਾਨੀ ਅਸੀਂ ਕਹਿ ਸਕਦੇ ਹਾਂ ਕਿ ਮਜ਼ਹਬ ਇਸਲਾਮ ਨੇ ਜਿਵੇਂ ਹਯਾਤੀ ਦੇ ਹਰ ਪੱਖ ਨੂੰ ਮੁਤਾਸਰ ਕੀਤਾ ਹੈ, ਉਸ ਨਾਲ ਲੋਕ ਅਦਬ ਉੱਤੇ ਵੀ ਗਹਿਰੇ ਅਸਰਾਤ ਮੁਰੱਤਬ ਕੀਤੇ ਨੇ। ਮਜ਼ਹਬੀ ਰੰਗ ਵਿੱਚ ਰੰਗੀ ਲੋਰੀ ਦਾ ਨਮੂਨਾ ਵੇਖੋ। ਅੱਲਾ ਤੂੰ ਵਾਲੀ ਤੂੰ ਦਿੱਤਾ ਹੀ ਤੇ ਪਾਲੀ ਤੂੰ, ਇਹ ਅੱਲਾ ਤਾਲਾ ਤੂੰ ਵਾਲੀ ਹੈ ਯਾਨੀ ਸਾਡਾ ਪਾਲਣ ਵਾਲਾ ਹੈ, ਤੂੰ ਹੀ ਔਲਾਦ ਦਿੱਤੀ ਹੈ, ਤੂੰ ਹੀ ਇਹਦਾ ਪਾਲਣ ਵਾਲਾ। ਪੰਜਾਬ ਦੇ ਵਸਨੀਕਾਂ ਦਾ ਮਜ਼ਹਬ ਇਸਲਾਮ ਹੈ ਤੇ ਦੀਨ ਇਸਲਾਮ ਦੇ ਹਵਾਲੇ ਨਾਲ ਲੋਕ ਗੀਤਾਂ ਵਿੱਚ ਰੱਬ ਸੋਹਣੇ ਤੇ ਉਹਦੇ ਹਬੀਬ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦਾ ਜ਼ਿਕਰ, ਨੇਕ ਅਮਲਾਂ ਦੀ ਗੱਲਬਾਤ, ਮੌਤ, ਕਬਰ, ਮਸੀਤ, ਮੌਲਵੀ ਤੇ ਰੱਬ ਅੱਗੇ ਮਹਿਬੂਬ ਮਿਲਣ ਦੀ ਦੁਆ ਵਰਗੇ ਮੌਜੂਆਤ ਲੱਭਦੇ ਨੇ। ਕੁਝ ਮਿਸਾਲਾਂ ਵੇਖੋ। ਮੇਰਾ ਮਾਹੀ ਸਰੂ ਦਾ ਬੂਟਾ ਰੱਬ ਕੋਲੋਂ ਲਿਆ ਮੰਗ ਕੇ, ਸਰੂ ਹੈ ਡੈਕੋਰੇਸ਼ਨ ਵਾਲੇ ਪੌਦੇ ਹੁੰਦੇ ਨੇ ਲੰਬੇ। ਮੇਰਾ ਮਾਹੀ ਸਰੂ ਦੇ ਬੂਟੇ ਜੈਸਾ ਉੱਚਾ, ਲੰਮਾ, ਖੂਬਸੂਰਤ ਹੈ, ਔਰ ਇਹ ਮੇਰੀਆਂ ਦੁਆਵਾਂ ਦਾ ਨਤੀਜਾ ਹੈ। ਅਸਾਂ ਲਾਈਆਂ ਤੇ ਹਨੇਰ ਕਿਹੜਾ ਆਇਆ, ਤੂੰ ਵੀ ਤੇ ਰੱਬਾ ਯਾਰ ਰੱਖਿਆ, ਨਾਤੀਆ ਹੈ ਉੱਥੇ ਅਮਲਾਂ ਤੇ ਹੋਣ ਨਬੇੜੇ, ਸਾਤ ਕੋਈ ਪੁੱਛਦਾ ਨਹੀਂ। ਅੱਲਾਹ ਤਾਲਾ ਦੇ ਨਜ਼ਦੀਕ ਸਭ ਤੋਂ ਜ਼ਿਆਦਾ ਇੱਜ਼ਤ ਵਾਲਾ ਉਹ ਹੈ ਜਿਹੜਾ ਤਕਵਾ ਵਿੱਚ ਸਭ ਤੋਂ ਜ਼ਿਆਦਾ। ਓੜਕ ਚੱਲਣਾ ਇੱਥੋਂ, ਕਬਰਾਂ ਉਡੀਕਣ ਖੜੀਆਂ, ਆਖਿਰਕਾਰ ਕੁੱਲੂ ਨਫਸਿਨ ਜ਼ਾਇਕਾਤੁਲ ਮੌਤ, ਹਰ ਕਿਸੇ ਨੇ ਮਰਨਾ ਹੈ ਔਰ ਕਬਰ ਸਾਨੂੰ ਉਡੀਕ ਰਹੀ। ਤੇਰੀ ਚੁੱਕ ਨਾ ਮਸੀਤ ਲਿਜਾਣੀ, ਰਾਈਆਂ ਨੇ ਰਾਤ ਕੱਟਣੀ। ਮੌਲਵੀ ਨੂੰ ਮੁਖਾਤਿਬ ਕਰਕੇ ਕਿ ਅਸੀਂ ਮਸੀਤ ਨਾਲ ਨਹੀਂ ਲੈ ਜਾਣੀ ਬਲਕਿ ਰਾਤ ਬਸਰ ਕਰਕੇ ਚਲੇ ਜਾਵਾਂਗੇ। ਅੱਲਾ ਮਾਲਿਕ ਨੂੰ ਕਰਾਂ ਯਾਦ ਹਮੇਸ਼ਾ, ਮੈਨੂੰ ਆਸਰੇ ਨੇ ਮੌਲਾ ਪਾਕ ਦੇ, ਉਹ ਕੌਣ ਮਿਟਾਉਂਦਾ ਹੈ ਜਿਹੜੇ ਲਿਖੇ ਨੇ ਰੋਜ਼ ਮਿਸਾਕ ਦੇ। ਨਬੀ ਮੁਹੰਮਦ ਪਿਆਰੇ ਪੈਦਾ ਕੀਤਾ, ਜਿਸ ਭਾਰੇ ਚਾਏ ਨੇ ਮਖਲੂਕਾਤ ਦੇ। ਇਹ ਢੋਲਾ ਹੈ ਜੀ, ਸਾਹੀਵਾਲ ਦਾ ਲਹਿਜਾ ਜਾਂ ਜੰਗ ਦਾ ਲਹਿਜਾ ਹੈ।
ਲੋਕ ਗੀਤਾਂ ਵਿੱਚ ਰਿਸ਼ਤੇ ਨਾਤੇ ਪੰਜਾਬੀਆਂ ਦੀ ਹਯਾਤੀ ਦਾ ਦਾਰੋ ਮਦਾਰ ਪੁਰਾਣੇ ਦੌਰ ਵਿੱਚ ਤੇ ਅੱਜ ਵੀ ਵਾਈ ਬੀਜੀ ਤੇ ਮਾਲ ਡੰਗਰ ਪਾਲਣ ਉੱਤੇ ਇਹ ਜ਼ਰਾਤ ਵਿੱਚ ਸਨਅਤੀ ਇਨਕਲਾਬ ਤੋਂ ਪਹਿਲਾਂ ਇਹਨਾਂ ਦੋਵਾਂ ਕੰਮਾਂ ਲਈ ਅਪਰਾਧੀ ਕੁਵਤ ਦਾ ਹੋਣਾ ਬੜਾ ਜ਼ਰੂਰੀ ਸਮਝਿਆ ਜਾਂਦਾ ਸੀ ਕਿਉਂ ਜੇ ਜਿੰਨੇ ਬਹੁਤੇ ਹੱਥ ਹੁੰਦੇ ਓਨਾ ਹੀ ਬਹੁਤਾ ਕੰਮ ਨਿਬੜਦਾ। ਪੁਰਾਣੇ ਜ਼ਮਾਨੇ ਵਿੱਚ ਵੱਡੇ ਟੱਬਰਾਂ ਤੇ ਪਰਿਵਾਰਾਂ ਦੀ ਬੜੀ ਕਦਰ ਸੀ। ਚਾਚੇ ਬਾਬੇ ਪੁੱਤਰ ਪਤਰੇਰ ਤੇ ਪੋਤਰੇ ਇਕੱਠੇ ਰਹਿੰਦੇ ਸਨ। ਪੰਜਾਬ ਵਿੱਚ ਸਾਂਝੀ ਮੁਆਸ਼ਰਤ ਤੇ ਵੱਡੀਆਂ ਟੱਬਰਦਾਰੀਆਂ ਸਨ। ਮੁਸ਼ਤਰਕਾ ਖਾਨਦਾਨੀ ਰਵਾਇਤ ਵਿੱਚ ਕਈ ਵਾਧੇ ਸਨ। ਇੱਕ ਤੇ ਆਪਸੀ ਪਿਆਰ ਮੁਹੱਬਤ ਤੇ ਚਾਹਤ ਵਧੇਰੇ ਹੁੰਦੀ ਸੀ, ਦੂਜਾ ਮੁਆਸ਼ਰਤੀ ਤਹਫ਼ ਤੇ ਪਰੇ ਪੰਚਾਇਤ ਵਿੱਚ ਵੀ ਪੁੱਛ ਪ੍ਰਤੀਤ ਤੇ ਭਾਰ ਹੁੰਦਾ ਸੀ। ਇੱਕੋ ਸਾਂਝੇ ਵਿਹੜੇ ਵਿੱਚ ਕਈ ਅੰਗਾਂ ਸਾਕਾਂ ਦਾ ਆਪਸੀ ਰੋਜ਼ ਦਾ ਵਾਹ ਹੁੰਦਾ ਸੀ। ਮਾਂ ਪਿਓ ਧੀ ਪੁੱਤਰ ਭਰਾ ਭਰਜਾਈ ਨਨਾਣ ਨੂੰ ਸੱਸ ਦੇਵਰ ਜੇਠ ਦਰਾਣੀ ਜਠਾਣੀ ਚਾਚੇ ਤਾਏ ਪਤਰੇਰ ਪੋਤਰੇ ਵਗੈਰਾ ਇੱਕੋ ਸਾਂਝੇ ਵਿਹੜੇ ਦੇ ਰਿਸ਼ਤੇ ਨਾਤੇ ਸਨ। ਇਸ ਤੋਂ ਇਲਾਵਾ ਕੁਝ ਰਿਸ਼ਤੇਦਾਰੀਆਂ ਉਹ ਸਨ ਜਿਹੜੀਆਂ ਘਰੋਂ ਬਾਹਰੀ ਸਨ, ਮਸਲਨ ਨਾਨਕੇ ਕੁੜਮਾਚਾਰੀ ਮਾਮੇ ਭਣੇਵੇਂ ਦੋਤਰੇ ਜਵਾਈ ਵਗੈਰਾ। ਲੋਕ ਗੀਤਾਂ ਵਿੱਚ ਰਿਸ਼ਤੇ ਨਾਤਿਆਂ ਦਾ ਵਧੇਰਾ ਜ਼ਿਕਰ ਮੌਜੂਦ ਹੈ, ਜਿਹਦੇ ਤੋਂ ਪਿਆਰ ਮੁਹੱਬਤ ਨਫ਼ਰਤ ਅਦਾਵਤ ਤੇ ਦੂਜੇ ਤਾਲੁਕਾਤ ਦਾ ਬਖੂਬੀ ਪਤਾ ਲੱਗਦਾ ਹੈ। ਰਿਸ਼ਤੇ ਨਾਤਿਆਂ ਦੇ ਜ਼ਿਕਰ ਵਾਲੇ ਕੁਝ ਲੋਕ ਗੀਤ ਵੰਗੀ ਵੇਖੋ। ਮਾਪਿਆਂ ਧੀਆਂ ਪੁੱਤਰਾਂ ਤੇ ਪੇਕਿਆਂ ਦਾ ਜ਼ਿਕਰ ਲੋਕ ਗੀਤਾਂ ਵਿੱਚ ਵੇਖੋ। ਕਿਕਲੀ ਕਲੀਰ ਦੀ ਪੱਗ ਮੇਰੇ ਵੀਰ ਦੇ, ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ, ਖੂਹ ਵਿੱਚ ਪਾਣੀ ਮਾਂ ਮੇਰੀ ਰਾਣੀ, ਪਿਓ ਮੇਰਾ ਰਾਜਾ, ਹੇਠ ਘੋੜਾ ਤਾਜ਼ਾ। ਤਾਜ਼ਾ ਕਹਿੰਦੇ ਨੇ ਅਰਬੀ ਨਸਲ ਦਾ ਆਲਾ ਨਸਲੀ ਘੋੜਾ। ਚਾਂਦੀ ਦੀਆਂ ਪੌੜੀਆਂ, ਸੋਨੇ ਦਾ ਦਰਵਾਜ਼ਾ, ਆਲ ਮਾਲ ਪੂਰਾ ਹੋਇਆ ਥਾਲ। ਉਤਲਾ ਕਿਕਲੀ ਲੋਕ ਗੀਤ, ਥਲਵਾਂ ਥਾਲ ਲੋਕ ਗੀਤ। ਮੁੰਡੇ ਹੁੰਦੇ ਬਾਪੂ ਦੇ ਘਰ ਰਹਿੰਦੇ, ਧੀਆਂ ਕਿਉਂ ਬਣਾਈਆਂ ਰੱਬ ਨੇ, ਇੱਕ ਰੱਬਾ ਵੀਰ ਨਹੀਂ ਮੇਰੀ ਸਾਰੀ ਉਮਰ ਦੇ ਪੇਕੇ। ਭੈਣ ਤੇ ਭਰਾ ਦੀ ਮੁਹੱਬਤ ਦਾ ਇਜ਼ਹਾਰ ਬੋਲੀਆਂ ਵਿੱਚ ਵੇਖੋ। ਉੱਥੇ ਕਿੱਕਰਾਂ ਨੂੰ ਲੱਗਦੇ ਮੋਤੀ, ਜਿੱਥੋਂ ਮੇਰਾ ਵੀਰ ਲੰਘਦਾ, ਯਾਨੀ ਮੇਰਾ ਵੀਰ ਜਿੱਧਰੋਂ ਦੀ ਲੰਘ ਜਾਏ ਉੱਥੇ ਬਹਾਰ ਆ ਜਾਂਦੀ। ਵੈਸੇ ਤੇ ਕਿੱਕਰਾਂ ਉੱਤੇ ਕੰਡੇ ਕਾਂਟੇ ਲੱਗਦੇ ਨੇ, ਲੇਕਿਨ ਉਹਦੇ ਆਉਣ ਨਾਲ ਉੱਥੇ ਵੀ ਮੋਤੀ ਲੱਗ ਜਾਂਦੇ। ਸੱਸੇ ਵੀਰ ਨੂੰ ਮੰਦਾ ਨਾ ਬੋਲੇ, ਭਾਵੇਂ ਮੇਰੀ ਜਿੰਦ ਕੱਢ ਲਈ। ਸਸੁਰਾਲ ਵਿੱਚ ਕੁੜੀਆਂ ਆਪਣੇ ਆਪ ਨਾਲ ਜੋ ਵੀ ਸਲੂਕ ਹੋ ਰਿਹਾ ਹੋਏ, ਆਪਣੇ ਭਾਈ ਬਾਰੇ ਕਦੀ, ਆਪਣੇ ਪੇਕਿਆਂ ਬਾਰੇ ਕਦੀ ਬੁਰਾ ਨਾ ਸੁਣਦੀਆਂ ਨੇ, ਨਾ ਬਰਦਾਸ਼ਤ ਕਰਦੀਆਂ ਨੇ। ਮੇਰੇ ਵੀਰ ਨੂੰ ਥਿੰਦਾ ਨਾ ਪਾਇਆ, ਸੱਸੇ ਤੇਰੀ ਮੱਝ ਮਰ ਜਾਏ। ਮੇਰਾ ਵੀਰ ਆਇਆ, ਉਹਨੂੰ ਇੰਟਰਟੇਨ ਨਹੀਂ ਕੀਤਾ, ਉਹਨੂੰ ਚੋਪੜੀ ਰੋਟੀ ਨਹੀਂ ਖਵਾਈ, ਦੇਸੀ ਘਿਓ ਨਾਲ ਉਹਨੂੰ ਉਹਦੀ ਤਵਾਜ਼ੋ ਨਹੀਂ ਕੀਤੀ, ਅੱਲਾ ਕਰਕੇ ਤੇਰੀ ਮੱਝ ਮਰ ਜਾਏ। ਨਨਾਣ ਤੇ ਭਰਜਾਈ ਦਾ ਜ਼ਿਕਰ, ਸੜਕਾਂ ਸਾਫ਼ ਕਰੋ, ਮੇਰੇ ਵੀਰ ਦੀ ਮੇਮ ਨੇ ਆਉਣਾ। ਇਹ ਉਦੋਂ ਤੱਕ ਮੇਮ ਹੁੰਦੀ ਹੈ ਜਦੋਂ ਤੱਕ ਘਰ ਨਾ ਆਵੇ ਭਰਜਾਈ, ਜਦੋਂ ਘਰ ਆ ਜਾਂਦੀ ਹੈ ਫਿਰ ਰੱਤਾ ਚੁੱਕ ਲੈ ਭੈੜੀਏ ਨੰਦੇ, ਮੁੰਡਾ ਰੋਵੇ ਤੇਰੇ ਵੀਰ ਦਾ। ਫਿਰ ਉਹਦਾ ਬੱਚਾ ਵੀ ਕੋਈ ਚੁੱਕਣ ਵਾਸਤੇ ਤਿਆਰ ਨਹੀਂ ਹੁੰਦਾ ਕਿ ਭਰਜਾਈ ਘਰ ਦੇ ਸਾਰੇ ਕੰਮ ਵੀ ਕਰੇ, ਬਾਲ ਵੀ ਖਟਾਏ ਔਰ ਸਭ ਕੁਝ ਕਰੇ। ਕੁੜਮਾਚਾਰੀ ਦਾ ਹਵਾਲਾ ਬੋਲੀਆਂ ਵਿੱਚ ਵੇਖੋ। ਬਾਪੂ ਤੇਰੇ ਕੁੜਮਾ ਨੇ ਖੱਟੀ ਲੱਸੀ ਦੀ ਸੁਲਾ ਨਾ ਮਾਰ। ਕੁੜੀ ਆਪਣੇ ਪਿਓ ਨਾਲ ਸ਼ਿਕਵਾ ਕਰ ਰਹੀ ਹੈ ਕਿ ਜਿੱਥੇ ਤੂੰ ਮੈਨੂੰ ਵਿਆਹ ਦਿੱਤਾ ਹੈ, ਯਾਨੀ ਜਿਹੜੇ ਤੇਰੇ ਕੁੜਮ ਲੱਗਦੇ ਨੇ, ਉਹ ਤੇ ਕਿਸੇ ਆਏ ਗਏ ਨੂੰ ਖੱਟੀ ਲੱਸੀ ਵੀ ਨਹੀਂ ਪੁੱਛਦੇ। ਬਾਬਲ ਤੇਰੇ ਕੁੜਮਾ ਨੇ ਗੋਰੇ ਰੰਗ ਦਾ ਕਦਰ ਨਾ ਕੀਤਾ। ਕੁੜੀ ਪਿਓ ਨਾਲ ਸ਼ਿਕਵਾ ਕਰ ਰਹੀ ਹੈ ਕਿ ਜਿੱਥੇ ਤੂੰ ਮੇਰੀ ਸ਼ਾਦੀ ਕੀਤੀ ਹੈ, ਉਹਨਾਂ ਨੇ ਮੇਰੀ ਕੋਈ ਕਦਰ ਨਹੀਂ ਕੀਤੀ। ਲੋਕ ਗੀਤਾਂ ਵਿੱਚ ਰੋਮਾਨਵੀ ਰੰਗ, ਪਿਆਰ ਮੁਹੱਬਤ ਤੇ ਰੋਮਾਨ ਇਨਸਾਨੀ ਹਯਾਤੀ ਦਾ ਲਾਜ਼ਮੀ ਜੁਜ਼ ਨੇ। ਬਾਲਪਣੇ ਦੀ ਉਮਰ ਤੋਂ ਲੰਘਦਿਆਂ ਹੀ ਕੁੜੀਆਂ ਮੁੰਡੇ ਜਦੋਂ ਜਵਾਨੀ ਦੀ ਤਹਿਲੀਜ਼ ਤੇ ਪੈਰ ਰੱਖਣਾ ਸ਼ੁਰੂ ਕਰਦੇ ਨੇ ਤੇ ਉਹਨਾਂ ਨੂੰ ਜਿਨਸੇ ਮੁਖਾਲਫ ਵਿੱਚ ਕਸ਼ਿਸ਼ ਮਹਿਸੂਸ ਹੋਣਾ ਸ਼ੁਰੂ ਹੋ ਜਾਂਦੀ ਹੈ। ਪਿਆਰ ਮੁਹੱਬਤ ਵਾਲਾ ਜਜ਼ਬਾ ਗੱਭਰੂ ਜਵਾਨਾਂ ਤੇ ਅੱਲੜ ਮੁਟਿਆਰਾਂ ਦੇ ਮਨ ਦੀਆਂ ਤਾਰਾਂ ਛੇੜ ਦਿੰਦਾ ਹੈ। ਆਸ਼ਿਕ ਤੇ ਮਾਸ਼ੂਕ ਜਵਾਨ ਜਜ਼ਬਿਆਂ ਤੋਂ ਮਜਬੂਰ ਹੋ ਕੇ ਜਦੋਂ ਉਹਨਾਂ ਜਜ਼ਬਾਤ ਦਾ ਇਜ਼ਹਾਰ ਕਰਦੇ ਨੇ ਤੇ ਰੋਮਾਨਵੀ ਗੀਤ ਵਜੂਦ ਵਿੱਚ ਆਉਂਦੇ ਨੇ। ਮਹਿਬੂਬ ਦੇ ਹੁਸਨੋ ਜਮਾਲ, ਸਰਾਪੇ ਤੇ ਨਸ਼ੀਲੀਆਂ ਅਦਾਵਾਂ ਨੂੰ ਪਿਆਰ ਮੁਹੱਬਤ ਤੇ ਜਜ਼ਬਾਤ ਦੀ ਲੜੀ ਵਿੱਚ ਪਰੋ ਕੇ ਬੋਲੀਆਂ ਦੇ ਰੰਗ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਗਿਆ ਹੈ। ਗੋਰੀ ਗੱਲ ਤੇ ਤਿਤਲੀ ਬਹਿ ਗਈ, ਫੁੱਲ ਦਾ ਭੁਲੇਖਾ ਪੈ ਗਿਆ। ਗੱਲ ਚਿਕਸ ਜਿਹੜੇ ਨੇ ਗੱਲਾਂ, ਗੋਰਾ ਰੰਗ ਤੇ ਸਲੀਪਰ ਕਾਲੇ, ਟਾਂਗੇ ਵਿੱਚੋਂ ਲੱਤ ਲਮਕੇ, ਤੇਰਾ ਮੇਰਾ ਬੂਹਾ ਸਾਹਮਣਾ, ਮੇਰਾ ਧਰਮ ਕਾਇਮ ਨਹੀਂ ਰਹਿਣਾ, ਢਿੱਡ ਛਿੱਲਿਆ ਬੋਸਕੀ ਵਰਗਾ, ਰੋੜਾਂ ਵਾਲੀ ਕੰਧ ਟੱਪ ਕੇ, ਆਟਾ ਗੁੰਦੀ ਦਾ ਮੁੜਕਾ ਚੋਇਆ, ਤੌਣ ਦੇ ਸਿੰਦੂਰ ਡੁੱਲਿਆ, ਕੋਠੇ ਉੱਤੋਂ ਉੱਡ ਕਾਵਾਂ, ਸੱਦੋ ਪਟਵਾਰੀ ਨੂੰ, ਜਿੰਦ ਮਾਈਏ ਦੇ ਨਾਂ ਲਾਵਾਂ। ਮੁੱਕਦੀ ਗੱਲ
ਮੁੱਕਦੀ ਗੱਲ ਇਹ ਕਿ ਪੰਜਾਬੀ ਲੋਕ ਗੀਤ ਮੌਜੂਆਤੀ ਰੰਗਾ ਰੰਗੀ ਦੇ ਇਤਬਾਰ ਨਾਲ ਬਹੁਤ ਅਮੀਰ ਨੇ। ਇਨਸਾਨ ਦੇ ਜੰਮਣ ਤੋਂ ਲੈ ਕੇ ਮਰਨ ਤੱਕ ਦੇ ਗੀਤਾਂ ਵਿੱਚ ਹੱਸਦਾ ਵਸਦਾ ਜਿਉਂਦਾ ਜਾਗਦਾ ਤੇ ਮੌਜਾਂ ਮਾਣਦਾ ਪੰਜਾਬ ਵਿਖਾਲੀ ਦਿੰਦਾ ਹੈ। ਪੰਜਾਬੀ ਲੋਕ ਗੀਤ ਪੰਜਾਬੀ ਤਹਿਜ਼ੀਬੋ ਸਕਾਫਤ ਦਾ ਉਹ ਸ਼ੀਸ਼ਾ ਜਾਂ ਆਇਨਾ ਨੇ ਜਿਨ੍ਹਾਂ ਵਿੱਚ ਲੋਰੀ ਦਿੰਦੀਆਂ ਮਾਵਾਂ, ਵੀਰਾਂ ਤੋਂ ਜਾਨ ਵਾਰਦੀਆਂ ਭੈਣਾਂ, ਗਿੱਧੇ ਪਾਉਂਦੀਆਂ ਮੁਟਿਆਰਾਂ, ਮਾਹੀ ਤੇ ਮਹਿਬੂਬ ਨੂੰ ਉਡੀਕਦੀਆਂ ਨਾਰਾਂ, ਸੱਸਾਂ, ਨਨਾਣਾ, ਦੇਵਰ, ਜੇਠ ਤੇ ਦੂਜੇ ਅੰਗ ਸਾਕ ਤੇ ਹਯਾਤੀ ਦਾ ਹਰ ਰੰਗ ਤੇ ਜਜ਼ਬਾ ਵਿਖਾਲੀ ਦਿੰਦਾ ਹੈ। ਇਸ ਤੋਂ ਅੱਡ ਇਹਨਾਂ ਗੀਤਾਂ ਰਾਹੀਂ ਸਿਆਣਿਆਂ ਦੀ ਦਾਨਿਸ਼, ਮਤ ਦੀਆਂ ਗੱਲਾਂ, ਤਜਰਬਿਆਂ ਦਾ ਨਿਚੋੜ, ਤਾਰੀਖ, ਮੁਆਸ਼ਰਤ, ਸਮਾਜ, ਸਿਆਸਤ ਤੇ ਹਰ ਉਸ ਸ਼ੈਅ ਬਾਰੇ ਜਾਣਕਾਰੀ ਮਿਲਦੀ ਹੈ ਜਿਹਦੇ ਅਸੀਂ ਚਾਈਵਾਨ ਹੋਈਏ। ਲੋਕ ਗੀਤ ਨਾ ਸਿਰਫ ਲੋਕਾਂ ਦੀ ਤਫਰੀਹ ਦਾ ਜ਼ਰੀਆ ਨੇ ਸਗੋਂ ਕਿਸੇ ਵੀ ਕੌਮ ਦੀ ਜ਼ਬਾਨ, ਤਾਰੀਖ, ਸਕਾਫਤ ਤੇ ਵਸੋਂ ਦੇ ਅਕਾਸ ਵੀ ਹੁੰਦੇ ਨੇ। ਸ਼ੁਕਰੀਆ। ਲੋਕ ਗੀਤ ਵਾਲਾ ਇਹ ਕੁਐਸਚਨ ਮੈਂ ਸਮਝਣਾ ਵਾਂ CSS ਔਰ PMS ਤੋਂ ਇਲਾਵਾ ਹਰ ਬੰਦੇ ਨੂੰ ਵੈਸੇ ਹੀ ਜ਼ਬਾਨੀ ਯਾਦ ਹੋਣਾ ਚਾਹੀਦਾ ਹੈ ਤਾਂ ਕਿ ਪਤਾ ਉਹਨਾਂ ਨੂੰ ਕਿਤੇ ਆਪਣੇ ਤਹਿਜ਼ੀਬ, ਆਪਣੀ ਸਕਾਫਤ, ਆਪਣੀ ਜ਼ਬਾਨ, ਆਪਣੇ ਫੋਕ, ਆਪਣੇ ਲੋਕ ਅਦਬ ਦੇ ਹਵਾਲੇ ਨਾਲ ਗੱਲ ਕਰਨੀ ਪਏ ਤੇ ਉਹ ਇਸ ਵੀਡੀਓ ਦੇ ਪਸ ਮੰਜ਼ਰ ਵਿੱਚ ਜਾਂ ਲੋਕ ਗੀਤਾਂ ਦੇ ਪਸ ਮੰਜ਼ਰ ਵਿੱਚ ਆਪਣੇ ਦੇਸ਼ ਪੰਜਾਬ ਦੀ ਔਰ ਆਪਣੇ ਲੋਕ ਅਦਬ ਦੀ, ਆਪਣੀ ਜ਼ਬਾਨ ਦੀ ਨੁਮਾਇੰਦਗੀ ਕਰ ਸਕਣ। ਅੱਲਾ ਹਾਫਿਜ਼।